ਖੜਾ ਹੁੰਦਾ ਤੇ ਹਰ ਦੇਸ਼ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਟੈਕਸ ਨੇ ਤੇ ਇੰਡੀਆ ਦੇ ਵਿੱਚ ਸ਼ੁਰੂ ਤੋਂ ਜਦੋਂ ਤੋਂ ਆਜ਼ਾਦ ਹੋਇਆ ਉਦੋਂ ਤੋਂ ਬਹੁਤ ਸਾਰੇ ਟੈਕਸ ਜਿਹੜੇ ਲੱਗੇ ਲੇਕਿਨ ਭਾਵੇਂ ਵੈਟ ਹੋਵੇ ਇਨਕਮ ਟੈਕਸ ਹੋਵੇ ਜਾਂ ਕਈ ਤਰ੍ਹਾਂ ਦੇ ਟੈਕਸ ਹੋਣ ਲੇਕਿਨ ਜਦੋਂ ਤੋਂ GST ਲਾਗੂ ਹੋਇਆ 1 ਜੁਲਾਈ 2017 ਤੋਂ ਤੇ ਉਦੋਂ ਤੋਂ ਟੈਕਸ ਦੀ ਜਿਹੜੀ ਆ ਰੂਪ ਰੇਖਾ ਸਭ ਕੁਝ ਬਦਲ ਗਈ ਜਿੱਥੇ ਬਹੁਤ ਜ਼ਿਆਦਾ ਪੇਪਰ ਵਰਕ ਜਾਂ ਉੱਦਾਂ ਵਪਾਰੀ ਨੂੰ ਕਰਨਾ ਪਿਆ ਉੱਥੇ ਹੀ ਜਿੰਨੇ ਵੀ ਟੈਕਸ ਐਡਵਾਈਜ਼ਰ ਸੀ ਉਹਨਾਂ ਦਾ ਵੀ ਕੰਮ ਕਰਨ ਦਾ ਤਰੀਕਾ ਸਲੀਕਾ ਜਿਹੜਾ ਹਰ ਚੀਜ਼ ਉਹਨਾਂ ਨੂੰ ਚੇਂਜਿਸ ਲਿਆਉਣੀਆਂ ਪਈਆਂ ਜਿਸ ਦੇ ਨਾਲ ਬਹੁਤ ਸਾਰੇ ਕੁਐਸਚਨ ਆਮ ਪਬਲਿਕ ਦੇ ਮਨ ਦੇ ਵਿੱਚ ਟੈਕਸ ਨੂੰ ਲੈ ਕੇ ਜਿਹੜੇ ਆ ਉਹ ਜਨਮਦੇ ਸੀ ਜਿਸ ਨੂੰ ਲੈ ਕੇ ਅਸੀਂ ਸਾਡੇ ਤੱਕ ਬਹੁਤ ਸਾਰੇ ਦਰਸ਼ਕਾਂ ਨੇ ਅਪਰੋਚ ਕੀਤੀ ਅਤੇ ਅਸੀਂ ਉਹਨਾਂ ਦੇ ਕਹਿਣ ਦੇ ਉੱਤੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਟੋਕ ਔਨ ਟੈਕਸ ਅਤੇ ਉਸ ਸੰਬੰਧ ਵਿੱਚ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਸਾਡੇ ਨਾਲ ਮੁਕੇਸ਼ ਗੇਰਾ ਜੀ ਸਾਡੇ ਵਿੱਚ ਮੌਜੂਦ ਨੇ ਲੇਕਿਨ ਇਸ ਵਾਰ ਥੋੜ੍ਹਾ ਜਿਹਾ ਸਾਡਾ ਪ੍ਰੋਗਰਾਮ ਅਲੱਗ ਇਸ ਤਰ੍ਹਾਂ ਹੈ ਕਿ ਇਸ ਤਰ੍ਹਾਂ ਸਟੂਡੀਓ ਵਿੱਚ ਨਾ ਹੋ ਕੇ ਸਮੂਹ ਅਕਾਊਂਟਸ ਐਸੋਸੀਏਸ਼ਨ ਵੱਲੋਂ ਜਿਹੜਾ ਆ ਇੱਕ ਔਰਗਨਾਈਜ਼ ਕੀਤਾ ਗਿਆ ਕਿ ਜਿਹੜਾ ਆ ਪਬਲਿਕਲੀ ਤੌਰ ਦੇ ਉੱਤੇ ਇਹ ਇੱਕ ਪ੍ਰੋਗਰਾਮ ਕਰਾਇਆ ਜਾਵੇ ਟੋਕ ਔਨ ਟੈਕਸ ਅਤੇ ਜਿਸ ਨੂੰ ਲੈ ਕੇ ਅੱਜ ਅਸੀਂ ਇੱਥੇ ਇਹ ਪ੍ਰੋਗਰਾਮ ਕਰ ਰਹੇ ਹਾਂ ਅਤੇ ਜਿੱਥੇ ਮੇਰੇ ਨਾਲ ਮੁਕੇਸ਼ ਜੀ ਤੁਹਾਡੇ ਜੋ ਤੁਸੀਂ ਸਾਨੂੰ ਕੁਐਸਚਨ ਭੇਜਿਆ ਉਹਨਾਂ ਦੇ ਆਨਸਰ ਦੇਣਗੇ ਉੱਥੇ ਹੀ ਜਿਹੜੇ ਸਾਡੇ ਇੱਥੇ ਦਰਸ਼ਕ ਆਏ ਹੋਏ ਨੇ ਉਹਨਾਂ ਦੇ ਜੋ ਕੁਐਸਚਨ ਹੋਣਗੇ ਉਹਨਾਂ ਦੇ ਆਨਸਰ ਵੀ ਮੁਕੇਸ਼ ਜੀ ਵੱਲੋਂ ਜਿਹੜੇ ਆ ਉਹ ਦਿੱਤੇ ਜਾਣਗੇ ਮੁਕੇਸ਼ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਸਵਾਗਤ ਜੀ ਕਿ ਤੁਸੀਂ ਸਾਡੇ ਪ੍ਰੋਗਰਾਮ ਟੋਕ ਔਨ ਟੈਕਸ ਦੇ ਵਿੱਚ ਆਏ ਅਤੇ ਸਾਡੇ ਦਰਸ਼ਕਾਂ ਦੀ ਜੋ ਮੰਗ ਸੀ ਕਿ ਅਸੀਂ ਲਾਈਵ ਹੋ ਕੇ ਬਹੁਤ ਸਾਰੇ ਜਿਹੜੇ ਕੁਐਸਚਨ ਪੁੱਛਣਾ ਚਾਹੁੰਦੇ ਅਕਾਊਂਟਸ ਡਿਪਾਰਟਮੈਂਟ ਵਾਲੇ ਪੁੱਛਣਾ ਚਾਹੁੰਦੇ ਸੀ ਅਕਾਊਂਟਸ ਐਸੋਸੀਏਸ਼ਨ ਵਾਲੇ ਪੁੱਛਣਾ ਚਾਹੁੰਦੇ ਸੀ ਉਹਨਾਂ ਨੂੰ ਲੈ ਕੇ ਅੱਜ ਸਾਡੇ ਵਿੱਚ ਸਾਰੇ ਮੌਜੂਦ ਨੇ ਅਤੇ ਸਾਰੇ ਹੀ ਤੁਹਾਡੇ ਨਾਲ ਜਿਹੜੀ ਆ ਉਹ ਗੱਲ ਕਰਨਾ ਚਾਹੁੰਦੇ ਨੇ ਜੀ ਸਾਰਿਆਂ ਨਾਲ ਗੱਲ ਕਰਾਂਗੇ ਅਸੀਂ ਥੈਂਕ ਯੂ ਸਾਰਿਆਂ ਨਾਲ ਜਿਹੜੇ ਮੈਂਬਰ ਇੱਥੇ ਹਾਜ਼ਰ ਹੋਏ ਨੇ ਹਾਂਜੀ ਮੁਕੇਸ਼ ਜੀ ਮੇਰੀ ਮੇਨ ਗੱਲ ਉਹੀ ਹੈ ਕਿ ਇੱਕ ਜਿਹੜਾ ਕੋਈ ਵੀ ਬਿਜ਼ਨਸਮੈਨ ਆ ਜੇ ਮੈਂ ਬਿਜ਼ਨਸਮੈਨ ਹਾਂ ਤੁਸੀਂ ਟੈਕਸ ਐਡਵਾਈਜ਼ਰ ਹੋ ਚਾਰਟਰਡ ਅਕਾਊਂਟੈਂਟ ਹੋ ਇੱਕ ਬਿਜ਼ਨਸਮੈਨ ਨੂੰ ਟੈਕਸ ਐਡਵਾਈਜ਼ਰ ਦੀ ਜ਼ਰੂਰਤ ਕਿਉਂ ਆ ਕਿਉਂ ਆਪਣੇ ਕੰਮ ਖੁਦ ਨਹੀਂ ਕਰ ਸਕਦਾ ਦੇਖੋ ਇਸ ਤਰ੍ਹਾਂ ਹੈ ਜਿਹੜਾ ਬਿਜ਼ਨਸਮੈਨ ਹੁੰਦਾ ਨਾ ਉਹਦੀ ਮਹਾਰਤ ਜਿਹੜੀ ਹੈ ਕੋਈ ਬਿਜ਼ਨਸ ਦੇ ਵਿੱਚ ਆ ਉਹਨੂੰ ਉਹ ਪਤਾ ਹੈ ਕਿ ਮੈਂ ਕਿੰਨੀ ਸੇਲ ਕਰਨੀ ਹੈ ਕਿੰਨਾ ਮੇਰਾ ਮਾਰਜਿਨ ਹੈ ਕੀ ਮੈਂ ਪ੍ਰੋਫਿਟ ਲੈਣਾ ਲੇਕਿਨ ਜੇ ਆਪਾਂ ਇਨਕਮ ਟੈਕਸ ਦੀ ਗੱਲ ਕਰੀਏ ਜਾਂ GST ਦੀ ਗੱਲ ਕਰੀਏ ਉਹਦੇ ਬਾਰੇ ਉਹਨੂੰ ਨੌਲੇਜ ਨਹੀਂ ਹੈ ਉਹਦੀਆਂ ਕੀ ਕਲੋਜ਼ ਹੈ ਕੀ ਟਰਮਸ ਹੈ ਕੀ ਕੰਡੀਸ਼ਨਸ ਹੈਗੀਆਂ ਉਹ ਨਹੀਂ ਉਹਨੂੰ ਪਤਾ ਉਹਦੇ ਲਈ ਉਹਨੂੰ ਇੱਕ ਪਰਫੈਕਟ ਪਰਸਨ ਚਾਹੀਦਾ ਹੈ ਜਿਹਨੇ ਉਹਦੀ ਸਟੱਡੀ ਕੀਤੀ ਹੋਵੇ ਜਾਂ ਅਕਾਊਂਟੈਂਟ ਹੋ ਗਿਆ ਜਾਂ CA ਹੋ ਗਿਆ ਇਸ ਲਈ ਉਹ CA ਜਾਂ ਅਕਾਊਂਟੈਂਟ ਨੂੰ ਹਾਇਰ ਕਰਦਾ ਆ ਉਹਦੀਆਂ ਸਰਵਿਸ ਲੈਂਦਾ ਔਰ ਜੋ ਗੌਰਮੈਂਟ ਦੇ ਅਦਾਰੇ ਆ ਜਾਂ ਗੌਰਮੈਂਟ ਦੇ ਜਿਹੜੇ ਰੂਲਸ ਹੈਗੇ ਉਹਦੇ ਵਿੱਚ ਰਹਿ ਕੇ ਉਹਨੂੰ ਕ੍ਰੋਸ ਕਰਦਾ ਆ ਉਹਦੀਆਂ ਟਰਮਸ ਐਂਡ ਕੰਡੀਸ਼ਨਸ ਪੂਰੀਆਂ ਕਰਦਾ ਆ ਔਰ ਆਪਣਾ ਟੈਕਸ ਬਚਾਉਂਦਾ ਆ ਕਿਉਂਕਿ CA ਔਰ ਜਿਹੜੇ ਅਕਾਊਂਟੈਂਟ ਹੈਗੇ ਆ ਉਹਨੂੰ ਟੈਕਸ ਤੋਂ ਦੱਸਦੇ ਕਿਸ ਤਰ੍ਹਾਂ ਬਚਾ ਸਕਦੇ ਹਾਂ ਕਿੰਨਾ ਆਪਾਂ ਪੇ ਕਰਨਾ ਆ ਕੀ ਇਹਦੀਆਂ ਕਲੋਜ਼ ਹੈਗੀਆਂ ਕੀ ਸੇਲ ਔਰ ਪਰਚੇਸ ਦੇ ਉੱਪਰ ਰੇਟ ਲੱਗ ਰਹੇ ਆ ਇਹ ਚੀਜ਼ ਹੈਗੀ ਆ ਅਤੇ ਸਾਡੇ ਨਾਲ ਸਾਡੇ ਦਰਸ਼ਕ ਬੈਠੇ ਨੇ ਅਤੇ ਮੈਨੂੰ ਲੱਗਦਾ ਕਿ ਪਹਿਲਾਂ ਆਪਣੇ ਦਰਸ਼ਕਾਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਤੁਹਾਡਾ ਕੀ ਕੁਐਸਚਨ ਹੈ ਕਿਸੇ ਦਾ ਵੀ ਜੋ ਹੋਵੇ ਆਪਣੇ ਮਨ ਦੇ ਵਿੱਚ ਤੁਸੀਂ ਉਹ ਮੁਕੇਸ਼ ਜੀ ਨੂੰ ਪੁੱਛ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਮਦਨ ਮੋਹਨ ਖੱਟਰ ਵਾਈਸ ਚੇਅਰਮੈਨ ਯੂਨਾਈਟਿਡ ਅਕਾਊਂਟੈਂਟ ਐਸੋਸੀਏਸ਼ਨ ਨਵਰੰਗ TV ਅਤੇ MD HS ਬਸਰਾ ਜੀ ਔਰ ਚਾਰਟਰਡ ਅਕਾਊਂਟੈਂਟ ਮੁਕੇਸ਼ ਗੇਰਾ ਜੀ ਦਾ ਹਾਰਦਿਕ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਟਾਕ ਔਨ ਟੈਕਸ ਸਾਡੇ ਲਈ ਲਿਆਂਦਾ ਹੈ ਮੇਰਾ ਸਵਾਲ ਗੇਰਾ ਜੀ ਤੁਹਾਡੇ ਪਾਸੇ ਹੈ ਕਿ ਇੱਕ ਆਮ ਵਿਅਕਤੀ ਲੇਮੈਨ ਜੋ ਕਿ ਬਿਜ਼ਨਸ ਦੀਆਂ ਪੇਚੀਦਗੀਆਂ ਨੂੰ ਨਹੀਂ ਜਾਣਦਾ ਉਹ ਪੂਰਾ ਸਾਲ ਆਪਣੀਆਂ ਬੁੱਕਸ ਵੀ ਨਹੀਂ ਲਿਖਦਾ ਉਸ ਤੋਂ ਬਾਅਦ ਤੁਹਾਡੇ ਕੋਲ ਜਾਂ ਕਿਸੇ ਅਕਾਊਂਟੈਂਟ ਦੇ ਕੋਲ ਜਾਂਦਾ ਉਹ ਤੁਸੀਂ ਉਹਦੀ ਰਿਟਰਨ ਭਰਨ ਲੱਗੇ ਉਹਨੂੰ ਪੁੱਛਦੇ ਹੋ ਕਿ ਤੈਨੂੰ ਕਿਸ ਕਿਸ ਚੀਜ਼ ਤੋਂ ਇਨਕਮ ਹੈ ਉਹਦੀ ਤੁਸੀਂ ਰਿਟਰਨ ਐਜ਼ ਏ ਅਕਾਊਂਟੈਂਟ ਮੈਂ ਜਾਣਦਾ ਸੈਕਸ਼ਨ 444 AD 'ਚ ਭਰਦੇ ਹੋ ਇੱਕ ਉਹਦੀ ਇਨਕਮ ਹੁੰਦੀ ਹੈ ਬਿਜ਼ਨਸ ਤੋਂ ਦੂਸਰੀ ਉਹਦੀ ਇਨਕਮ ਕਿਸੇ ਅਦਰ ਸੋਰਸਿਸ ਤੋਂ ਹੁੰਦੀ ਆ ਤੀਸਰੀ ਉਹਦੀ ਇਨਕਮ ਉਹ ਕਹਿ ਰਿਹਾ ਕਿ ਮੈਂ ਕਿਤੇ ਜੋਬ ਵੀ ਕਰ ਰਿਹਾ ਨਾਲ ਮੈਂ ਪਾਰਟ ਟਾਈਮ ਬਿਜ਼ਨਸ ਕਰ ਰਿਹਾ ਅਦਰ ਸੋਰਸਿਸ ਤੋਂ ਵੀ ਇਨਕਮ ਹੈ ਤੁਸੀਂ ਉਹਦੀ ਰਿਟਰਨ ਭਰਨ ਲੱਗਦੇ ਹੋ ਤਾਂ ਐਰਰ ਆ ਜਾਂਦਾ ਕੀ ਇਹਦੇ ਲਈ ਤੁਸੀਂ ਸਾਨੂੰ ਗਾਈਡ ਕਰ ਸਕਦੇ ਹੋ ਕਿ ਇਨਕਮ ਸੋਰਸ ਜਿਹੜੇ ਆ ਜਾਂ ਇਨਕਮ ਕਿੰਨੀ ਜਗ੍ਹਾ ਤੋਂ ਲਿਮਿਟਡ ਹੁੰਦੀ ਆ ਕਿ ਉਹ ਟੈਕਸ ਭਰੇ ਜਾਂ ਕਿ ਫਿਰ ਜੇ ਉਹਦੀ ਇਨਕਮ ਕਈ ਸੋਰਸਿਸ ਆ ਤਾਂ ਉਹਦੇ ਲਈ ਕੀ ਇਹ ਲਾਜ਼ਮੀ ਹੋਏਗਾ ਕਿ ਉਹਨੂੰ ਬੁੱਕਸ ਲਿਖਣੀਆਂ ਪੈਣਗੀਆਂ ਕਿ ਬਿਨਾਂ ਬੁੱਕਸ ਲਿਖੇ ਉਹ ਕਈ ਪਾਸਿਆਂ ਉਹਦੇ ਇਨਕਮ ਅਰਨ ਕਰਕੇ ਰਿਟਰਨ ਭਰ ਸਕਦਾ ਇਨਕਮ ਟੈਕਸ ਦੀ ਮਲਟੀ ਸੋਰਸਿਸ ਜਿਹੜੀ ਇਨਕਮ ਆ ਆਪਾਂ ਉਹਦੀ ਗੱਲ ਤਕਰੀਬਨ ਇਹ ਹੋ ਰਹੀ ਆ ਅਤੇ ਕਿੰਨੇ ਤਰੀਕੇ ਅਗਰ ਬਹੁਤ ਸਾਰੇ ਸੋਰਸਿਸ ਆ ਤਾਂ ਫਿਰ ਉਹ ਰਿਟਰਨ ਕਿਸ ਤਰੀਕੇ ਨਾਲ ਭਰੀ ਜਾ ਸਕਦੀ ਹਾਂ ਸਰ ਇਹ ਜਿਹੜਾ ਕੁਐਸਚਨ ਸੀ ਆਮ ਪਬਲਿਕ ਨਾਲ ਰਿਲੇਟਡ ਆ ਜਿਹੜੇ ਆਪਾਂ ਮਿਡਲ ਪਰਸਨ ਦੀ ਗੱਲ ਕਰ ਲਈਏ ਉਹਦੇ ਕਈ ਸੋਰਸ ਹੁੰਦੇ ਆ ਕਿਉਂਕਿ ਅੱਜ ਕੱਲ੍ਹ ਜਿਹੜਾ ਲਿਵਿੰਗ ਆਫ ਸਟੈਂਡਰਡ ਹੈ ਉਹ ਇਨਕਰੀਜ਼ ਹੋ ਰਿਹਾ ਉਹਦੇ ਨਾਲ ਸਾਡੇ ਐਕਸਪੈਂਸਿਸ ਵੀ ਇਨਕਰੀਜ਼ ਹੋ ਰਹੇ ਆ ਉਸ ਨੂੰ ਕਵਰ ਅਪ ਕਰਨ ਲਈ ਇੱਕ ਜਿਹੜਾ ਪਰਸਨ ਹੈਗਾ ਹੈ ਉਹ ਕਿਤੇ ਜੋਬ ਵੀ ਕਰਦਾ ਆ ਪਾਰਟ ਟਾਈਮ ਕੰਮ ਵੀ ਕਰਦਾ ਆ ਉਹਦਾ ਇੰਟਰਸਟ ਇਨਕਮ ਵੀ ਆ ਰਹੀ ਆ
ਇਸ ਲਈ ਉਹਨੂੰ ਡਿਫਰੈਂਟ ਡਿਫਰੈਂਟ ਜਿਹੜੇ ਸੋਰਸ ਹੈਗੇ ਆ ਉੱਥੋਂ ਆਪਣਾ ਇਨਕਮ ਜਿਹੜੀ ਆ ਉਹ ਜ਼ਰੂਰ ਸਾਨੂੰ ਡਿਸਕ੍ਰਾਈਬ ਕਰਨੀ ਚਾਹੀਦੀ ਹੈ। ਜੇ ਉਹਨੇ 44 AD ਆ ਤਾਂ ਉਹਦੇ ਕੋਲ ਸੇਲ ਦਾ ਐਸਟੀਮੇਟ ਜ਼ਰੂਰ ਹੋਏਗਾ ਕਿ ਮੇਰੀ ਸੇਲ ਕਿੰਨੀ ਹੈਗੀ ਆ। ਜੇ ਜੋਬ ਕਰ ਰਿਹਾ ਤਾਂ ਨੈਚੁਰਲ ਗੱਲ ਹੈ ਉਹਨੂੰ ਜਿਹੜੀ ਸੈਲਰੀ ਆ ਉਹ ਬਾਏ ਅਕਾਊਂਟ ਰਹਿੰਦੀ ਹੋਏਗੀ, ਉੱਥੋਂ ਡਿਟੇਲ ਮਿਲ ਜਾਏਗੀ। ਇੰਟਰਸਟ ਇਨਕਮ ਆਪਾਂ ਬੈਂਕ ਦੀ ਸਟੇਟਮੈਂਟ ਤੋਂ ਲੈ ਸਕਦੇ ਹਾਂ। ਸੋ ਨੀਅਰ ਅਬਾਊਟ ਕਾਫੀ ਹੱਦ ਤੱਕ ਉਹਦੀ ਜਿਹੜੀ ਸੋਰਸ ਹੈਗੇ ਆ ਉਹਦੇ ਕੋਲ ਡਿਸਕ੍ਰਾਈਬ ਹੋਣਗੇ। ਜਦੋਂ ਆਏਗਾ ਉਹਨੂੰ ਕਲੀਅਰ ਕਰ ਲਵਾਂਗੇ ਉਹਦੀ ਇਨਕਮ ਕੀ ਹੈਗੀ ਆ, ਉਹਦੇ ਨਾਲ ਹੀ ਉਹਦੀ ਜਿਹੜੀ ਇਨਵੈਸਟਮੈਂਟ ਹੈ ਉਹ ਵੀ ਉਹਦੇ ਕੋਲ ਹੋਏਗੀ, ਉਸ ਨਾਲ ਉਹਦੀ ਰਿਟਰਨ ਫਾਈਲ ਹੋ ਜਾਏਗੀ। ਲੇਕਿਨ ਜਿਹੜੀ ਰਿਟਰਨ ਦੇ ਫੋਰਮ ਹੈਗੇ ਉਹ ਦੇਖਣੇ ਪੈਣਗੇ ਕਿ ITR 3 ਜਾਏਗਾ, ITR 4 ਜਾਏਗਾ, ITR 1 ਜਾਏਗਾ, ਉਹ ਡਿਪੈਂਡ ਕਰੇਗਾ ਉਸ ਪਰਸਨ ਦੀ ਇਨਕਮ ਦੇ ਉੱਪਰ। ਉਹਦੀ ਇਨਕਮ 'ਤੇ ਜਿਹੜਾ ਉਹ ਡਿਪੈਂਡ ਕਰੇ ਜਿਹੜਾ ਉਸ ਹਿਸਾਬ ਨਾਲ ਜਿਹੜਾ ਆ ਉਹ ਜਿਹੜਾ ਆ ਹੋ ਸਕਦਾ। ਅਤੇ ਇੱਕ ਸਾਨੂੰ ਸਾਡੇ ਦਰਸ਼ਕ ਨੇ ਜਿਹੜਾ ਆ ਉਹ ਭੇਜਿਆ ਸੀਗਾ ਕਿ ਉਹ ਕਹਿੰਦੇ ਉਹਨਾਂ ਦਾ ਕਹਿੰਦੇ ਕਿ ਸਿੰਗਲ ਇਨਵਾਇਸ ਜਿਹੜੀ ਆ ਉਹਦਾ ਮਲਟੀਪਲ ਜਾਂ ਪਾਰਟ ਦੇ ਵਿੱਚ ਜਿਹੜੀ ਆ ਈ ਬਿੱਲ ਬਣ ਸਕਦਾ ਹੈ ਜਾਂ ਨਹੀਂ ਬਣ ਸਕਦਾ। ਦੇਖੋ ਇਸ ਤਰ੍ਹਾਂ ਆ, ਪੰਜਾਬ ਗੌਰਮੈਂਟ ਨੇ ਜਿਹੜਾ ਈ ਬਿੱਲ ਲਗਾ ਦਿੱਤਾ ਸੀਗਾ ਉਹ 50,000 ਤੋਂ ਉੱਪਰ ਹੈਗਾ ਆ, ਠੀਕ ਹੈ। ਕੁਛ ਚੀਜ਼ਾਂ ਦੇ ਉੱਪਰ 1,00,000 ਤੱਕ ਸੀਗਾ ਈ ਬਿੱਲ ਦੀ। ਉਹ ਉਹਦੇ ਵਿੱਚ ਕੀ ਪ੍ਰੋਬਲਮ ਆ ਜਾਂਦੀ ਹੈ, ਕਿਸੇ ਵੇਲੇ ਸਾਡੇ ਕੋਲ ਅਸੀਂ ਇਨਵਾਇਸ ਤਾਂ 1 ਇਸ਼ੂ ਕਰ ਦਿੱਤਾ, ਲੇਕਿਨ ਉਸ ਕਿਸੇ ਰੀਜ਼ਨ ਕਰਕੇ ਜਿਹੜਾ ਮਾਲ ਹੈ ਉਹ 2 ਟਰਾਂਸਪੋਰਟ 'ਚ ਗਿਆ ਜਾਂ 3 ਟਰਾਂਸਪੋਰਟ ਦੇ ਵਿੱਚ ਗਿਆ, ਅਸੀਂ ਇਸ ਤਰ੍ਹਾਂ ਕਰ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ ਹੈਗੀ। ਤੁਸੀਂ ਉਹਦਾ 1 ਇਨਵਾਇਸ ਕੱਟ ਕੇ ਉਸ ਤੋਂ ਬਾਅਦ ਉਹਦਾ ਚਲਾਨ ਬਣਾ ਦਿੰਦੇ ਹਾਂ। ਮੰਨ ਲਓ ਜੇ 1 ਟਰਾਂਸਪੋਰਟ ਜਾਂ 2 ਟਰਾਂਸਪੋਰਟ ਜਾਂ 3 ਟਰਾਂਸਪੋਰਟ ਰਾਹੀਂ ਜਾ ਰਿਹਾ, ਉਹ ਚਲਾਨ ਦੀ ਕਾਪੀ ਨਾਲ ਹੋਣੀ ਚਾਹੀਦੀ ਹੈ। ਔਰ ਜਦੋਂ ਐਂਡ ਜਿਹੜਾ ਤੁਹਾਡਾ ਪਾਰਟ ਆ ਜਿਹਨੂੰ ਆਪਾਂ 4th ਪਾਰਟ ਜਾਂ ਲਾਸਟ ਪਾਰਟ ਕਹਿ ਦੇਵਾਂਗੇ, ਉਹਦੇ ਨਾਲ ਐਕਚੁਅਲ ਬਿੱਲ ਦੀ ਕਾਪੀ ਜਾਣੀ ਹੈ, ਓਰੀਜਨਲ ਕਾਪੀ, ਬਾਕੀ ਦੇ ਨਾਲ ਤੁਸੀਂ ਫੋਟੋ ਕਾਪੀ ਲਗਾਉਣੀ ਹੈ। ਬਾਕੀ ਉਹ ਨਾਲ ਜਿਹੜੀ ਆ ਇੱਕ ਕਿਸਮ ਦਾ ਉਹ ਕੱਟਿਆ ਜਾ ਸਕਦਾ ਆ ਬਿੱਲ ਜਿਹੜਾ ਹੈਗਾ। ਹਾਂਜੀ ਹਾਂਜੀ ਹਾਂਜੀ। ਅਤੇ ਕੁਐਸਚਨ ਸਾਡੇ ਦਰਸ਼ਕਾਂ ਵੱਲੋਂ ਆ ਰਿਹਾ, ਅਤੇ ਹਾਂਜੀ ਪੁੱਛੋ ਜੀ। ਗੁੱਡ ਈਵਨਿੰਗ ਸਰ, ਆਮ ਮੁਨੀਸ਼ਾ ਸਰ, ਮੇਰਾ ਕੁਐਸਚਨ ਇਹ ਥਾ ਕਿ ਸਪੋਜ਼ ਇੱਕ ਫੋਰਮ ਹੈ ਜਿਸ ਨੇ ਆਪਣਾ ਇਨਕਮ ਟੈਕਸ ਰਿਟਰਨ ਬੈਲੈਂਸ ਸ਼ੀਟ ਕੇ ਸਾਥ ਔਰ ਵਿਦਾਊਟ ਆਲਰੇਡੀ ਫੁਲਫਿਲ ਕਰਾਇਆ ਹੋ, ਲੇਕਿਨ ਪਿਛਲੇ ਸਾਲ, ਲੇਕਿਨ ਇਸ ਈਅਰ ਸਰ ਉਸਕਾ 1 ਕਰੋੜ ਸੇ ਕਮ ਹੋ ਔਰ 8% ਸੇ ਜ਼ਿਆਦਾ ਪ੍ਰੋਫਿਟ ਹੋ, ਕਿਆ ਉਹ ਵਿਦਾਊਟ ਬੈਲੈਂਸ ਸ਼ੀਟ ਆਪਣਾ ਇਨਕਮ ਟੈਕਸ ਫੁਲਫਿਲ ਕਰ ਸਕਦਾ ਹੈ? ਐਕਚੁਅਲੀ ਜਿਹੜੀ ਇਨਕਮ ਟੈਕਸ ਦੀ ਰਿਕੁਆਇਰਮੈਂਟ ਹੈਗੀ ਆ ਉਹ ਵੈਸੇ ਇਹ ਹੈ ਕਿ ਜੇ ਤੁਹਾਡੀ 1,20,000 ਤੋਂ ਉੱਪਰ ਇਨਕਮ ਹੈਗੀ ਆ, ਦੈਨ ਤੁਹਾਡੇ ਲਈ ਮੈਂਡੇਟਰੀ ਆ ਕਿ ਤੁਸੀਂ ਆਪਣੀ ਜਿਹੜੀਆਂ ਅਕਾਊਂਟਸ ਦੀਆਂ ਬੁੱਕਸ ਆ ਉਹ ਲਿਖਣੀਆਂ ਆ, ਲਿਖ ਕੇ ਆਪਣੇ CA ਕੋਲ ਜਾਣਾ ਆ, ਅਕਾਊਂਟਸ ਆਡਿਟ ਕਰਵਾਉਣੇ ਆ। ਲੇਕਿਨ ਜੇ ਤੁਹਾਡੀ ਸੇਲ ਜਿਹੜੀ ਇਸ ਸਾਲ ਦੀ ਫਾਈਨੈਂਸ਼ੀਅਲ ਈਅਰ ਦੀ ਸੇਲ 1 ਕਰੋੜ ਤੋਂ ਨੀਚੇ ਹੈਗੀ ਆ, ਦੈਨ ਆਪਾਂ 8% ਪ੍ਰੋਫਿਟ ਦਿਖਾ ਕੇ ਵੀ ਰਿਟਰਨ ਫਾਈਲ ਕਰ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ ਹੈਗੀ। ਫਿਰ ਉਹ ਆਪਣਾ ਜਿਹੜਾ ਹੈ ਰਿਟਰਨ ਫਾਈਲ ਕਰ ਸਕਦਾ। ਇੱਕ ਸਾਨੂੰ ਦਰਸ਼ਕ ਨੇ ਜਿਹੜਾ ਈਮੇਲ ਦੇ ਉੱਤੇ ਇੱਕ ਆਪਣਾ ਕੁਐਸਚਨ ਭੇਜਿਆ ਸੀ, ਉਹ ਸੀਗਾ ਕਿ ਮੇਰਾ ਰਿਫੰਡ ਜਿਹੜਾ ਮੈਨੂੰ SMS ਆ ਗਿਆ ਕਿ ਜਿਹੜਾ ਰਿਫੰਡ ਮੇਰਾ ਆ ਉਹ ਆ ਚੁੱਕਾ ਆ, ਲੇਕਿਨ ਜਦੋਂ ਮੈਂ ਬੈਂਕ ਦੇ ਵਿੱਚ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਰਿਵਰਸ ਹੋ ਗਿਆ ਜਾਂ ਵਾਪਸ ਚਲਾ ਗਿਆ, ਅਤੇ ਉਹ ਹੁਣ ਮੈਨੂੰ ਜਿਹੜਾ ਆ ਜਿਹੜਾ ਮੇਰਾ ਇਨਕਮ ਟੈਕਸ ਰਿਫੰਡ ਆ ਉਹ ਲੈਣ ਦਾ ਕੀ ਤਰੀਕਾ ਹੈ? ਇਸ ਤਰ੍ਹਾਂ ਪਹਿਲਾਂ ਤੁਸੀਂ ਆਪਣੇ ਬੈਂਕ 'ਚ ਕਨਫਰਮ ਕਰੋ ਕਿ ਉਹ ਜਿਹੜਾ ਰਿਫੰਡ ਹੈ ਉਹ ਵਾਪਸ ਕਿਉਂ ਗਿਆ, ਕਿ ਐਕਚੁਅਲੀ ਵਾਪਸ ਗਿਆ ਵੀ ਹੈ ਕਿ ਨਹੀਂ ਗਿਆ। ਜੇ ਉਹ ਵਾਪਸ ਚਲੇ ਗਿਆ ਤਾਂ ਤੁਸੀਂ ਜਿਸ ਪਰਸਨ ਕੋਲ ਆਪਣੀ ਰਿਟਰਨ ਫਾਈਲ ਕਰਵਾਈ ਆ ਟੈਕਸ ਕੰਸਲਟੈਂਟ ਤੋਂ ਕਰਵਾਈ ਆ, ਉਹ ਆਪਣੇ ਲੌਗਇਨ ਕਰੇ, ਲੌਗਇਨ ਕਰਕੇ ਉੱਥੇ ਦੇਖਿਓ ਉਹਦਾ ਰੀਜ਼ਨ ਕੀ ਸੀਗਾ, ਕਿ ਉਹਨੂੰ ਪ੍ਰੀ ਵੈਲੀਡੇਟ ਕੀਤਾ ਹੋਇਆ ਕਿ ਨਹੀਂ ਕੀਤਾ ਹੋਇਆ ਬੈਂਕ ਅਕਾਊਂਟ ਨੂੰ। ਜੇ ਬੈਂਕ ਅਕਾਊਂਟ ਤੁਹਾਡਾ ਪ੍ਰੀ ਵੈਲੀਡੇਟ ਨਹੀਂ ਹੈਗਾ ਤਾਂ ਉਸਨੂੰ ਪਹਿਲਾਂ ਪ੍ਰੀ ਵੈਲੀਡੇਟ ਕਰੋ, ਪ੍ਰੀ ਵੈਲੀਡੇਟ ਕਰਨ ਦੇ ਨਾਲ ਹੀ ਤੁਹਾਡਾ ਜਿਹੜਾ ਰਿਫੰਡ ਆ ਉਹਦੀ ਰਿਕੁਐਸਟ ਪਾਓ ਉਹ ਵਾਪਸ ਆ ਜਾਏਗਾ, ਫਿਰ ਵਾਪਸ ਆ ਜਾਏਗਾ। ਯਾਨੀ ਕੁਝ ਜ਼ਿਆਦਾ ਕੰਪਲੀਕੇਟਡ ਨਹੀਂ ਹੈਗਾ, ਤੁਹਾਡਾ ਅਕਾਊਂਟ ਪ੍ਰੀ ਵੈਲੀਡੇਟ ਹੋਣਾ ਚਾਹੀਦਾ ਠੀਕ ਹੈ ਜੀ। ਅਤੇ ਸਾਡੇ ਦਰਸ਼ਕ ਤੁਹਾਨੂੰ ਇੱਕ ਕੁਐਸਚਨ ਪੁੱਛਣਾ ਚਾਹੁੰਦੇ ਜੀ। ਗੁੱਡ ਈਵਨਿੰਗ ਸਰ, ਮਾਈ ਨੇਮ ਇਜ਼ ਪਵਨ ਟੱਡਾ। ਸਰ ਮੇਰਾ ਕੁਐਸਚਨ ਆ ਰਿਵਰਸ ਚਾਰਜ 'ਤੇ, ਜਿੱਦਾਂ ਰਿਵਰਸ ਚਾਰਜ 1 ਅਕਤੂਬਰ ਤੋਂ ਦੁਬਾਰਾ ਐਪਲੀਕੇਬਲ ਹੋ ਰਿਹਾ ਸਾਰੇ ਖਰਚਿਆਂ 'ਤੇ, ਅਤੇ ਉਹ ਕਿਹੜਾ ਖਰਚਾ ਹੈ ਜਿਸ 'ਤੇ ਐਪਲੀਕੇਬਲ ਨਹੀਂ ਹੈਗਾ? ਹਾਂ ਸਰ, ਅਜੇ ਇਹਦੀ ਕੋਈ ਨੋਟੀਫਿਕੇਸ਼ਨ ਨਹੀਂ ਆਈ ਕਿ 1 ਅਕਤੂਬਰ ਤੋਂ ਐਪਲੀਕੇਬਲ ਹੋ ਰਿਹਾ ਆ। ਜਦੋਂ ਇਹਦੀ ਨੋਟੀਫਿਕੇਸ਼ਨ ਆ ਜਾਏਗੀ ਤੁਹਾਨੂੰ ਦੱਸ ਦੇਵਾਂਗੇ। ਹਾਂ, ਅਜੇ ਇਹਦੇ ਉੱਪਰ ਕੋਈ ਨੋਟੀਫਿਕੇਸ਼ਨ ਨਹੀਂ ਹੈਗੀ। ਵੈਸੇ ਆਲਰੇਡੀ ਜਿਹੜਾ ਰਿਵਰਸ ਚਾਰਜ ਹੈਗਾ ਫਰੇਟ ਦੇ ਉੱਪਰ ਲੱਗਾ ਹੋਇਆ ਆ, ਹੋਰ ਕਿਸੇ ਆਈਟਮ 'ਤੇ ਨਹੀਂ ਹੈਗਾ ਅਜੇ। ਅਤੇ ਸਰ ਇੱਕ ਈਵੇ ਬਿੱਲ ਦਾ ਕਿੱਦਾਂ ਵੀ ਉਹ ਜਿਹੜੀ ਲਿਮਿਟ ਆ ਰਿਡਿਊਸ ਹੋਈ ਹੈ ਜਾਂ ਕੰਟੀਨਿਊ ਹੋਈ ਹੈ ਜੋ? ਹਾਂ ਸਰ, ਜਿਹੜੀ ਲਾਸਟ ਡੇਟ ਸੀ ਉਹ ਅੱਜ ਸੀਗੀ, ਆਪਾਂ 30 ਆਪਾਂ ਗੱਲ ਕਰੀਏ 7 ਸਤੰਬਰ ਨੂੰ ਨੋਟੀਫਿਕੇਸ਼ਨ ਆਈ ਸੀਗੀ, ਲੇਕਿਨ ਹੋ ਸਕਦਾ 1-2 ਦਿਨ ਦੇ ਵਿੱਚ ਤੁਹਾਨੂੰ ਦੁਬਾਰਾ ਨੋਟੀਫਿਕੇਸ਼ਨ ਜਿਹੜੀ ਆ ਜਾਏਗੀ ਕਿ ਇਹਨੂੰ ਐਕਸਟੈਂਡ ਕਰ ਦਿੱਤਾ ਗਿਆ। ਹਾਂਜੀ, ਹੁਣ 1,00,000 ਹੋ ਗਈ। ਅਤੇ ਜਦ ਤੱਕ ਅਗਲੇ ਦਰਸ਼ਕ ਹੋ ਜਾਂਦੇ ਆ, ਮੈਂ ਇੱਕ ਕੁਐਸਚਨ ਆਪਣਾ ਪੁੱਛਣਾ ਚਾਹਾਂਗਾ ਕਿ ਅਗਰ ਕਿਸੇ ਨੇ ਲੋਨ ਲੈਣਾ ਆ ਬੈਂਕ ਤੋਂ, ਅਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਵੀ ਅਸੀਂ ਬੈਂਕ ਵਿੱਚ ਜਾਂਦੇ ਹਾਂ ਉਹ ਕਹਿੰਦੇ ਆ ਕਿ ਆਪਣੀਆਂ 3 ਇਨਕਮ ਟੈਕਸ ਰਿਟਰਨ ਜਿਹੜੀਆਂ ਆ ਉਹ ਲੈ ਕੇ ਆਓ, ਬਟ ਮੈਂ ਜਿਹੜਾ ਆ ਕਿ ਇਸ ਸਾਲ ਰਿਟਰਨ ਭਰੀ ਆ, 1 ਰਿਟਰਨ ਮੇਰੇ ਕੋਲ ਹੈਗੀ ਆ, ਬਾਕੀ ਮੇਰੇ ਕੋਲ ਰਿਟਰਨਸ ਨਹੀਂ ਹੈਗੀਆਂ, ਅਤੇ ਕਿਸ ਤਰੀਕੇ ਨਾਲ ਮੈਂ ਲੋਨ ਲੈਣਾ ਮੇਰੇ ਲਈ ਜ਼ਰੂਰੀ ਆ, ਕਿਸ ਤਰੀਕੇ ਦੇ ਨਾਲ ਮੈਂ ਜਿਹੜਾ ਆ ਲੋਨ ਅਪਲਾਈ ਕਰ ਸਕਦਾ, ਲੋਨ ਜਿਹੜਾ ਮੈਨੂੰ ਮਿਲ ਜਾਵੇ?
ਇਸ ਤਰ੍ਹਾਂ ਆ, ਪਹਿਲਾਂ ਤੁਸੀਂ ਇਹ ਦੱਸੋ ਕਿ ਤੁਹਾਡਾ ਸੋਰਸ ਕੀ ਇਨਕਮ ਦਾ, ਕੀ ਤੁਸੀਂ ਸੈਲਰਡ ਪਰਸਨ ਹੋ? ਜੇ ਸੈਲਰਡ ਪਰਸਨ ਹੋ ਤੁਹਾਡੇ ਕੋਲ, ਤੁਸੀਂ ਰਿਟਰਨ ਨਹੀਂ ਫਾਈਲ ਕੀਤੀ ਹੋਈ, ਲੇਕਿਨ ਤੁਹਾਡੇ ਕੋਲ ਫੋਰਮ 16 ਹੋਏਗਾ, ਫੋਰਮ 16 ਤੁਸੀਂ ਬੈਂਕਾਂ ਨੂੰ ਦੇ ਸਕਦੇ ਹਾਂ, ਉਹਦੇ ਨਾਲ ਹੁੰਦੀ ਰਿਟਰਨ ਫਾਈਲ ਕਰਕੇ ਦੇ ਦਿਉ, ਤੁਹਾਡਾ ਜਿਹੜਾ ਲੋਨ ਹੈ ਉਹ ਸੈਂਕਸ਼ਨ ਹੋ ਜਾਏਗਾ। ਅਗਰ ਤੁਸੀਂ ਬਿਜ਼ਨਸਮੈਨ ਹੈਗੇ ਆ, ਦੈਨ ਤੁਹਾਨੂੰ ਜਿਹੜੀ ਆਪਣੀ ਰਿਟਰਨ ਤੁਹਾਡੀ 250,000 ਤੋਂ ਨੀਚੇ ਸੀਗੀ, ਤੁਸੀਂ ਕਿਸੇ ਵੀ ਐਡਵੋਕੇਟ ਕੋਲ ਜਾਂ CA ਕੋਲੋਂ ਅਟੈਸਟ ਕਰਵਾ ਕੇ ਡਾਕੂਮੈਂਟ ਦੇ ਸਕਦੇ ਹਾਂ ਕਿ ਮੇਰੀ ਇਨਕਮ 250,000 ਤੋਂ ਨੀਚੇ ਸੀਗੀ, ਇਸ ਕਰਕੇ ਮੈਂ ਰਿਟਰਨ ਫਾਈਲ ਨਹੀਂ ਕੀਤੀ। ਜਾਂ ਥਰਡ ਤੁਸੀਂ ਇਹ ਕਰ ਸਕਦੇ, ਮੰਨ ਲਓ ਤੁਹਾਡਾ ਰੈਂਟ ਇਨਕਮ ਸੀਗੀ ਤਾਂ ਤੁਸੀਂ ਰੈਂਟ ਜਿਹੜੇ ਤੁਹਾਡੇ ਅਕਾਊਂਟ ਦੇ ਵਿੱਚ ਆਇਆ ਹੋਇਆ ਆ ਉਹਦੀ ਸਟੇਟਮੈਂਟ ਬੈਂਕ ਮੈਨੇਜਰ ਨੂੰ ਦੇ ਸਕਦੇ ਹਾਂ, ਉਸ ਬੇਸ 'ਤੇ ਤੁਹਾਡਾ ਜਿਹੜਾ ਲੋਨ ਹੈ ਉਹ ਸੈਂਕਸ਼ਨ ਹੋ ਜਾਏਗਾ। ਰਿਟਰਨ ਜਿਹੜੀ ਹੈ ਹੁਣ ਆਪਾਂ ਇੱਕੋ ਹੀ ਭਰ ਸਕਦੇ ਹਾਂ, ਜਿਹੜਾ ਕਰੰਟ ਈਅਰ ਚੱਲ ਰਿਹਾ, ਉਸ ਤੋਂ ਪਿਛਲੀ ਨਹੀਂ ਭਰ ਸਕਦੇ। ਅੱਛਾ, ਉਸ ਤੋਂ ਪਿਛਲੀ ਜਿਹੜੀ ਰਿਟਰਨ ਨਹੀਂ ਭਰ ਸਕਦੇ ਉਹਨੂੰ ਜਿਹੜਾ ਆ ਉਹ ਫੋਰਮ 16 ਜਾਂ ਉਹਦੇ ਨਾਲ ਕੰਮ ਚਲਾਉਣਾ ਪਏਗਾ। ਨਹੀਂ, ਬੈਂਕ ਮੰਨ ਲਏਗਾ? ਬਿਲਕੁਲ ਸਰ, ਬੈਂਕ ਉਹਨੂੰ ਵੈਲੀਡੇਟ ਕਰੇਗਾ, ਬੈਂਕ ਉਹਨੂੰ ਮੰਨੇਗਾ। ਇਨਕਮ ਦਾ ਪਰੂਫ ਹੋਣਾ ਚਾਹੀਦਾ, ਮੇਨ ਗੱਲ ਇਹ ਹੈ, ਇਨਕਮ ਦਾ ਪਰੂਫ ਹੋਣਾ ਚਾਹੀਦਾ, ਬੈਂਕ ਉਹਨੂੰ ਵੈਲਿਡ ਕਰੇਗਾ ਔਰ ਉਸ ਬੇਸ ਦੇ ਉੱਪਰ ਤੁਹਾਡਾ ਲੋਨ ਵੀ ਸੈਂਕਸ਼ਨ ਹੋਏਗਾ। ਓਕੇ, ਸਾਡੇ ਦਰਸ਼ਕ ਇੱਕ ਕੁਐਸਚਨ ਜਿਹੜਾ ਆ ਉਹ ਪੁੱਛਣਾ ਚਾਹੁੰਦੇ ਨੇ। ਈਵਨਿੰਗ ਸਰ, ਅਸ਼ੋਕ ਕੁਮਾਰ ਫਰਾਮ ਯੂਨਾਈਟਿਡ ਅਕਾਊਂਟਡ ਐਸੋਸੀਏਸ਼ਨ। ਸਰ, ਇੱਕ ਜਿੱਦਾਂ ਹੁਣ ਐਡਵਾਂਸ ਟੈਕਸ ਜਮ੍ਹਾਂ ਹੋ ਰਿਹਾ ਆ, ਜਿੱਦਾਂ ਕੱਲ੍ਹ ਦੀ ਵੀ ਛੁੱਟੀ ਆ, ਪਰਸੋਂ ਦੀ ਵੀ ਛੁੱਟੀ ਆ, ਕੀ ਅਸੀਂ ਸੋਮਵਾਰ ਨੂੰ ਆਪਣਾ ਐਡਵਾਂਸ ਟੈਕਸ ਜਮ੍ਹਾਂ ਕਰਵਾ ਸਕਦੇ ਹਾਂ ਬਿਨਾਂ ਵਿਆਜ ਤੋਂ? ਸਰ, ਐਡਵਾਂਸ ਟੈਕਸ ਦਾ ਜਿਹੜਾ ਤੁਹਾਡਾ ਟੋਪਿਕ ਹੈਗਾ ਆ ਉਹ 15 ਤਰੀਕ ਹੈਗੀ ਆ, ਉਹ 15 ਨੂੰ ਹੀ ਜਮ੍ਹਾਂ ਹੋਣਾ ਚਾਹੀਦਾ। ਉਸ ਤੋਂ ਪਹਿਲਾਂ ਜੇ ਜਮ੍ਹਾਂ ਹੋਏਗਾ ਐਡਵਾਂਸ ਟੈਕਸ ਮੰਨਿਆ ਜਾਏਗਾ, ਉਹਦੀ ਜਿਹੜੀ ਸੈਕਿੰਡ ਇੰਸਟਾਲਮੈਂਟ ਸੀ ਉਹ ਡਿਊ ਆਪਣੀ 15 ਸਪਤੰਬਰ ਨੂੰ। ਜੇ ਤੁਸੀਂ 16 ਨੂੰ ਕਰਵਾ ਰਹੇ ਹੋ ਉਹ ਥਰਡ ਇੰਸਟਾਲਮੈਂਟ 'ਚ ਉਹਦੀ ਕਾਊਂਟਿੰਗ ਆਏਗੀ, ਸੈਕਿੰਡ ਇੰਸਟਾਲਮੈਂਟ 'ਚ ਕਾਊਂਟਿੰਗ ਨਹੀਂ ਹੋਈ। ਨਹੀਂ, ਉਹ ਜਿੱਦਾਂ 2 ਦਿਨ ਬੈਂਕ ਬੰਦ ਆ ਅਤੇ ਉਹ ਡੇਸ ਟੈਕਸ ਐਕਸਟੈਂਡ ਨਹੀਂ ਹੋਈ, ਜਾਂ ਆਪਾਂ ਆਨਲਾਈਨ ਉਹਨੂੰ ਕਿਸ ਤਰੀਕੇ ਨਾਲ ਕਰਵਾ ਸਕਦੇ ਹੋਈਏ? ਆਨਲਾਈਨ ਤੁਸੀਂ ਜੇ ਨੈੱਟ ਬੈਂਕਿੰਗ ਹੈਗੀ ਕਰਵਾ ਸਕਦੇ ਹਾਂ। ਅੱਛਾ, ਆਨਲਾਈਨ ਕਰਵਾ ਸਕਦੇ ਹਾਂ, ਜੋ ਮਰਜ਼ੀ ਕਰ ਸਕਦੇ ਹਾਂ। ਅੱਛਾ, ਲੇਕਿਨ ਡੇਟ ਜੇ 16 ਨੂੰ ਜਮ੍ਹਾਂ ਹੋਇਆ ਤਾਂ ਅੱਗੇ ਹੀ ਮੰਨੀ ਜਾਏਗੀ। ਅਤੇ ਉਹਦੇ ਵਿੱਚ ਇੱਕ ਮੇਰਾ ਕੁਐਸਚਨ ਹੈ, ਜੀ ਹੁਣ ਕੁਐਸਚਨ 'ਚੋਂ ਕੁਐਸਚਨ ਆ ਕਿ ਸਪੋਜ਼ ਕਰ ਲਓ ਕਿ ਇੱਕ ਪਰਸਨ ਨੇ ਆਪਣਾ ਐਡਵਾਂਸ ਟੈਕਸ ਜਮ੍ਹਾਂ ਕਰਾਉਣਾ ਆ, ਲੇਕਿਨ ਉਹਦੇ ਕੋਲ ਆਨਲਾਈਨ ਬੈਂਕਿੰਗ ਨਹੀਂ ਹੋਈ, ਉਹ ਕਿਸੇ ਦੇ ਅਕਾਊਂਟ ਦੇ ਵਿੱਚੋਂ ਜਾਂ ਆਪਣੇ ਅਕਾਊਂਟੈਂਟ ਦੇ ਅਕਾਊਂਟ ਦੇ ਵਿੱਚੋਂ ਜਾਂ CA ਦੇ ਅਕਾਊਂਟ ਦੇ, ਚਾਰਟਰਡ ਅਕਾਊਂਟ ਦੇ ਅਕਾਊਂਟ ਦੇ ਵਿੱਚੋਂ ਕੀ ਉਹਨੂੰ ਜਿਹੜਾ ਸਬਮਿਟ ਕਰਵਾ ਸਕਦਾ ਆਪਣੇ ਐਡਵਾਂਸ ਟੈਕਸ? ਬਿਲਕੁਲ ਕਰਵਾ ਸਕਦਾ ਹੈ ਜੀ, ਲੇਕਿਨ ਉਹ ਉਹਨੂੰ ਰੀਪੇ ਕਰੇਗਾ, ਰਿਮਿਟ ਕਰੇਗਾ। ਰਿਮਿਟ ਕਿਸ ਤਰ੍ਹਾਂ ਕਰੇਗਾ? ਉਹਨੂੰ ਚੈੱਕ ਦੇਗਾ ਜਾਂ ਉਹਦੇ ਅਕਾਊਂਟ ਦੇ ਵਿੱਚ RDS ਕਰੇਗਾ ਕਿ ਜਿਹੜਾ ਟੈਕਸ ਸੀਗਾ ਮੇਰਾ ਲੇਟ ਹੋ ਗਿਆ ਸੀਗਾ, ਮੈਂ ਉਹਦਾ ਤੁਹਾਨੂੰ ਚੈੱਕ ਪੇ ਕਰ ਦਿੱਤਾ ਆ। ਉਹਨਾਂ ਉਹਦੀ ਜਿਹੜੀ ਐਂਟਰੀ ਬੁੱਕਸ ਵਿੱਚ ਖੜੀ ਆ ਉਹ ਵੀ ਫਿਨਿਸ਼ ਹੋ ਜਾਏਗੀ। ਬਿਲਕੁਲ। ਅਤੇ ਦਰਸ਼ਕ ਨੇ ਸਾਡੇ ਜੀ ਕੁਐਸਚਨ ਆ ਰਿਹਾ ਇੱਕ। ਗੁੱਡ ਈਵਨਿੰਗ ਸਰ, ਮੇਰਾ ਨਾਮ ਨਿਤਿਸ਼ ਭਾਰਦਵਾਜ ਆ। ਮੈਂ ਪੁੱਛਣਾ ਚਾਹੁੰਦਾ ਜਿਹੜੀ ਪਾਰਟਨਰਸ਼ਿਪ ਫਰਮ ਆ ਉਹਦਾ ਆਡਿਟ ਜ਼ਰੂਰੀ ਹੈ ਜਾਂ ਨਹੀਂ, ਮੈਂਡੇਟਰੀ ਹੈ ਜਾਂ ਨਹੀਂ? ਭਾਰਦਵਾਜ ਜੀ ਪੁੱਛ ਰਹੇ ਨੇ ਜੀ ਪਾਰਟਨਰਸ਼ਿਪ ਫਰਮ ਦਾ ਜਿਹੜਾ ਆਡਿਟ ਆ ਉਹ ਜ਼ਰੂਰੀ ਹੈ? ਭਾਰਦਵਾਜ ਸਰ, ਪਾਰਟਨਰਸ਼ਿਪ ਦਾ ਜਿਹੜਾ ਆਡਿਟ ਉਹ ਡਿਪੈਂਡ ਕਰੇਗਾ ਕਿ ਤੁਹਾਡੀ ਜਿਹੜੀ ਆਪਣੀ ਪਾਰਟਨਰ ਦੀ ਸੈਲਰੀ ਹੈਗੀ ਆ ਉਹ ਪੇ ਕਰ ਰਹੇ ਆਪਾਂ ਕਿ ਨਹੀਂ ਕਰ ਰਹੇ, ਪਲੱਸ ਜਿਹੜੀ ਉਹਦੀ ਸੇਲ ਹੈ ਉਹਦੇ ਉੱਪਰ। ਜੇ ਪਾਰਟਨਰਸ਼ਿਪ ਫਰਮ ਦੀ ਜਿਹੜੀ ਸੇਲ ਹੈ 1 ਕਰੋੜ ਤੋਂ ਉੱਪਰ ਹੈਗੀ ਆ, ਦੈਨ ਡੈਟ ਇਜ਼ ਮੈਂਡੇਟਰੀ ਹੈ ਕਿ ਤੁਸੀਂ ਉਹਨਾਂ ਆਡਿਟ ਕਰਵਾਓਗੇ। ਅਗਰ ਉਹਦੀ ਜਿਹੜੀ ਸੇਲ ਹੈ ਉਹ 1 ਕਰੋੜ ਤੋਂ ਉੱਪਰ ਨਹੀਂ ਹੈ ਔਰ ਤੁਹਾਡਾ ਜਿਹੜਾ ਪ੍ਰੋਫਿਟ ਵਿਦਆਊਟ ਐਨੀ ਪੇਮੈਂਟ, ਜਿਹੜੀ ਆਪਾਂ ਇੰਟਰਸਟ ਜਾਂ ਸੈਲਰੀ ਦੀ ਗੱਲ ਕਰੀਏ ਪਾਰਟਨਰ ਦੇਣ ਤੋਂ ਇਲਾਵਾ, ਉਸਦਾ ਜਿਹੜਾ ਪ੍ਰੋਫਿਟ 8% ਤੋਂ ਉੱਪਰ ਹੈਗਾ ਆ, ਦੈਨ ਆਡਿਟ ਦੀ ਲੋੜ ਨਹੀਂ ਹੈ, ਦੈਨ ਟੈਕਸ ਆਡਿਟ ਦੀ ਲੋੜ ਨਹੀਂ ਹੈਗੀ। ਤੁਸੀਂ ਜੋ ਉਹਦੇ ਉੱਪਰ ਆਪਣਾ ਪ੍ਰੋਫਿਟ ਹੈ ਰਿਟਰਨ ਫਾਈਲ ਕਰ ਸਕਦੇ ਹਾਂ, ਫਿਰ ਉਹ ਆਪਣੀ ਰਿਟਰਨ ਜਿਹੜੀ ਆ ਫਾਈਲ ਉਹ ਕਰ ਸਕਦੇ ਹਾਂ। ਅਤੇ ਸਾਡੇ ਦਰਸ਼ਕ ਇੱਕ ਹੋਰ ਕੁਐਸਚਨ ਜਿਹੜਾ ਆ ਉਹ ਕਰਨਾ ਚਾਹੁੰਦੇ ਨੇ। ਸਰ, ਮਾਈ ਨੇਮ ਇਜ਼ ਪ੍ਰਿਆ ਐਂਡ ਮੇਰਾ ਕੁਐਸਚਨ ਇਹ ਵਾ ਕਿ ਲਾਈਕ ਅਸੀਂ 2015 or 2016 ਦੀ ਰਿਟਰਨ ਫਾਈਲ ਕੀਤੀ ਆ ਐਂਡ ਆਫਟਰ 3 ਈਅਰਸ ਅਸੀਂ ਉਹ ਮਤਲਬ ਫਾਈਲ ਨਹੀਂ ਕਰਦੇ ਰਿਟਰਨ, ਦੈਨ ਉਸ ਤੋਂ ਬਾਅਦ ਅਗਰ ਮੈਂ ਹੁਣ ਉਹ ਫਾਈਲ ਕਰਦੀ ਹਾਂ ਦੈਨ ਉਹਦੀ ਪੈਨਲਟੀ ਮੈਨੂੰ ਪੇ ਕਰਨੀ ਪਏਗੀ 3 ਈਅਰਸ ਦੀ? ਹਾਂ ਮੈਮ, ਇਸ ਤਰ੍ਹਾਂ ਆ, ਜਿਹੜਾ ਤੁਹਾਡਾ ਕੁਐਸਚਨ ਆ ਉਹਦੇ ਅਕੋਰਡਿੰਗ ਆਪਾਂ ਰਿਟਰਨ ਫਾਈਲ ਨਹੀਂ ਕਰ ਸਕਦੇ ਪਿਛਲੇ ਕਿਸੇ ਵੀ ਸਾਲ ਦੀ, 2016, 2017, 2018, 2018, 2019 ਦੀ। ਲੇਕਿਨ ਇੱਕ ਪ੍ਰੋਵੀਜ਼ਨ ਹੈਗੀ ਇਹਦੇ ਵਿੱਚ, ਜੇ ਤੁਹਾਨੂੰ ਡਿਪਾਰਟਮੈਂਟ ਤੋਂ ਕੋਈ ਨੋਟਿਸ ਇਸ਼ੂ ਹੋਇਆ ਆ ਦੈਨ ਤੁਸੀਂ ਉਹ ਰਿਟਰਨ ਫਾਈਲ ਕਰ ਸਕਦੇ ਹਾਂ, ਉਹ ਵਿਦ ਪੈਨਲਟੀ ਕਰ ਸਕਦੇ ਹਾਂ, ਜੋ ਗੌਰਮੈਂਟ ਦੀ ਪੈਨਲਟੀ ਹੈਗੀ ਆ ਉਹ ਤੁਹਾਨੂੰ ਪੇ ਕਰਕੇ ਰਿਟਰਨ ਫਾਈਲ ਹੋ ਜਾਏ। ਇੱਕ ਜਿਹੜਾ ਸਾਡਾ ਕੁਐਸਚਨ ਆ ਉਹ ਹੈ ਕਿ ਸਾਨੂੰ ਦਰਸ਼ਕ ਦਾ ਇੱਕ ਕੁਐਸਚਨ ਆਇਆ ਸੀ ਕਿ ਮੈਂ ਬਿਜ਼ਨਸਮੈਨ ਹਾਂ, ਮੇਰਾ ਸ਼ੌਪ ਆ, ਮੇਰੇ ਉਹਦੇ ਨਾਮ ਦੇ ਉੱਤੇ ਮੇਰਾ GST ਹੈ, GST ਨੰਬਰ ਹੋਣ ਦੇ ਬਾਵਜੂਦ ਮੇਰੇ ਕੋਲ ਨਾਲ ਦੀ ਨਾਲ ਇਨਕਮ ਜਿਹੜੀ ਆ ਉਹ ਰੈਂਟਲ ਇਨਕਮ ਆ ਰਹੀ ਆ, ਜਿਹੜੀ ਮੇਰੀ ਰੈਂਟਲ ਇਨਕਮ ਆ ਕੀ ਉਹਦੇ 'ਤੇ GST ਐਪਲੀਕੇਬਲ ਹੈ? ਸਰ, ਤੁਸੀਂ ਇਹ ਦੇਖੋ ਪਹਿਲਾਂ GST ਦੇ ਤੁਸੀਂ ਕਿਹੜਾ ਨੰਬਰ ਲਿਆ ਹੋਇਆ। ਜੇ ਤੁਸੀਂ ਰੈਗੂਲਰ ਨੰਬਰ GST ਦਾ ਲਿਆ ਹੋਇਆ ਆ ਔਰ ਤੁਹਾਡੀ ਜਿਹੜੀ ਇੰਟਰਸਟ ਇਨਕਮ ਆ ਰਹੀ ਆ, ਸੋਰੀ ਆਪਣੀ ਰੈਂਟ ਇਨਕਮ ਆ ਰਹੀ ਆ, ਰੈਂਟ ਇਨਕਮ ਦੇ ਉੱਪਰ ਤੁਹਾਨੂੰ ਜਿਹੜਾ ਟੈਕਸ ਆ ਉਹ ਦੇਣਾ ਪਏਗਾ GST ਐਟ ਦ ਰੇਟ ਆਫ 18%, ਜੋ ਗੌਰਮੈਂਟ ਦੀ ਪ੍ਰੋਵੀਜ਼ਨ ਹੈਗੀ ਆ, ਕਿਉਂਕਿ ਉਹ ਤੁਹਾਡੀ ਰਿਸਿਪਟ ਹੈ ਆਲਰੇਡੀ, ਤੁਸੀਂ ਜਿਹੜਾ ਰੈਗੂਲਰ ਨੰਬਰ ਲਿਆ ਹੋਇਆ, ਪ੍ਰੋਪਰਾਈਟਰਸ਼ਿਪ ਫਰਮ ਹੈ ਤੁਹਾਡੀ, ਇਸ ਕਰਕੇ ਤੁਹਾਨੂੰ ਕੋਈ ਐਗਜ਼ੰਪਸ਼ਨ ਨਹੀਂ ਹੈਗੀ, ਯੂ ਹੈਵ ਟੂ ਪੇ। ਬਿਲਕੁਲ ਸਰ,
ਪਾਰਟੀ ਕਲੇਮ ਕਰ ਸਕਦੀ ਹੈ ਬਿਲਕੁਲ ਪਾਰਟੀ ਕਲੇਮ ਕਰ ਸਕਦੀ ਹੈ ਜੇ ਉਹਨੇ ਪਾਰਟੀ ਤੋਂ ਨਹੀਂ ਕਲੇਮ ਕਰ ਰਹੇ ਦੈਨ ਉਹਨੂੰ ਹੀ ਪੇ ਕਰਨਾ ਪਏਗਾ ਉਹਦੀ ਕੋਸਟ ਹੋ ਜਾਏਗੀ ਹੈ ਉਹਦੀ ਕੋਸਟ ਹੋ ਜਾਏਗੀ ਬਿਲਕੁਲ ਸਰ ਡੈਫੀਨਿਟਲੀ ਅਤੇ ਸਾਡੇ ਦਰਸ਼ਕ ਕੁਐਸਚਨ ਕਰਨੇ ਚਾਹੁੰਦੇ ਮਾਈਸੈਲਫ ਓਮ ਪ੍ਰਕਾਸ਼ ਸੈਕਟਰੀ ਜੂਨਾਈਟਡ ਅਕਾਊਂਟੈਂਟ ਐਸੋਸੀਏਸ਼ਨ ਸਰ ਮੇਰਾ ਕੁਐਸਚਨ ਇਹ ਹੈ ਕਿ ਮਤਲਬ ਈਵੇ ਬਿੱਲ ਦੇ ਬਾਰੇ ਕੁਐਸਚਨ ਹੈ ਮੇਰਾ ਅਗਰ ਮੈਂ ਇੱਕ ਈਵੇ ਬਿੱਲ ਜਨਰੇਟ ਕੀਤਾ ਹੈ ਮਾਲ ਮੇਰਾ ਜਾ ਰਿਹਾ ਡਿਸਪੈਚ ਹੋਣ ਲਈ ਤੁਰੰਤ 15 ਡਿਸਪੈਚ ਹੋਣ ਤੋਂ ਪਹਿਲਾਂ ਪਾਰਟੀ ਦਾ ਫੋਨ ਆਉਂਦਾ ਕਿ ਮੈਨੂੰ ਹੋਰ ਮਾਲ ਚਾਹੀਦਾ ਹੈ ਅਤੇ ਉਹਦੇ ਵਿੱਚ ਜੇ ਮੈਂ ਦੁਬਾਰਾ ਈਵੇ ਬਿੱਲ ਜਨਰੇਟ ਕਰਾਂਗਾ ਜਾਂ ਕਿਸ ਤਰ੍ਹਾਂ ਕਰਾਂਗਾ ਦੂਸਰਾ ਕੁਐਸਚਨ ਮੇਰਾ ਕੈਸ਼ 'ਤੇ ਹੈਗਾ ਕਿ ਮੈਂ ਕੈਸ਼ ਕਿੰਨੀ ਪੇਮੈਂਟ ਕਰ ਸਕਦਾ ਇਹ ਕਿਸੇ ਪਾਰਟੀ ਕੋਲ ਰਿਸੀਵ ਕਰ ਸਕਦਾ ਜਾਂ ਲੈ ਸਕਦਾ ਜਾਂ ਪੇ ਕਿੰਨੀ ਕਰ ਸਕਦਾ ਇੱਕ ਦਿਨ ਵਿੱਚ ਸਰ ਪਹਿਲਾਂ ਤੁਹਾਡਾ ਕੁਐਸਚਨ ਇਹ ਹੈਗਾ ਜੀ ਐਸ ਟੀ ਅਤੇ ਈ ਬਿੱਲ ਦੇ ਉੱਪਰ ਈ ਬਿੱਲ ਜਿਹੜਾ ਹੈਗਾ ਆ ਅਸੀਂ ਉਹਨੂੰ ਕੈਂਸਲ ਕਰ ਸਕਦੇ ਹਾਂ ਸਾਡੇ ਕੋਲ ਉਹਦੀ ਪ੍ਰੋਵੀਜ਼ਨ ਹੈਗੀ ਆ ਅਸੀਂ ਮੰਨ ਲਓ ਬਣਾ ਲਿਆ ਉਸ ਤੋਂ ਬਾਅਦ ਪਾਰਟੀ ਨੇ ਕਹਿਤਾ ਮੈਨੂੰ ਸਮਾਨ ਹੋਰ ਚਾਹੀਦਾ ਆਪਾਂ ਇੱਕ ਬਿੱਲ ਹੋਰ ਜਨਰੇਟ ਕਰ ਦਿੱਤਾ ਈ ਬਿੱਲ ਜਿਹੜਾ ਹੈਗਾ ਅਸੀਂ ਉਹਨੂੰ ਡੈਫੀਨੇਟਲੀ ਆ ਕੈਂਸਲ ਕਰਕੇ ਦੁਬਾਰਾ ਬਣਾ ਸਕਦੇ ਹਾਂ ਕੋਈ ਪ੍ਰੋਬਲਮ ਨਹੀਂ ਹੈ ਉਹਦੇ ਵਿੱਚ ਇਹ ਮੇਰੇ ਖਿਆਲ ਕਲੀਅਰ ਹੋ ਗਿਆ ਤੁਹਾਨੂੰ ਇਹ ਪ੍ਰੋਵੀਜ਼ਨ ਔਰ ਸੈਕਿੰਡ ਤੁਹਾਡੀ ਜਿਹੜੀ ਪ੍ਰੋਵੀਜ਼ਨ ਹੈਗੀ ਆ ਉਹ ਪ੍ਰੋਵੀਜ਼ਨ ਇਹ ਹੈਗੀ ਆ ਕਿ ਆਪਾਂ ਗੱਲ ਕਰੇ ਕੈਸ਼ ਆਪਾਂ ਕਿੰਨਾ ਪਾਰਟੀ ਨੂੰ ਦੇ ਸਕਦੇ ਹਾਂ ਸਰ ਅਸੀਂ ਮੈਕਸੀਮਮ ਜਿਹੜੀ ਕੈਸ਼ ਦੀ ਪੇਮੈਂਟ ਹੈ 10,000 ਕਰ ਸਕਦੇ ਹਾਂ ਔਰ ਪਾਰਟੀ ਕੋਲ ਰਿਸੀਵ ਵੀ 10,000 ਹੀ ਕਰ ਸਕਦੇ ਹਾਂ ਲੇਕਿਨ ਜੇ ਪਾਰਟੀ ਕੋਲ ਰੈਗੂਲਰ ਨੰਬਰ ਨਹੀਂ ਹੈਗਾ ਉਹ ਤੁਹਾਡਾ ਕੈਜੂਅਲ ਕਲਾਇੰਟ ਹੈਗਾ ਆ ਦੈਨ ਤੁਸੀਂ ਉਹਦੇ ਕੋਲ 2,00,000 ਰੁਪਏ ਤੱਕ ਕੈਸ਼ ਲੈ ਸਕਦੇ ਹਾਂ 1,99,000 999 ਤੱਕ 2,00,000 ਤੋਂ ਉੱਪਰ ਤੁਸੀਂ ਕੈਸ਼ ਪੇਮੈਂਟ ਨਹੀਂ ਲੈ ਸਕਦੇ 2,00,000 ਤੋਂ ਉੱਪਰ ਨਹੀਂ ਲੈ ਸਕਦੇ ਬਿਲਕੁਲ 2,00,000 ਤੋਂ ਉੱਪਰ ਅਸੀਂ ਕੈਸ਼ ਪੇਮੈਂਟ ਨਹੀਂ ਲੈ ਸਕਦੇ ਅਤੇ ਸਾਡੇ ਦਰਸ਼ਕ ਹੋਰ ਕੁਐਸਚਨ ਪੁੱਛਣਾ ਚਾਹੁੰਦੇ ਨੇ ਕੁਐਸਚਨ ਕਾਫੀ ਆ ਰਹੇ ਆ ਅਤੇ ਬੜੀ ਨੌਲੇਜੇਬਲ ਕੁਐਸਚਨ ਨੇ ਨਮਸਕਾਰ ਜੀ ਮੈਂ ਪਵਨ ਕੁਮਾਰ ਮੇਰੀ ਸੀਨੀਅਰ ਸਿਟੀਜ਼ਨ ਆ ਜੀ ਅਤੇ ਮੇਰੀ ਉਮਰ ਹੈਗੀ 65 ਸਾਲ ਅਤੇ ਮੈਂ ਆਪਣੀ ਇਨਕਮ ਟੈਕਸ ਦੀ ਰਿਟਰਨ ਬਣਾਈ ਸੈਲਰੀ ਇਨਕਮ ਆ ਅਤੇ 2,52,000 ਰੁਪਈਆ ਸਟੈਂਡਰਡ ਡਿਡਕਸ਼ਨ ਕੱਢਣ ਤੋਂ ਬਾਅਦ ਬਣੀ ਮੈਂ ਆਪਣੀ ਰਿਟਰਨ ਦੇਣੀ ਭੁੱਲ ਗਿਆ ਜਾਂ ਛੱਡ ਦਿੱਤੀ ਜਾਂ ਮੈਨੂੰ ਪਤਾ ਸੀ ਹੈਗਾ ਨੌਲੇਜ ਸੀ ਹਲਕੀ ਜਿਹੀ ਕਿ 3,00,000 ਤੱਕ ਛੂਟ ਹੈ ਪਰ ਜਿਸ ਵੇਲੇ ਅੱਜ ਮੈਂ ਰਿਟਰਨ ਬਣਾਉਂਦਾ ਤਾਂ ਮੈਨੂੰ 1,000 ਰੁਪਈਆ ਪੈਨਲਟੀ ਲੱਗਣ ਦੀ ਸ਼ੋਅ ਕਰਦਾ ਆਇਆ ਮੇਰੇ ਬਣਾਉਣ 'ਚ ਕੋਈ ਗਲਤੀ ਆ ਜਾਂ ਡਿਪਾਰਟਮੈਂਟ ਦੀ ਗਲਤੀ ਆ ਜਾਂ ਕੀ ਚੱਕਰ ਆ ਮੈਨੂੰ ਇਹ ਸਮਝ ਨਹੀਂ ਆਉਂਦਾ ਇਹਦੇ ਬਾਰੇ ਪੁੱਛਣਾ ਚਾਹੁੰਦਾ ਜੀ ਇਹ ਆਮ ਪਬਲਿਕ ਜਿਹੜੀ ਛੋਟੀ ਛੋਟੀਆਂ ਜ਼ਿੰਦਗੀਆਂ ਆ ਇਹ ਉਹ ਟੌਪਿਕ ਆ ਕਿ ਜਿਹੜਾ ਆਮ ਜ਼ਿੰਦਗੀ ਦੇ ਵਿੱਚ ਲੋਕਾਂ ਨਾਲ ਬੀਤਦੀ ਆ ਸਰ ਤੁਸੀਂ ਸੀਨੀਅਰ ਸਿਟੀਜ਼ਨ ਹੋ 60 ਸਾਲ ਤੋਂ ਉੱਪਰ ਤੁਹਾਡੀ ਏਜ ਹੋ ਗਈ ਠੀਕ ਆ ਔਰ ਆਫਟਰ ਸਟੈਂਡਰਡ ਡਿਡਕਸ਼ਨ ਤੁਹਾਡੀ ਇਨਕਮ 2,52,000 ਤੁਸੀਂ ਕਹਿ ਰਹੇ ਹਾਂ 3,00,000 ਤੱਕ ਜਿਹੜੀ ਸੀਨੀਅਰ ਸਿਟੀਜ਼ਨ ਦੀ ਇਨਕਮ ਉਹ ਐਗਜ਼ੈਂਪਟ ਆ ਤੁਸੀਂ ਹੋ ਸਕਦਾ ਜਦੋਂ ਆਪਣੀ ਰਿਟਰਨ ਫਾਈਲ ਕਰ ਰਹੇ ਹਾਂ ਪੈਨ ਕਾਰਡ ਦੇ ਥਰੂ ਉੱਥੇ ਉਸ ਡੇਟ ਆਫ ਬਰਥ ਜਿਹੜੀ ਆ ਤੁਹਾਡੀ ਉਹ ਸਹੀ ਨਾ ਹੋਵੇ ਉਹ ਇੱਕ ਵਾਰ ਪੈਨ ਕਾਰਡ ਤੋਂ ਚੈੱਕ ਕਰ ਲਓ ਤੁਹਾਨੂੰ ਕੋਈ ਪੈਨਲਟੀ ਨਹੀਂ ਲੱਗੇਗੀ 1,000 ਦੀ ਕਿਉਂਕਿ ਤੁਹਾਡੀ ਜਿਹੜੀ ਏਜ ਆ ਉਹ 60 ਸਾਲ ਤੋਂ ਉੱਪਰ ਹੋ ਗਈ ਹੈ ਤੁਸੀਂ ਆਪਣੀ ਰਿਟਰਨ ਸਿੰਪਲ ਫਾਈਲ ਕਰ ਸਕਦੇ ਹਾਂ ਜੇ ਕੋਈ ਪ੍ਰੋਬਲਮ ਆਉਂਦੀ ਹੈ ਕਿਸੇ ਵੀ ਟੈਕਸ ਕੰਸਲਟੈਂਟ ਨਾਲ ਗੱਲ ਕਰ ਲਓ ਉਹ ਤੁਹਾਡੀ ਰਿਟਰਨ ਫਾਈਲ ਕਰ ਦੇਗਾ ਉਹ ਫਾਈਲ ਜਿਹੜੀ ਉਹ ਕਰ ਸਕਦਾ ਬਿਲਕੁਲ ਹਾਂਜੀ ਅਤੇ ਇੱਕ ਕੁਐਸਚਨ ਸਾਡੇ ਦਰਸ਼ਕ ਦਾ ਸਾਨੂੰ ਆਇਆ ਸੀ ਉਹ ਇਹ ਸੀ ਕਿ ਈ ਬਿੱਲ ਦੇ ਥਰੂ ਮੇਰਾ ਸਟੇਟ ਤੋਂ ਬਾਹਰ ਤੋਂ ਜਦੋਂ ਕਿਤੇ ਵੀ ਮਟੀਰੀਅਲ ਆਉਂਦਾ ਆ ਅਤੇ ਕੋਈ ਵੀ ਮਾਲ ਆਇਆ ਆ ਤਾਂ ਉਹਦੇ ਵਿੱਚ ਉਹ ਫੋਲਟੀ ਨਿਕਲਿਆ ਉਹਦੇ ਵਿੱਚ ਕੁਛ ਪਾਰਟ ਜਿਹੜਾ ਆ ਉਹਦਾ ਫੋਲਟੀ ਨਿਕਲਿਆ ਅਤੇ ਮੈਂ ਉਹਦਾ ਕਲੇਮ ਕਰਨਾ ਲੇਕਿਨ ਜੇ ਪਾਰਟੀ ਮੈਨੂੰ ਮੰਨ ਵੀ ਜਾਂਦੀ ਆ ਕਿ ਵੀ ਮੈਂ ਉਹਦੇ ਤੈਨੂੰ ਪੈਸੇ ਛੱਡ ਦਿੰਦਾ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਆ ਬਿੱਲ ਰਿਫੰਡ ਹੋ ਸਕਦਾ ਜਾਂ ਬਿੱਲ ਘੱਟ ਸਕਦਾ ਜਾਂ ਮਟੀਰੀਅਲ ਮੈਂ ਦੁਬਾਰਾ ਵਿਦਾਊਟ ਬਿੱਲ ਤੋਂ ਮੰਗਵਾ ਸਕਦਾ ਸਰ ਇਹਦੇ ਵਿੱਚ ਦੋ ਚੀਜ਼ਾਂ ਕਰ ਸਕਦੇ ਹਾਂ ਆਪਾਂ ਜਾਂ ਤਾਂ ਅਸੀਂ ਉਹ ਮਾਲ ਦਾ ਮਾਲ ਜਿਹੜਾ ਚਲਾਨ ਬਣਾ ਕੇ ਵਾਪਸ ਕਰ ਸਕਦੇ ਹਾਂ ਸਾਨੂੰ ਈ ਬਿੱਲ ਬਣਾਉਣ ਦੀ ਲੋੜ ਨਹੀਂ ਅਸੀਂ ਚਲਾਨ ਕਹਿ ਸਕਦੇ ਹਾਂ ਮਾਲ ਉੱਥੋਂ ਆਇਆ ਸੀਗਾ ਅਸੀਂ ਵਾਪਸ ਕਰ ਦਿੱਤਾ ਚਲਾਨ ਨਾਲ ਮਾਲ ਵਾਪਸ ਚਲੇ ਜਾਏਗਾ ਜਾਂ ਦੂਸਰਾ ਇਹ ਆ ਕਿ ਅਸੀਂ ਬਿੱਲ ਅਸੈਪਟ ਕਰ ਲਿਆ ਉਸ ਤੋਂ ਬਾਅਦ ਅਸੀਂ ਡੈਬਿਟ ਨੋਟ ਕੱਢ ਦਿੱਤਾ ਪਾਰਟੀ ਨੂੰ ਜਿੱਥੇ ਅਸੀਂ ਉਹਦੀ ਪੇਮੈਂਟ ਕਰਨੀ ਸੀ ਅਸੀਂ ਡੈਬਿਟ ਨੋਟ ਕਰ ਦਿੱਤਾ ਡੈਬਿਟ ਨੋਟ ਕੱਟਣ ਦੇ ਨਾਲ ਕੀ ਹੋਇਆ ਕਿ ਅਸੀਂ ਪਾਰਟੀ ਨੂੰ ਇਹ ਕਹਿ ਦਿੱਤਾ ਕਿ ਅਸੀਂ ਤੁਹਾਡਾ ਜਿਹੜਾ ਅਕਾਊਂਟ ਆ ਉਹਨੂੰ ਡੈਬਿਟ ਕਰ ਦਿੱਤਾ ਉਹ ਜਿਹੜਾ ਮਾਲ ਆ ਚਲਾਨ ਦੇ ਨਾਲ ਵਾਪਸ ਚਲੇ ਗਿਆ ਉੱਥੇ ਕਿਤੇ ਕੋਈ ਪ੍ਰੋਬਲਮ ਨਹੀਂ ਆਏਗੀ ਜੇ ਤੁਹਾਨੂੰ ਕੋਈ ਪੁੱਛਦਾ ਵੀ ਉਹ ਚਲਾਨ ਨਾਲ ਲੱਗਾ ਹੋਏਗਾ ਕਿ ਉਹੀ ਮਾਲ ਵਾਪਸ ਗਿਆ ਆ ਜਿਹੜਾ ਮਾਲ ਪਹਿਲਾਂ ਆਇਆ ਸੀਗਾ ਅਤੇ ਜਿਹੜਾ ਪਾਰਟੀ ਨੇ ਜਿਹਨੇ ਮੈਨੂੰ ਬਿੱਲ ਕੱਟਿਆ ਆ ਉਹਨੂੰ ਜੀ ਐਸ ਟੀ ਜਿਹੜਾ ਉਹਨੇ ਲਗਾਇਆ ਆ ਉਹ ਕਿਸ ਤਰੀਕੇ ਨਾਲ ਉਹਦਾ ਐਡਜਸਟ ਹੋਏਗਾ ਜੇ ਡੈਬਿਟ ਨੋਟ ਅਸੀਂ ਕੱਟ ਦਿੱਤਾ ਆਟੋਮੈਟਿਕਲੀ ਉਹਦਾ ਐਡਜਸਟ ਹੋ ਜਾਏਗਾ ਉਹਦਾ ਐਡਜਸਟ ਹੋ ਜਾਏਗਾ ਉਹਦੇ ਵਿੱਚ ਕਿਉਂਕਿ ਅਸੀਂ ਪੇ ਨਹੀਂ ਕੀਤਾ ਉਹਦਾ ਆਟੋਮੈਟਿਕਲੀ ਐਡਜਸਟ ਹੋ ਜਾਏਗਾ ਅਤੇ ਇੱਕ ਦਰਸ਼ਕ ਸਾਡਾ ਕੁਐਸਚਨ ਹੋਰ ਪੁੱਛਣਾ ਚਾਹੁੰਦੇ ਨੇ ਇਸ ਤਰ੍ਹਾਂ ਮੈਨੂੰ ਰੈਂਟਲ ਇਨਕਮ ਆਉਂਦੀ ਹੈ ਰੈਂਟਲ ਇਨਕਮ ਮਤਲਬ ਮੇਰੀ 1,00,000 ਰੁਪਏ ਮੈਨੂੰ ਆਉਂਦੀ ਹੈ ਅਤੇ ਮੈਂ ਜਿਸ ਵੇਲੇ ਆਪਣੀ ਰਿਟਰਨ ਫਾਈਲ ਕਰਦਾ ਤਾਂ ਉਹਦੇ ਵਿੱਚ ਮੈਨੂੰ ਪੂਰਾ ਉਹਦੇ ਵਿੱਚ ਉਹ 1,00,000 ਤੇ ਮੈਨੂੰ ਟੈਕਸ ਪੇ ਕਰਨਾ ਪਏਗਾ ਜਾਂ ਉਹਦੇ ਵਿੱਚ ਮੈਨੂੰ 30% ਮਿਲੇਗਾ ਜੀ ਜੋ ਟੈਕਸ ਕੱਟ ਕੇ ਮੈਂ 70,000 ਤੇ ਪੇ ਕਰਾਂਗਾ ਜਾਂ ਪੂਰੇ 1,00,000 ਤੇ ਕਰਾਂਗਾ ਜੀ ਸਰ ਦੇਖੋ ਜਿਹੜੀ ਹਾਊਸ ਪ੍ਰੋਪਰਟੀ ਇਨਕਮ ਹੈ ਤੁਹਾਡੀ ਜਿਹੜੀ ਸੈਕਸ਼ਨ 24 'ਚ ਆਉਂਦੀ ਆ ਉਹਦੇ ਵਿੱਚ ਸਾਨੂੰ ਗੌਰਮੈਂਟ ਨੇ ਇੱਕ ਸਟੈਂਡਰਡ ਡਿਡਕਸ਼ਨ ਦਿੱਤੀ ਆ 30% ਦੀ ਜੇ ਤੁਹਾਨੂੰ ਰੈਂਟਲ ਇਨਕਮ 1,00,000 ਆ ਰਹੀ ਆ ਤਾਂ 30% ਤੁਹਾਡਾ ਉਹ 'ਚ ਐਗਜ਼ੈਂਪਟ ਹੋ ਗਿਆ ਆ 70,000 ਦੇ ਉੱਪਰ ਤੁਸੀਂ ਜਿਹੜਾ ਟੈਕਸ ਆ ਉਹ ਬੰਦਾ ਪੇ ਕਰਨਾ ਆ
ਇੱਕ ਕੁਐਸਚਨ ਹੈ ਕਿ ਸਪੋਜ਼ ਕਰੋ ਕਿਸੇ ਦੀ ਓਨਲੀ ਰੈਂਟਲ ਇਨਕਮ ਆ, ਉਹਨੇ ਇੱਕ ਪੂਰਾ ਆਪਣਾ ਪਲਾਜ਼ਾ ਖੋਲਿਆ ਹੋਇਆ ਜਾਂ ਇਹ ਕਹਿ ਲਓ ਕਿ ਸ਼ੋਪਿੰਗ ਕੰਪਲੈਕਸ ਖੋਲਿਆ ਹੋਇਆ, ਉਸਨੂੰ ਰੈਂਟਲ ਸਿਰਫ ਇਨਕਮ ਆ, ਉਸਦੇ ਵਿੱਚ ਇੱਕ ਤਾਂ ਜਿਹੜੇ ਕੋਈ ਕੰਮ ਲਈ ਬੰਦੇ ਰੱਖੇਗਾ, ਕੋਈ ਲਿਫਟਮੈਨ ਰੱਖੇਗਾ ਜਾਂ ਹੋਰ ਰੱਖੇਗਾ, ਉਹਨਾਂ ਦਾ ਖਰਚਾ ਹੋ ਗਿਆ, ਉਸ ਤੋਂ ਇਲਾਵਾ ਉਹ ਕੀ ਖਰਚਾ ਪਾ ਸਕਦਾ ਹੋ ਸਕਦਾ ਉਹਦਾ ਕਿ ਜਿਹੜਾ ਉਹਨੂੰ ਟੈਕਸ ਦੀ ਬੱਚਤ ਹੋ ਜਾਵੇ? ਸਰ ਜੈਨੂਨ ਖਰਚੇ ਜਿਹੜੇ ਹੈਗੇ ਉਹ ਪਾਲ ਸਕਦਾ, ਕਲੇਮ ਕਰ ਸਕਦਾ। ਦੇਖੋ ਉਹਦਾ ਰਿਪੇਅਰ ਐਂਡ ਮੇਨਟੇਨੈਂਸ ਹੋਏਗਾ, ਇਲੈਕਟ੍ਰੀਸਿਟੀ ਹੋਏਗਾ, ਇਹੀ ਐਕਸਪੈਂਸਿਸ ਹੁੰਦੇ ਆ, ਔਰ ਗਵਰਨਮੈਂਟ ਜੈਨੂਨ ਐਕਸਪੈਂਸਿਸ ਦੇਗਾ। ਜੋ ਉਹਦੀ ਬਿਲਡਿੰਗ ਆ ਜੋ ਉਹਨੂੰ ਲੋਸ ਹੋ ਰਿਹਾ ਜਾਂ ਬਿਲਡਿੰਗ ਟੁੱਟ ਰਹੀ ਆ, ਕੀ ਉਹਦੇ ਰਿਪੇਅਰ ਦੇ ਜਾਂ ਹੋਰ ਖਰਚੇ ਆ ਉਹਦੇ ਵਿੱਚ ਪਾ ਸਕਦਾ? ਸਰ ਦੇਖੋ ਜੈਨੂਨ ਖਰਚੇ ਪਾ ਸਕਦਾ ਉਹਦੇ ਵਿੱਚ ਉਹਨੂੰ ਮਿਲੇਗਾ, ਜਿਹੜਾ ਉਹਨੇ ਉਹਦੇ ਉੱਪਰ ਹਾਊਸ ਪ੍ਰੋਪਰਟੀ ਟੈਕਸ ਵੀ ਪੇ ਕੀਤਾ ਉਹਦੀ ਵੀ ਡਿਡਕਸ਼ਨ ਗਵਰਨਮੈਂਟ ਦਿੰਦੀ ਹੈ, ਐਕਸਟਰਾ ਡਿਡਕਸ਼ਨ ਹੈ ਉਹਦੀ, ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ। ਸਾਡੇ ਦਰਸ਼ਕ ਪੁੱਛਣਾ ਚਾਹੁੰਦੇ ਨੇ ਜੀ ਕੁਐਸਚਨ। ਸਰ ਇੱਦਾਂ ਮੇਰਾ ਵੈਸਟਰਨ ਯੂਨੀਅਨ ਅਤੇ ਏਅਰ ਟਿਕਟਸ ਦਾ ਕੰਮ ਆ, ਅਤੇ ਮੇਰੇ ਅਕਾਊਂਟ ਦੇ ਵਿੱਚੋਂ ਜਿਹੜੀ ਹੈ ਨਾ ਟੋਟਲ ਟ੍ਰਾਂਜੈਕਸ਼ਨ ਹੋ ਚੁੱਕੀ ਹੈ 1 ਕਰੋੜ ਤੋਂ ਉੱਪਰ ਹੋ ਚੁੱਕੇ ਆ, ਕੀ ਮੈਨੂੰ ਸਰ 2% ਜਿਹੜਾ ਟੈਕਸ ਲੱਗਾ ਆ ਵੈਸਟਰਨ ਯੂਨੀਅਨ ਦੇਣਾ ਪਵੇਗਾ ਮੈਨੂੰ? ਇਹ ਅਹਿਮ ਕੁਐਸਚਨ ਹੈ ਜੀ। ਪਿਛਲੀ ਵਾਰ ਵੀ ਇੱਕ ਵਾਰੀ ਆਪਾਂ ਇਹ ਗੱਲ ਕੀਤੀ ਸੀ ਕਿ ਜਿਹੜਾ ਖਾਸ ਕਰ ਵੈਸਟਰਨ ਯੂਨੀਅਨ ਜਾਂ ਹੋਰ ਵੱਡੇ ਵਪਾਰੀ ਆ ਜਿਹਨਾਂ ਦੀ ਕੈਸ਼ ਜ਼ਿਆਦਾ ਨਿਕਲਦਾ ਬੈਂਕ ਦੇ ਵਿੱਚ, ਉਹਨਾਂ ਨਾਲ ਰਿਲੇਟਡ ਇਹ ਕੁਐਸਚਨ ਜਿਹੜਾ ਇੱਕ ਵਾਰ ਫਿਰ ਆਇਆ ਸਾਡੇ ਕੋਲ। ਹਾਂ ਸਰ, ਉਸ ਵੇਲੇ ਮੇਰੇ ਖਿਆਲ ਮੈਂ ਗੱਲ ਕੀਤੀ ਸੀਗੀ ਕਿ ਇਹ ਜਿਹੜਾ ਕੁਐਸਚਨ ਹੈਗਾ ਆ, ਇਹ ਜਿਹੜੀ ਸਾਡੀ ਗੌਰਮੈਂਟ ਹੈ ਇਸ ਵੇਲੇ ਇੰਡੀਆ, ਉਹ ਚਾਹੁੰਦੀ ਆ ਕੈਸ਼ਲੈਸ ਇਕੋਨਮੀ, ਕਿ ਕੈਸ਼ ਜਿਹੜਾ ਆ ਇੰਡੀਆ ਦੀ ਜਿਹੜੀ ਕੈਸ਼ ਇਕੋਨਮੀ ਆ ਉਹ ਘੱਟ ਤੋਂ ਘੱਟ ਹੋਵੇ, ਜਿੰਨੀ ਇਕੋਨਮੀ ਹੈਗੀ ਆ ਉਹ ਕੈਸ਼ਲੈਸ ਹੋਵੇ। ਇਸ ਕਰਕੇ ਉਹਨਾਂ ਨੇ ਪ੍ਰੋਵੀਜ਼ਨ ਰੱਖ ਦਿੱਤੀ ਹੈ ਕਿ ਜਿਹਨੇ 1 ਕਰੋੜ ਤੋਂ ਵਿਦਡਰੋਲ ਕੀਤਾ, ਚਾਹੇ ਉਹ ਸੇਵਿੰਗ ਅਕਾਊਂਟ ਆ ਚਾਹੇ ਉਹ ਪਰਸਨਲ ਅਕਾਊਂਟ ਆ, ਉਹਦੇ ਵਿੱਚੋਂ 1 ਕਰੋੜ ਦੀ ਜੇ ਵਿਦਡਰੋਲ ਹੁੰਦੀ ਹੈ 1 ਸਾਲ ਦੇ ਅੰਦਰ, ਤਾਂ ਉਹਦੇ ਉੱਪਰ 2% ਜਿਹੜਾ TDS ਆ ਬੈਂਕ ਕੱਟੇਗਾ, ਕੱਟ ਕੇ ਆਪਣੇ ਗੌਰਮੈਂਟ ਡਿਪਾਰਟਮੈਂਟ ਵਿੱਚੋਂ ਜਮ੍ਹਾਂ ਕਰਵਾ ਦੇਗਾ, ਔਰ ਜਿਹੜੀ ਇਹਦੀ ਕਾਊਂਟਿੰਗ ਹੈ ਉਹ 1 ਅਪ੍ਰੈਲ ਤੋਂ ਸਟਾਰਟ ਹੋਏਗੀ। ਸੋ ਬੈਟਰ ਇਹ ਹੈ ਕਿ ਤੁਸੀਂ ਕੈਸ਼ ਨਾ ਵਿਦਡਰੋ ਕਰੋ, ਜਿਹਨੂੰ ਵੀ ਟ੍ਰਾਂਸਫਰ ਕਰਨੀ ਨੈਫਟ ਕਰ ਦਿਓ, RTGS ਕਰ ਦਿਓ, ਗੌਰਮੈਂਟ ਨੇ ਇਹਦੇ ਉੱਪਰ ਵੇਟ ਦਿੱਤੀ ਹੈ, ਉਹਦੇ ਉੱਪਰ ਤੁਹਾਨੂੰ ਕੋਈ ਟ੍ਰਾਂਜੈਕਸ਼ਨ ਨਹੀਂ ਹੈ ਹੁਣ। ਸੋ ਬੈਟਰ ਇਹ ਹੈ ਕਿ ਤੁਸੀਂ ਆਪਣੀ ਜਿੰਨੀ ਵੀ ਰਿਡਿਊਸ ਕਰ ਸਕਦੇ ਉਹ ਕਰ ਲਓ। ਠੀਕ ਹੈ, ਅਤੇ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਜਿਹੜੀ ਪੇਮੈਂਟ ਆ ਉਹ ਥਰੂ ਬੈਂਕ ਹੀ ਟ੍ਰਾਂਸਫਰ ਹੋਵੇ, ਬੈਂਕ ਪਲਾਸਟਿਕ ਮਨੀ ਜਾਂ ਕਹਿ ਲਈਏ ਜਾਂ ਆਨਲਾਈਨ ਮਨੀ ਜਿਹੜੀ ਆ ਉਹ ਹੀ ਚੱਲੇ। ਸਰ ਮੇਨ ਇਹ ਹੈ ਨਾ, ਗਵਰਨਮੈਂਟ ਇਹ ਕਹਿੰਦੀ ਹਰ ਟ੍ਰਾਂਜੈਕਸ਼ਨ ਸਾਨੂੰ ਪਤਾ ਲੱਗੇ ਪੇਮੈਂਟ ਕਿੱਥੋਂ ਆ ਰਹੀ ਹੈ। ਸਾਡੇ ਦਰਸ਼ਕ ਕੋਈ ਹੋਰ ਕੁਐਸਚਨ ਪੁੱਛਣਾ ਚਾਹੁੰਦੇ ਨੇ? ਮਾਈ ਸੈਲਫ ਸੁਖਵਿੰਦਰ ਸਿੰਘ, ਮੈਂਬਰ ਯੂਨਾਈਟਿਡ ਅਕਾਊਂਟੈਂਟ ਐਸੋਸੀਏਸ਼ਨ। ਮਾਈ ਕੁਐਸਚਨ ਸਰ ਹੈ GST ਦੇ ਰਿਵਰਸ ਚਾਰਜ ਦੇ ਅਗੇਂਸਟ। ਰਿਵਰਸ ਚਾਰਜ ਇਹ ਹੈ ਕਿ ਜਦੋਂ ਅਸੀਂ ਮਾਲ ਜਿਹੜਾ ਆ ਆਊਟ ਆਫ ਪੰਜਾਬ ਤੋਂ ਮੰਗਵਾਉਂਦੇ ਹਾਂ ਤਾਂ ਸਾਨੂੰ ਟ੍ਰਾਂਸਪੋਰਟ ਦੇ ਵਿੱਚ ਉਹਦੀ ਡਿਲੀਵਰੀ ਲੈਂਦੇ ਹਾਂ ਤਾਂ ਉਹਦਾ ਰਿਵਰਸ ਚਾਰਜ ਜਿਹੜਾ ਆ ਉਹ IGST 'ਚ ਜਾਊਗਾ ਜਾਂ ਉਹ ਪੰਜਾਬ ਦੇ ਅਕੋਰਡਿੰਗ ਜਾਊਗਾ, ਕਿਉਂਕਿ ਅਸੀਂ ਪੇਮੈਂਟ ਜਿਹੜੀ ਆ ਉਹਦੀ ਉਹ ਅਸੀਂ ਇੱਥੇ ਲੋਕਲ ਟ੍ਰਾਂਸਪੋਰਟਰ ਨੂੰ ਕੀਤੀ ਆ। ਸਰ ਆਪਣੇ ਪੰਜਾਬ ਦੇ ਵਿੱਚ ਹੀ ਆਏਗਾ ਸਰ, ਕਿਉਂਕਿ ਤੁਸੀਂ ਜਿਹੜੀ ਪੇਮੈਂਟ ਹੈ ਲੋਕਲ ਟ੍ਰਾਂਸਪੋਰਟ ਨੂੰ ਕੀਤੀ ਹੈ, ਇਸ ਕਰਕੇ ਉਹ ਪੰਜਾਬ ਦੇ ਵਿੱਚ ਹੀ ਗਿਣਿਆ ਜਾਏਗਾ, ਸਟੇਟ ਦੇ ਵਿੱਚ ਆਏਗਾ ਸਰ। ਖੱਟਰ ਸਾਹਿਬ ਇੱਕ ਕੁਐਸਚਨ ਪੁੱਛਣਾ ਚਾਹੁੰਦੇ ਨੇ ਅਤੇ ਮੇਰਾ ਸਾਹਿਬ ਇੱਕ ਕੁਐਸਚਨ ਮੇਰਾ ਹੈ ਕਿ ਸੇਲ ਦਾ ਨੈੱਟ ਪ੍ਰੋਫਿਟ ਜਿਹੜਾ ਹੈ 8% ਹੋਣਾ ਚਾਹੀਦਾ ਲਾਜ਼ਮੀ, ਜੇ ਡਿਜੀਟਲ ਸੇਲ ਹੈ ਤਾਂ ਉਹਦੇ ਵਿੱਚ 6%। ਇੱਕ ਕੇਸ ਕੀ ਹੈ ਕਿ ਕੋਈ ਨੈਚੁਰਲ ਕੈਲਮਿਟੀਜ਼ ਹੋ ਗਈ ਕਿ ਬਾਈ ਫਲੱਡ ਇੰਸ਼ੋਰੈਂਸ ਕਲੇਮ ਕੀਤਾ ਗਿਆ 1 ਲੱਖ ਦੇ ਕਰੀਬ ਜਿਹੜਾ ਲੋਸ ਹੋ ਗਿਆ, ਉਹਨੇ ਇੰਸ਼ੋਰੈਂਸ ਕੰਪਨੀ ਨੇ ਸਾਨੂੰ ਆਪਣਾ ਕਲੇਮ ਕੁਛ ਦਿੱਤਾ, ਕੁਛ ਫਿਰ ਵੀ ਸਾਡਾ ਜਿਹੜਾ ਅਨਰਿਕਵਰਡ ਹੋਇਆ ਨੁਕਸਾਨ ਤਾਂ ਹੋਇਆ ਉਹ ਅਸੀਂ ਜੇਕਰ P&L 'ਚ ਲੈਂਦੇ ਹਾਂ ਅਤੇ ਨੈੱਟ ਪ੍ਰੋਫਿਟ ਜਿਹੜਾ ਉਹ ਕਾਫੀ ਘੱਟ ਜਾਂਦਾ, 8% ਜਾਂ 6% ਵੀ ਨਹੀਂ ਰਹਿੰਦਾ, 4% ਦੇ ਕਰੀਬ ਆ ਜਾਂਦਾ, ਉਸ ਕੇਸ ਦੇ ਵਿੱਚ ਡਿਪਾਰਟਮੈਂਟ ਸਾਨੂੰ ਕੋਈ ਕਿਸ ਤਰ੍ਹਾਂ ਰਿਲੈਕਸੇਸ਼ਨ ਦੇਗਾ ਜਾਂ ਨਹੀਂ ਦੇਗਾ? ਸਰ ਇਸ ਤਰ੍ਹਾਂ ਤੁਹਾਡੇ ਕੋਈ ਨੈਚੁਰਲ ਕਲੈਮਿਟੀ ਹੋਈ ਉਹਦੇ ਕਰਕੇ ਜਿਹੜਾ ਸਟੋਕ ਡੈਮੇਜ ਹੋ ਗਿਆ, ਔਰ ਸਟੋਕ ਡੈਮੇਜ ਹੋਣ ਦਾ ਕਰਕੇ ਕੀ ਹੋਇਆ ਤੁਹਾਡਾ ਜਿਹੜਾ ਨੈੱਟ ਪ੍ਰੋਫਿਟ ਹੈ 8% ਤੋਂ ਨੀਚੇ ਆ ਗਿਆ, ਪ੍ਰੋਬਲਮ ਇਹ ਹੈ ਨਾ, ਔਰ ਗੌਰਮੈਂਟ ਨੇ ਉੱਥੇ ਕਲੀਅਰਲੀ ਲਿਖਿਆ ਕਿ ਜਿਹਦਾ 8% ਤੋਂ ਨੀਚੇ ਪ੍ਰੋਫਿਟ ਹੈਗਾ ਔਡਿਟ ਕਰਵਾਉਣੀ ਪਏਗੀ। ਸੋ ਤੁਸੀਂ ਕਿਸੇ CA ਦੀ ਹੈਲਪ ਲੈ ਲਓ, ਬੈਟਰ ਆ, ਕਿਉਂਕਿ ਹੋਰ ਇਸਦਾ ਕੋਈ ਸਲੂਸ਼ਨ ਨਹੀਂ ਹੈਗਾ, ਜਾਂ ਤੁਸੀਂ ਜਿਹੜਾ ਉਹ ਲੋਸ ਹੈਗਾ ਉਹਨੂੰ ਸਿੱਧਾ ਕੈਪੀਟਲ 'ਚ ਟ੍ਰਾਂਸਫਰ ਕਰ ਦਿਓ, ਕੈਪੀਟਲ ਤੁਹਾਡੀ ਡੈਬਿਟ ਹੋ ਜਾਏਗੀ, ਫਿਰ ਤੁਹਾਨੂੰ ਆਡਿਟ ਕਰਾਉਣ ਦਾ ਜਿਹੜਾ ਐਕਸਪੈਂਸਿਸ ਹੈ ਉਹ ਬਚ ਜਾਏਗਾ। ਅਤੇ ਦੋਨੇ ਆਪਸ਼ਨਸ ਹੈਗੀਆਂ, ਜਿਹੜੀ ਤੁਹਾਨੂੰ ਪ੍ਰੈਫਰੇਬਲ ਹੋ ਤੁਸੀਂ ਆਪਸ਼ਨ ਸਿਲੈਕਟ ਕਰ ਸਕਦੇ ਹਾਂ। ਇੱਥੇ ਇਹ ਗੱਲ ਆ ਕਿ ਬਹੁਤ ਸਾਰੇ ਕੁਐਸਚਨ ਇਹੋ ਜਿਹੇ ਹੁੰਦੇ ਕਿ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਸਾਡੇ ਫੈਮਿਲੀ ਦੇ ਨਾਲ, ਸਾਡੇ ਫਰੈਂਡਸ ਦੇ ਨਾਲ ਜੋ ਕੁਝ ਵਾਪਰਦਾ ਉਸ ਤੋਂ ਜਿਹੜੇ ਆ ਕੁਐਸਚਨ ਆਪਣੇ ਆਪ ਨਿਕਲਦੇ ਨੇ ਅਤੇ ਉਹ ਪੁੱਛੇ ਜਾਂਦੇ ਨੇ ਕਿ ਉਹਦੇ ਬਾਰੇ ਜਿਹੜੀ ਆ ਨੌਲੇਜ ਜ਼ਿਆਦਾ ਸਾਨੂੰ ਮਿਲ ਸਕੇ। ਅਤੇ ਸਾਡੇ ਇੱਕ ਹੋਰ ਦਰਸ਼ਕ ਨੇ ਉਹ ਕੀ ਕੁਐਸਚਨ ਪੁੱਛਣਾ ਚਾਹੁੰਦੇ ਨੇ ਗਿਰਾ ਜੀ ਨੂੰ? ਗਿਰਾ ਜੀ, ਆਮ ਰੂਟੀਨ 'ਚ ਸੇਲ 'ਤੇ 8% ਦਾ ਆਪਾਂ ਪ੍ਰੋਫਿਟ ਦਿਖਾਉਂਦੇ, ਆਡਿਟ ਦੀ ਜ਼ਰੂਰਤ ਪੈਂਦੀ, ਕੁਛ ਟਰਮ ਐਂਡ ਕੰਡੀਸ਼ਨ 'ਚ 6% ਦਾ ਪ੍ਰੋਫਿਟ ਦਿਖਾ ਕੇ ਅਸੀਂ ਆਡਿਟ ਤੋਂ ਬਚਿਆ ਜਾ ਸਕਦਾ, ਉਹ ਟਰਮ ਐਂਡ ਕੰਡੀਸ਼ਨ ਕੀ ਸਰ? ਸਰ ਉਹ ਟਰਮਸ ਐਂਡ ਕੰਡੀਸ਼ਨ ਇਹ ਹੈ ਕਿ ਜਿੰਨੀ ਵੀ ਤੁਸੀਂ ਸੇਲ ਕੀਤੀ ਹੈ ਜਾਂ ਔਨਲਾਈਨ ਕੀਤੀ ਹੈ ਜਾਂ ਜਿਹੜੀ ਉਹਦੀ ਕਲੈਕਸ਼ਨ ਹੈ ਤੁਹਾਨੂੰ ਕਰੰਟ ਅਕਾਊਂਟ
ਜਾਂ ਤੁਹਾਨੂੰ ਪੇਟੀਐਮ ਰਾਹੀਂ ਪੇਮੈਂਟ ਆਈ ਹੈ ਜਾਂ ਕਰੰਟ ਅਕਾਊਂਟ 'ਚ ਆਈ ਹੈ ਜਾਂ ਪੇਪਾਲ ਰਾਹੀਂ ਪੇਮੈਂਟ ਆਈ ਹੈ ਉਹ 6% ਤੋਂ ਪ੍ਰੋਫਿਟ ਤੁਸੀਂ ਦਿਖਾ ਕੇ ਦੈਨ ਜਿਹੜਾ ਆਪਣਾ ਆ ਆਡਿਟ ਤੋਂ ਬਚ ਸਕਦੇ ਹਾਂ। ਲੇਕਿਨ ਜਿਹੜੀ ਪੇਮੈਂਟ ਹੈ ਉਹ ਔਨਲਾਈਨ ਹੀ ਆਉਣੀ ਚਾਹੀਦੀ ਹੈ, ਕਰੰਟ ਅਕਾਊਂਟ 'ਚ ਆ ਜਾਵੇ, ਤੁਹਾਡੇ ਸੇਵਿੰਗ ਅਕਾਊਂਟ 'ਚ ਆ ਜਾਵੇ, ਪੇਪਾਲ ਰਾਹੀਂ ਆ ਜਾਵੇ, ਉੱਥੋਂ ਟ੍ਰਾਂਸਫਰ ਹੋ ਜਾਵੇ। ਇਹੀ ਹੈ ਸਰ। ਸਾਡੇ ਇੱਕ ਹੋਰ ਦਰਸ਼ਕ ਨੇ ਜੋ ਕਿ ਇੱਕ ਕੁਐਸਚਨ ਜਿਹੜਾ ਉਹ ਪੁੱਛਣਾ ਚਾਹੁੰਦੇ ਨੇ। ਸਰ ਇੱਕ, ਮੇਰਾ ਨਾਮ ਨਿਤਿਸ਼ ਭਾਰਦਵਾਜ ਹੈ, ਮੈਂ ਅਗੇਨ ਕੁਐਸਚਨ ਰਿਪੀਟ ਕਰ ਰਿਹਾ ਆਪਣਾ। ਸਰ 2018-19 ਦੀ ਰਿਟਰਨ ਆ, ਉਹ 'ਚ ਇੱਕ ਆਫਟਰ ਕੰਟੀਨਿਊਸ਼ਨ ਆਫ ਡਿਲੇ ਰਿਟਰਨ ਜਾ ਸਕਦੀ, ਸਰ ਉਹ ਕਿੱਦਾਂ ਜਾ ਸਕਦੀ ਆ? ਔਨਲਾਈਨ ਫਾਈਲ ਹੋਣੀ ਜਾਂ ਆਫਲਾਈਨ ਫਾਈਲ ਹੋਣੀ? ਸਰ ਤੁਸੀਂ ਗੱਲ ਕਰ ਰਹੇ ਅਸੈਸਮੈਂਟ ਈਅਰ 18-19 ਦੀ। ਹਾਂ, ਐਕਚੁਲੀ ਪਹਿਲਾਂ ਤੁਹਾਡਾ ਕੁਐਸਚਨ ਇਹ ਸੀ, ਮੈਨੂੰ ਇਹ ਨਹੀਂ ਸਮਝ ਆਇਆ ਫਾਈਨੈਂਸ਼ੀਅਲ ਈਅਰ ਸੀ ਕਿ ਅਸੈਸਮੈਂਟ ਈਅਰ ਸੀ। ਆਪਾਂ ਅਸੈਸਮੈਂਟ ਈਅਰ 18-19 ਦੀ ਗੱਲ ਕਰ ਰਹੇ ਹਾਂ। ਸੈਕਸ਼ਨ 119-2 'ਚ ਤੁਸੀਂ ਆਪਣੀ ਰਿਟਰਨ ਫਾਈਲ ਕਰਨਾ ਚਾਹੁੰਦੇ ਹਾਂ, ਤੁਸੀਂ ਉਹਦੀ ਰਿਟਰਨ ਫਾਈਲ ਕਰ ਸਕਦੇ ਹਾਂ, ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ। ਔਨਲਾਈਨ ਉਹ ਰਿਟਰਨ ਫਾਈਲ ਹੋਏਗੀ, ਔਨਲਾਈਨ ਹੀ ਉਹ ਸਬਮਿਟ ਹੋਏਗੀ, ਲੇਕਿਨ ਤੁਹਾਡੇ ਕੋਲ ਨੋਟਿਸ ਦੀ ਕਾਪੀ ਹੋਣੀ ਚਾਹੀਦੀ ਹੈ ਜਿਹੜੀ ਕਿ ਡਿਪਾਰਟਮੈਂਟ ਵੱਲੋਂ ਇਸ਼ੂ ਹੋਈ ਹੈ, ਦੈਨ ਤੁਸੀਂ ਆਪਣੀ ਰਿਟਰਨ ਫਾਈਲ ਕਰ ਸਕਦੇ ਹਾਂ। ਇੱਕ ਕੁਐਸਚਨ ਹੈ ਜੀ ਬਜਾਜ ਸਾਹਿਬ ਵੱਲੋਂ। ਮੈਂ ਇੱਕ ਨਵਾਂ ਸਟੋਰ ਖੋਲ੍ਹਿਆ ਜਸਟ ਫੋਰ ਕਿਡਸ। ਹੁਣ ਜਿਸ ਤਰ੍ਹਾਂ ਸਾਨੂੰ ਸਾਰੇ ਕੱਪੜਿਆਂ ਦੀ ਪੇਮੈਂਟ ਮੋਬੀਕਵਿਕ, ਪੇਟੀਐਮ, ਫੋਨਪੇ, ਪੇਪਲ ਇਸ ਤਰ੍ਹਾਂ ਦੇ ਰਹੇ ਆ, ਉਹ ਜੇ ਆਪਾਂ ਇਨਕਮ ਟੈਕਸ ਰਿਟਰਨ ਫਿਲ ਕਰਨੀ ਆ, ਸਾਨੂੰ ਸਟੇਟਮੈਂਟਸ ਦੀ ਨੀਡ ਹੈ, ਅਤੇ ਉਹ ਉਸ ਦੇ ਬਾਰੇ ਕੀ ਤੁਹਾਡਾ ਹੈ? ਹਾਂ, ਬੜਾ ਅੱਛਾ ਕੁਐਸਚਨ ਹੈ ਜੀ ਕਿ ਅੱਜ ਦੀ ਤਰੀਕ ਦੇ ਵਿੱਚ ਇਹ ਚੀਜ਼ ਜਿਹੜੀ ਆ ਪੇਮੈਂਟ ਦੇਣ ਦੇ ਲਈ ਪੇਟੀਐਮ ਕਰੀਏ ਜਾਂ ਹੋਰ ਜਿੰਨੇ ਵੀ ਨਵੇਂ ਐਪਸ ਚੱਲੇ ਨੇ, ਬਹੁਤ ਚੱਲਦੇ ਪਏ ਨੇ, ਅਤੇ ਔਰ ਆਮ ਲੋਕਾਂ ਦੇ ਲਈ ਇਹ ਖਾਸ ਕੁਐਸਚਨ ਹੈ। ਸਰ ਇਸ ਤਰ੍ਹਾਂ ਤੁਹਾਡਾ ਅਕਾਊਂਟ ਜ਼ਰੂਰ ਹੋਏਗਾ ਜਿਹੜਾ ਤੁਹਾਡੀ ਹੈਲਪ ਲਏਗਾ ਇਸ ਕੰਮ ਦੇ ਵਿੱਚ, ਤੁਹਾਡੀ ਹੈਲਪ ਕਰੇਗਾ ਵੀ, ਉਹ ਤੁਹਾਡੇ ਕੋਲ ਤੁਹਾਡੇ ਕਰੰਟ ਅਕਾਊਂਟ ਦੀ ਪਲੱਸ ਜੇ ਤੁਹਾਡੇ ਸੇਵਿੰਗ ਅਕਾਊਂਟ 'ਚ ਵੀ ਕੋਈ ਪੇਮੈਂਟ ਆ ਰਹੀ ਹੈ, ਰਿਸਿਪਟ ਆ ਰਹੀ ਹੈ, ਉਹਦੀ ਪੂਰੀ ਸਟੇਟਮੈਂਟ ਲਏਗਾ 1 ਸਾਲ ਦੀ, ਔਰ ਉਹਨੂੰ ਅਪਡੇਟ ਕਰੇਗਾ, ਜੋ ਤੁਹਾਡੀ ਸੇਲ ਹੈਗੀ ਆ ਉਹਦੇ ਜਿਹੜੇ ਬਿੱਲ ਵੀ ਕੱਟੇ ਗਏ, ਉਹ ਤੁਹਾਡੀ ਪੂਰੀ ਜਿਹੜੀ ਆ ਪੇਪਾਲ ਦੀ ਪੇਮੈਂਟ ਆ ਜਾਂ ਨੈੱਟ ਬੈਂਕਿੰਗ ਹੈਗੀ ਆ, RTGS ਹੈਗਾ, ਡੈਬਿਟ ਕਾਰਡ ਰਾਹੀਂ ਕਿਸੇ ਨੇ ਪੇਮੈਂਟ ਕਰਤੀ, ਕ੍ਰੈਡਿਟ ਕਾਰਡ ਰਾਹੀਂ ਪੇਮੈਂਟ ਕਰ ਦਿੱਤੀ, ਉਹ ਸਾਰੀ ਕਾਊਂਟ ਕੀਤੀ ਜਾਏਗੀ ਸੇਲ ਦੇ ਵਿੱਚ। ਅਤੇ ਇੱਕ ਸਾਨੂੰ ਕੁਐਸਚਨ ਆਇਆ ਸੀ ਕਿ ਉਹਨਾਂ ਦਾ ਭੱਠਾ ਆ, ਉਹ ਉਹਨਾਂ ਦਾ ਕਹਿਣਾ ਹੈ ਕਿ ਮੈਂ ਜਿਹੜੀ ਬ੍ਰਿਕਸ ਬਣਾਉਂਦਾ ਹਾਂ ਉਹਨਾਂ ਦੇ ਉੱਤੇ ਮੈਂ GST ਜਿਹੜਾ ਉਹਨੂੰ ਵੇਚਦਾ, GST ਲਗਾਈ ਦੀ ਆ, ਲੇਕਿਨ ਨਾਲ ਦੀ ਨਾਲ ਮੈਂ ਫਰਿਜ ਚਾਰਜਸ ਲੈਣਾ, ਅਤੇ ਫਰਿਜ ਚਾਰਜਸ ਦੇ ਉੱਤੇ ਵੀ ਕੀ ਮੈਨੂੰ ਜਿਹੜਾ GST ਲਗਾਉਣਾ ਜ਼ਰੂਰੀ ਹੈ? ਸਰ ਇਸ ਤਰ੍ਹਾਂ ਹੈ, ਤੁਸੀਂ ਬ੍ਰਿਕਸ ਸੇਲ ਕਰ ਦਿੱਤੇ, ਠੀਕ ਹੈ, ਉਹਦੇ ਉੱਪਰ ਤੁਸੀਂ GST ਜੋ 5% ਹੈਗਾ ਉਹ ਲੈ ਲਿਆ, ਉਸ ਤੋਂ ਬਾਅਦ ਤੁਸੀਂ ਉਹਦੀ ਡਿਲੀਵਰੀ ਕੀਤੀ ਹੈ, ਡਿਲੀਵਰੀ ਦੇ ਤੁਸੀਂ ਡਿਲੀਵਰੀ ਚਾਰਜਸ ਲਏ ਜਾਂ ਜਿਹਨੂੰ ਆਪਾਂ ਫਰੇਟ ਕਰ ਦਿੰਦੇ ਹਾਂ, ਉਹ ਵੀ ਤੁਸੀਂ ਜਿਹੜੇ ਉਹ ਰਿਸੀਵ ਕਰਨੇ ਆ, ਉਹਦੇ ਉੱਪਰ ਤੁਸੀਂ 5% ਚਾਰਜ ਲਗਾਉਣਾ ਜੇ ਬਿੱਲ ਦੇ ਵਿੱਚ ਹੈ, ਜੇ ਬਿੱਲ ਦੇ ਵਿੱਚ ਨਹੀਂ ਹੈਗਾ ਦੈਨ ਤੁਸੀਂ 18% ਐਕਸਟਰਾ ਚਾਰਜ ਕਰ ਸਕਦੇ ਹਾਂ GST, ਉਹ ਕੰਪਲਸਰੀ ਹੈ, ਉਹ ਕਰਨਾ ਪਏਗਾ, ਨਹੀਂ ਤਾਂ ਅਦਰਵਾਈਜ਼ ਅਗਰ ਤੁਸੀਂ ਨਹੀਂ ਚਾਰਜ ਕੀਤਾ, ਜਦੋਂ ਤੁਸੀਂ ਆਡਿਟ ਕਰਵਾਉਣ ਜਾਓਗੇ ਜਾਂ ਉਹਦੀ ਰਿਟਰਨ ਫਾਈਲ ਕਰਵਾਉਣ ਜਾਓਗੇ, ਉਦੋਂ ਤੁਹਾਡੇ ਕੋਲ ਜਿਹੜਾ CA ਜਾਂ ਟੈਕਸ ਕੰਸਲਟੈਂਟ ਹੈ ਉਹ ਚਾਰਜ ਕਰਵਾਏਗਾ, ਔਰ ਤੁਹਾਨੂੰ ਪੇਮੈਂਟ ਕਰਨੀ ਪਏਗੀ। ਅਤੇ ਇੱਕ ਹੋਰ ਸਾਡੇ ਦਰਸ਼ਕ ਜਿਹੜਾ ਕੁਐਸਚਨ ਪੁੱਛਣਾ ਚਾਹੁੰਦੇ ਨੇ। ਸਰ ਮੇਰਾ ਕੁਐਸਚਨ ਇਹ ਵਾ ਕਿ ਸੀਨੀਅਰ ਸਿਟੀਜ਼ਨ ਐਂਡ ਵੈਰੀ ਸੀਨੀਅਰ ਸਿਟੀਜ਼ਨ ਦਾ ਵਿੱਚ ਫਰਕ ਕੀ ਆ, ਐਂਡ ਸਰਕਾਰ ਵੱਲੋਂ ਕਿਹੜੀ ਛੂਟ ਆ ਇਹਨਾਂ ਨੂੰ ਦੋਨਾਂ ਨੂੰ? ਸੀਨੀਅਰ ਸਿਟੀਜ਼ਨ ਔਰ ਸੁਪਰ ਸੀਨੀਅਰ ਸਿਟੀਜ਼ਨ, ਸੀਨੀਅਰ ਸਿਟੀਜ਼ਨ ਇਨਕਮ ਟੈਕਸ ਅਕੋਰਡਿੰਗ ਉਹ ਹੈਗਾ ਜਿਹਦੀ ਏਜ 60 ਸਾਲ ਤੋਂ ਅਬਵ ਹੋ ਗਈ ਆ, ਔਰ ਸੀਨੀਅਰ ਸਿਟੀਜ਼ਨ ਉਹ ਹੈਗਾ ਜਿਹਦੀ ਏਜ ਜਿਹੜੀ 80 ਸਾਲ ਤੋਂ ਉੱਪਰ ਹੋ ਗਈ ਆ, 80 ਸਾਲ ਤੋਂ ਉੱਪਰ ਹੋ ਗਏ ਆ। ਸੀਨੀਅਰ ਜਿਹੜਾ ਸਿਟੀਜ਼ਨ ਹੈ ਉਹਦੀ 3 ਲੱਖ ਤੱਕ ਐਗਜ਼ੈਂਪਸ਼ਨ ਲਿਮਿਟ ਆ, ਲੇਕਿਨ ਜੇ ਆਪਾਂ ਗੱਲ ਕਰੀਏ ਸੁਪਰ ਸਿਟੀਜ਼ਨ ਦੀ, ਉਹਨੂੰ 5 ਲੱਖ ਤੱਕ ਐਗਜ਼ੈਂਪਸ਼ਨ ਹੈਗੀ ਆ, ਔਰ ਸੁਪਰ ਸੀਨੀਅਰ ਸਿਟੀਜ਼ਨ ਨੂੰ ਔਨਲਾਈਨ ਰਿਟਰਨ ਫਾਈਲ ਕਰਨ 'ਤੇ ਕੋਈ ਕੰਪਲਸ਼ਨ ਨਹੀਂ ਹੈਗੀ, ਉਹ ਆਪਣੀ ਜਿਹੜੀ ਰਿਟਰਨ ਆ ਸਿੰਪਲ ਆਫਲਾਈਨ ਵੀ ਫਾਈਲ ਕਰ ਸਕਦਾ। ਅਤੇ ਇੱਕ ਸਾਡੇ ਦਰਸ਼ਕ ਨੇ, ਉਹਨਾਂ ਨੇ ਇੱਕ ਕੁਐਸਚਨ ਪੁੱਛਿਆ ਸੀ ਕਿ ਉਹਨਾਂ ਦਾ ਹੋਟਲ ਲਾਈਨ ਦਾ ਕਹਿ ਲਓ ਬਿਜ਼ਨਸ ਆ, ਅਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਮੇਕ ਮਾਈ ਟ੍ਰਿਪ ਜਾਂ ਹੋਰ ਇੱਦਾਂ ਦੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਨਾਲ ਐਫੀਲੇਸ਼ਨ ਹੋਈ ਆ, ਐਫੀਲੇਸ਼ਨ ਹੋਣ ਤੋਂ ਬਾਅਦ ਜਦੋਂ ਉਹ ਕਹਿੰਦੇ ਕਿ 999 ਤੋਂ ਉੱਪਰ ਸ਼ਾਇਦ GST ਜਿਹੜਾ ਆ ਕੰਪਲਸਰੀ ਹੋ ਜਾਂਦਾ, ਅਤੇ ਉਹ ਜਿਹੜਾ ਏਜੰਸੀਆਂ ਜਿਹੜੀਆਂ ਬੁਕਿੰਗ ਕਰਕੇ ਭੇਜਦੀਆਂ 999 ਰੁਪਏ ਤੋਂ ਉੱਪਰ ਲਾਇਆ, ਉਹਦੇ ਉੱਤੇ GST ਲਗਾ ਕੇ ਕਸਟਮਰ ਨੂੰ ਪੇ ਕਰਦੀਆਂ, ਉਹਨਾਂ ਤੋਂ ਪੈਸੇ ਲੈਂਦੀਆਂ ਆ, ਕੀ ਜਿਹੜਾ ਹੋਟਲ ਵਾਲਾ ਆ ਜਾਂ ਗੈਸਟ ਹਾਊਸ ਵਾਲਾ ਆ ਜਾਂ ਮੋਟਲ ਵਾਲਾ ਆ, ਕਿ ਉਹਨੂੰ GST ਨੰਬਰ ਲੈ ਕੇ ਉਹਦਾ ਬਿੱਲ ਕੱਟਣਾ ਜ਼ਰੂਰੀ ਹੈ, ਜਾਂ ਉਹਨਾਂ ਦੇ ਬਿਹਾਵ ਦੇ ਉੱਤੇ ਮੇਕ ਮਾਈ ਟ੍ਰਿਪ ਜਾਂ ਇੱਦਾਂ ਦੀਆਂ ਜਿੰਨੀਆਂ ਹੋਰ ਏਜੰਸੀਜ਼ ਆ ਉਹ ਬਿੱਲ ਕੱਟ ਸਕਦੇ ਆ? ਸਰ ਇਸ ਤਰ੍ਹਾਂ ਜਦੋਂ ਤੁਹਾਡੀ ਔਨਲਾਈਨ ਐਫੀਲੇਸ਼ਨ ਹੋ ਜਾਂਦੀ ਆ, ਦੈਨ ਆਪਾਂ ਉਹ ਕਰ ਲੈਣੇ ਈ ਦੀ ਗੱਲ ਆ ਗਈ, ਈ ਓਪਰੇਸ਼ਨ ਦੇ ਵਿੱਚ ਆਪਾਂ ਆ ਗਏ ਹਾਂ, ਜਿਹਨੂੰ ਆਪਾਂ ਈ ਕਮਰਸ ਕਹਿ ਦਿੰਦੇ ਹਾਂ। ਈ ਕਮਰਸ ਦੀ ਤੁਹਾਨੂੰ ਐਫੀਲੇਸ਼ਨ ਹੀ ਉਦੋਂ ਮਿਲਣੀ ਹੈ ਜਦ ਤੁਹਾਡੇ ਕੋਲ GST ਨੰਬਰ ਹੈਗਾ ਆ, ਉਸ ਤੋਂ ਬਗੈਰ ਤੁਹਾਨੂੰ ਐਫੀਲੇਸ਼ਨ ਹੀ ਨਹੀਂ ਮਿਲਣੀ। ਇਸ ਲਈ ਮਤਲਬ ਇਹ ਹੋ ਗਿਆ ਕਿ ਜਦੋਂ ਵੀ ਤੁਹਾਡੇ ਕੋਲ ਕਲਾਇੰਟ ਆਏਗਾ, ਤੁਸੀਂ ਉਹਦਾ GST ਦਾ ਬਿੱਲ ਕੱਟੋਗੇ। ਨਹੀਂ, ਬਿੱਲ ਉਹਦਾ ਜਿਹੜਾ ਆ ਆਲਰੇਡੀ ਮੇਕ ਮਾਈ ਟ੍ਰਿਪ ਜਾਂ ਬਿਲਕੁਲ ਮੇਕ ਮਾਈ ਟ੍ਰਿਪ ਤੋਂ ਹੋ ਗਿਆ ਆ, ਉਹ ਉਹਨਾਂ ਨੂੰ ਪੇਮੈਂਟ ਵੀ ਕਰ ਦਿੰਦੇ ਆ, ਬਿੱਲ ਵੀ ਉਹ ਦੇ ਰਹੇ ਆ ਉਹਨਾਂ, ਬਿਲਕੁਲ
ਸਰ ਬਿਲਕੁਲ ਉਹਨਾਂ ਨੂੰ ਜੀ ਐਸ ਟੀ ਜਮ੍ਹਾਂ ਹੋ ਗਿਆ, ਲੇਕਿਨ ਤੁਹਾਨੂੰ ਕੋਈ ਨਾ ਕੋਈ ਬਿੱਲ ਜ਼ਰੂਰ ਦੇਣਗੇ ਜਿਹਦੇ ਨਾਲ ਦੱਸਣਗੇ ਕਿ ਇੰਨਾ ਜੀ ਐਸ ਟੀ ਤੁਹਾਡਾ ਬਣਦਾ ਆ, ਜਾਂ ਤੁਹਾਡਾ ਕੋਈ ਨਾ ਕੋਈ ਟਾਈ ਅਪ ਹੋਏਗਾ, ਤੁਹਾਨੂੰ ਕਮਿਸ਼ਨ ਆਉਂਦੀ ਹੋਏਗੀ ਜਾਂ ਇਨਸੈਂਟਿਵ ਆਉਂਦਾ ਹੋਏਗਾ ਜਾਂ ਰੂਮ ਰੈਂਟ ਆਉਂਦਾ ਹੋਏਗਾ, ਜੀ ਹਾਂ ਕੁਛ ਆਉਂਦਾ ਹੋਏਗਾ, ਉਹ ਜਿਹੜਾ ਆਉਂਦਾ ਆ ਉਹਦੇ ਬੇਸ ਦੇ ਉੱਪਰ ਤੁਸੀਂ ਆਪਣੀ ਸਬਮਿਸ਼ਨ ਕਰਨੀ ਹੈ। ਨਹੀਂ ਜੇ ਜਿਹੜਾ ਸਾਲ ਦੀ ਆਪਾਂ ਕਹੀਏ ਕਿ ਜਿਹੜਾ ਬਿਜ਼ਨਸ ਆ ਉਹ 10-12 ਲੱਖ ਆ, ਨਹੀਂ ਸਰ ਮੈਂ ਤੁਹਾਨੂੰ ਉਹੀ ਦੱਸ ਰਿਹਾ ਕਿ ਸਾਨੂੰ ਆਨਲਾਈਨ ਐਫੀਲੇਸ਼ਨ ਹੀ ਉਦੋਂ ਮਿਲਣੀ ਹੈ ਜੇ ਮੇਰੇ ਕੋਲ ਜੀ ਐਸ ਟੀ ਨੰਬਰ ਹੋਏਗਾ। ਹਾਂ ਉਹਨਾਂ ਕੋਲ ਐਫੀਲੇਸ਼ਨ ਹੈ ਨਾ ਜਿਹੜੀਆਂ ਏਜੰਸੀ, ਜੀ ਐਸ ਟੀ ਨੰਬਰ ਵੀ ਹੋਏਗਾ ਸਰ? ਹਾਂ ਉਹਨਾਂ ਕੋਲ ਤਾਂ ਹੈ, ਉਹ ਬੁੱਕ ਉਹਨਾਂ ਦਾ ਜੀ ਐਸ ਟੀ ਕੱਟ ਕੇ ਜਮ੍ਹਾਂ ਕਰਵਾ ਰਹੇ ਨੇ। ਬਿਲਕੁਲ ਸਰ ਕਰਵਾ ਰਹੇ ਆ। ਫਿਰ ਇਹਦਾ ਮਤਲਬ ਇਹ ਹੋ ਗਿਆ ਹੈਗਾ ਨਾ ਕਿ ਮੰਨ ਲਓ ਮੇਰਾ ਹੋਟਲ ਸੀਗਾ, ਮੇਰੇ ਕੋਲ ਜੀ ਐਸ ਟੀ ਨੰਬਰ ਹੈਗਾ ਆ, ਮੇਰੇ ਬਿਹਾਫ 'ਤੇ ਓਏ ਨੇ ਰੂਮ ਬੁੱਕ ਕਰ ਲਿਆ ਜਾਂ ਆਪਾਂ ਕਹ ਲਈਏ ਮੇਕ ਮਾਈ ਟ੍ਰਿਪ ਨੇ ਕਰ ਲਿਆ, ਉਹਦੇ ਵਿੱਚ ਮੈਨੂੰ ਜਿਹੜਾ ਟੈਕਸ ਉਹ ਜਮ੍ਹਾਂ ਕਰਵਾਉਣਾ ਪਏਗਾ, ਮੈਨੂੰ ਓਏ ਉੱਥੋਂ। ਜੇ ਮੇਰੇ ਕੋਲ ਜੀ ਐਸ ਟੀ ਨੰਬਰ ਨਹੀਂ ਹੈਗਾ? ਨਹੀਂ ਸਰ, ਫਿਰ ਐਫੀਲੇਸ਼ਨ ਨਹੀਂ ਹੋਏਗੀ, ਵਿਦਆਊਟ ਜੀ ਐਸ ਟੀ ਉਹ ਐਫੀਲੇਸ਼ਨ ਹੀ ਨਹੀਂ ਕਰਨਗੇ ਤੁਹਾਡੇ ਨਾਲ। ਈ ਕਮਰਸ ਦੀ ਇੱਕ ਕੰਪਲਸ਼ਨ ਇਹ ਹੈ ਕਿ ਜੇ ਤੁਹਾਡੇ ਕੋਲ ਜੀ ਐਸ ਟੀ ਨੰਬਰ ਹੈਗਾ ਦੈਨ ਹੀ ਐਫੀਲੇਸ਼ਨ ਹੋਣੀ ਹੈ, ਅਦਰਵਾਈਜ਼ ਐਫੀਲੇਸ਼ਨ ਨਹੀਂ ਹੋਏਗੀ। ਅਤੇ ਸਾਡੇ ਦਰਸ਼ਕ ਨੇ ਇੱਕ ਹੋਰ ਕੁਐਸਚਨ ਪੁੱਛਣਾ ਚਾਹੁੰਦੇ ਨੇ। ਜਸਵਿੰਦਰ ਸਿੰਘ, ਪ੍ਰੈਜੀਡੈਂਟ ਯੂਨਾਈਟਿਡ ਅਕਾਊਂਟੈਂਟ ਐਸੋਸੀਏਸ਼ਨ। ਮੇਰਾ ਕੁਐਸਚਨ ਹੈਗਾ ਕਿ ਪਿਛਲੇ ਕਈ ਦਿਨਾਂ ਤੋਂ ਇਕੋਨਮੀ ਦੇ ਬਾਰੇ 'ਚ ਕਈ ਨਿਊਜ਼ ਆ ਰਹੀਆਂ ਹੈਗੀਆਂ। ਇੱਕ ਨਿਊਜ਼ ਡੇਟ ਲਾਸਟ ਟਾਈਮ ਆਈ ਸੀਗੀ ਕਿ ਇੰਪਲਾਈਜ਼ ਨੇ ਜਿਹੜਾ ਪੀ ਐੱਫ ਦੇ ਵਿੱਚ ਪੈਸਾ ਲਗਾਇਆ ਹੈਗਾ ਕੋਈ 20,000 ਕਰੋੜ ਤੋਂ ਵੱਧ, ਉਹਨਾਂ ਕੰਪਨੀਆਂ ਦੇ ਵਿੱਚ ਲੱਗਾ ਜਿਹੜੀਆਂ ਕੰਪਨੀਆਂ ਹੁਣ ਬੰਦ ਹੋਣ ਜਾ ਰਹੀਆਂ, ਉਹਦੇ ਵਿੱਚ ਇੰਪਲਾਈ ਦੇ ਜਿਹੜਾ ਪੈਸਾ ਲੱਗਾ ਹੈਗਾ ਉਹਦੀ ਕੀ ਪੋਜੀਸ਼ਨ ਹੋਊਗੀ, ਕੀ ਗੌਰਮੈਂਟ ਉਹਨਾਂ ਨੂੰ ਰੀਇੰਬਰਸ ਕਰੂਗੀ ਜਾਂ ਉਹਦਾ ਕੀ ਸੋਲੂਸ਼ਨ ਕੱਢੂਗੀ? ਸਰ ਇਸ ਤਰ੍ਹਾਂ ਹੈ, ਇਕੋਨਮੀ ਇੰਨੀ ਵੀ ਬੈਡ ਕੰਡੀਸ਼ਨ 'ਚ ਨਹੀਂ ਹੈਗੀ ਜਿੰਨਾ ਕਿ ਰੌਲਾ ਪੈ ਰਿਹਾ, ਜਿੰਨਾ ਆਪਾਂ ਸੋਸ਼ਲ ਮੀਡੀਆ 'ਤੇ ਕਹਿ ਰਹੇ ਹਾਂ ਜਾਂ ਨਿਊਜ਼ ਦੇ ਵਿੱਚ ਆ ਰਿਹਾ ਆ, ਇਕੋਨਮੀ ਬੜੀ ਸਟੇਬਲ ਆ, ਕੋਈ ਪ੍ਰੋਬਲਮ ਨਹੀਂ ਹੈਗੀ। ਦੂਜੇ ਆਪਾਂ ਇਹ ਗੱਲ ਕਰ ਰਹੇ, ਕੁਛ ਕੰਪਨੀਆਂ ਠੀਕ ਹੈ, ਕੁਛ ਇਹ ਕਹਿ ਲਓ ਕਿ ਜੀ ਐਸ ਟੀ ਲੱਗਣ ਤੋਂ ਬਾਅਦ ਕੋਸਟ ਕਿਸੇ ਦੀ ਵੱਧ ਗਈ ਆ, ਉਹਦੇ ਕਰਕੇ ਉਹਨਾਂ ਦੀ ਸੇਲ ਡਿਕਰੀਜ਼ ਹੋ ਗਈ ਆ ਜਾਂ ਕੁਛ ਰੈਨੋਵੇਸ਼ਨਸ ਹੋ ਰਹੀ ਆ, ਉਹਦੇ ਕਰਕੇ ਥੋੜ੍ਹਾ ਬਹੁਤਾ ਇਹ ਹੈਗੀ ਕੰਪਨੀਆਂ ਡਾਊਨਫਾਲ 'ਚ ਆ ਰਹੀਆਂ ਆ, ਠੀਕ ਹੈ ਜਿਹੜੀਆਂ ਆਪਾਂ ਗੱਲ ਕਰ ਰਹੇ ਹਾਂ, ਲੇਕਿਨ ਹੌਲੀ ਹੌਲੀ ਇੰਪਰੂਵ ਕਰਨਗੀਆਂ, ਹਰ ਦੇਸ਼ ਦੀ ਇਕੋਨਮੀ ਜਿਹੜੀ ਆ ਇੰਪਰੂਵ ਕਰਦੀ ਆ। ਤੁਹਾਡਾ ਜਿਹੜਾ ਕੁਐਸਚਨ ਇਹ ਹੈਗਾ ਕਿ ਪੀ ਐੱਫ ਜਿਹੜਾ ਇੰਪਲੋਈਜ਼ ਦਾ ਹੈਗਾ ਆ ਉਹਨਾਂ ਕੰਪਨੀ 'ਚ ਇਨਵੈਸਟ ਹੋਇਆ ਸੀਗਾ ਜਿਹੜੀਆਂ ਕਿ ਅੱਜ ਕੱਲ੍ਹ ਡਾਵਾਡੋਲ ਚੱਲ ਰਹੀਆਂ, ਜਿਹਨੂੰ ਆਪਾਂ ਇਹ ਕਹਿ ਰਹੀਏ ਕਿ ਡਿਟੋਰੇਟ ਹੋ ਰਹੀਆਂ, ਲੇਕਿਨ ਤੁਹਾਡਾ ਜਿਹੜਾ ਪੀ ਐੱਫ ਆ ਉਹ ਆਪਣੀ ਜਿਹੜੀ ਗੌਰਮੈਂਟ, ਇੰਡੀਅਨ ਗੌਰਮੈਂਟ ਆ, ਉਹਨਾਂ ਨੇ ਉਹਨੂੰ ਰੈਕੋਗਨਾਈਜ਼ ਕੀਤਾ ਹੋਇਆ ਆ, ਕਿਸੇ ਵੀ ਇੰਪਲੋਈ ਦਾ ਜਿਹੜਾ ਪੈਸਾ ਉਹ ਮਰੇਗਾ ਨਹੀਂ, ਉਹਨੂੰ ਮਿਲੇਗਾ, ਉਹਨੂੰ ਜਿਹੜਾ ਗੌਰਮੈਂਟ ਆ ਉਹ ਪੈਸਾ ਆਪਣੀ ਪੋਕਟ ਦੇ ਵਿੱਚੋਂ ਦੇਵੇਗੀ, ਜਿੱਥੋਂ ਮਰਜ਼ੀ ਇੰਪਲੋਈ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ, ਉਹ ਰਿਲੈਕਸ ਹੋ ਕੇ ਆਪਣਾ ਕੰਮ ਕਰਨ। ਉਹਨਾਂ ਦੀ ਜਿਹੜੀ ਆ ਪੀ ਐੱਫ ਦੀ ਆਪਾਂ ਗੱਲ ਕਰੀਏ, ਜਿਹੜੀ ਪੈਨਸ਼ਨ ਆ ਜਾਂ ਉਹਨਾਂ ਦਾ ਜਿਹੜਾ ਫੰਡ ਆ ਉਹ ਸੇਫ ਆ, ਬਿਲਕੁਲ ਕਿਤੇ ਕੋਈ ਟੈਨਸ਼ਨ ਨਹੀਂ ਹੈ। ਚਲੋ, ਇੱਕ ਹੋਰ ਆਮ ਲੋਕ ਜਾਣਨਾ ਚਾਹੁੰਦੇ ਨੇ ਕਿ ਬੜਾ ਰੌਲਾ ਪੈਂਦਾ ਹਰੇਕ ਵਾਰੀ, ਸਰਕਾਰਾਂ ਰੌਲਾ ਪਾਉਂਦੀਆਂ, ਓਪੋਜੀਸ਼ਨ ਜਿਹੜੀ ਵੀ ਹੋਵੇ ਸਰਕਾਰ ਰੌਲਾ ਪਾਉਂਦੀ ਹੈ ਕਿ ਵੀ ਅਸੀਂ ਜੀ ਡੀ ਪੀ ਉੱਪਰ ਲੈ ਜਾਵਾਂਗੇ, ਅਤੇ ਜਿਹੜਾ ਹਮੇਸ਼ਾ ਹੀ ਜਿਹੜਾ ਵਿਪਕਸ਼ ਹੁੰਦਾ ਉਹ ਕਹਿੰਦਾ ਕਿ ਡਾਊਨ ਜਾ ਰਹੀ ਆ, ਇਹ ਕੀ ਹੈ, ਕੀ ਹੈ ਜੀ ਡੀ ਪੀ? ਇੱਕ ਪੈਰਾਮੀਟਰਸ ਹੁੰਦਾ ਹੈ ਜਿਹਦੇ ਉੱਪਰ ਅਸੀਂ ਇਹ ਦੇਖਦੇ ਹਾਂ ਕਿ ਦੇਸ਼ ਜਿਹੜਾ ਸਾਡਾ ਹੈਗਾ ਹੈ ਜਾਂ ਜਿਹੜੀ ਇਕੋਨਮੀ ਹੈਗੀ ਆ ਉਹ ਡਿਵੈਲਪ ਕਰ ਰਹੀ ਆ ਕਿ ਨੀਚੇ ਆ ਰਹੀ ਆ, ਠੀਕ ਹੈ। ਜਿਹੜੀ ਸਾਡੀ ਇੰਡੀਆ ਦੀ ਜੀ ਡੀ ਪੀ ਹੈ ਕਾਫੀ ਬਾਕੀ ਜਿਹੜੇ ਆਪਾਂ ਕਹਿ ਲਈਏ ਡਿਵੈਲਪ ਕੰਟਰੀਆਂ ਹੈਗੀਆਂ ਉਹਨਾਂ ਦੇ ਬਰਾਬਰ ਖੜੀ ਹੈਗੀ ਹੈ, ਕੁਛ ਕੰਟਰੀਆਂ ਹੈ ਜਿਹਨਾਂ ਦੀ ਜੀ ਡੀ ਪੀ ਸਾਡੇ ਇੰਡੀਆ ਨਾਲ ਵੀ ਨੀਚੇ ਆ। ਸਾਡੀ ਜੀ ਡੀ ਪੀ ਜੇ ਆਪਾਂ ਗੱਲ ਕਰੀਏ ਚਾਈਨਾ ਦੇ ਨਾਲ ਜਿਹੜੀ ਹੈਗੀ ਉਹ ਤੋਂ 1% ਨੀਚੇ ਆ, ਯੂ ਐੱਸ ਤੋਂ ਵੀ 1-2% ਦੀ ਅਸੀਂ ਗੱਲ ਕਰੀਏ ਫਰਕ ਹੈਗਾ ਸਿਰਫ, ਔਰ ਜੇ ਆਪਾਂ ਪਾਕਿਸਤਾਨ ਦੀ ਗੱਲ ਕਰੀਏ, ਬੰਗਲਾਦੇਸ਼ ਜਿਹੜੇ ਸਾਡੇ ਸ਼੍ਰੀਲੰਕਾ ਦੀ ਗੱਲ ਕਰੀਏ ਉਹਨੂੰ ਅਸੀਂ ਕਾਫੀ ਉੱਪਰ ਜਾ ਰਹੇ ਹਾਂ। ਸੋ ਜੀ ਡੀ ਪੀ ਕਿਤੇ ਡਾਊਨ ਨਹੀਂ ਹੈਗੀ, ਠੀਕ ਹੈ। ਕੁਛ ਮਲਟੀਨੈਸ਼ਨਲ ਕੰਪਨੀਸ ਹੈਗੀਆਂ ਜਿਹਨਾਂ ਦੇ ਲੋਸ ਦੇ ਵਿੱਚ ਆ ਗਈਆਂ ਆ ਡਿਊ ਟੂ ਸਮ ਡਿਫੈਕਟ ਕਰਕੇ ਆ, ਉਹ ਵੀ ਹੌਲੀ ਹੌਲੀ ਗਰੋਥ ਕਰ ਜਾਣਗੀਆਂ। ਆਟੋਮੋਬਾਈਲ ਸੈਕਟਰ ਹੈਗਾ ਜਿਹੜਾ ਕਿ ਇਸ ਵੇਲੇ ਆਪਾਂ ਕਹਿ ਰਹੇ ਹਾਂ ਕਿ ਲੋ ਆ, ਲੇਕਿਨ ਲੋ ਉਹ ਵੀ ਨਹੀਂ ਹੈਗਾ, ਉਹ ਵੀ ਹਾਈ ਚੱਲ ਰਿਹਾ, ਉਹਨਾਂ ਦੀ ਸੇਲ ਜਿਹੜੀ ਹੈ ਇਨਕਰੀਜ਼ ਹੋਈ ਹੋਈ ਹੈ। ਤੁਸੀਂ ਮੈਨੂੰ ਖੁਦ ਦੱਸੋ ਕਿਹਦੇ ਘਰ ਦੇ ਵਿੱਚ ਇਸ ਵੇਲੇ 4 ਵਹੀਕਲ ਨਹੀਂ ਹੈਗਾ, ਹਰ ਫੈਮਿਲੀ ਦੇ ਵਿੱਚ 4 ਵਹੀਕਲ ਹੈਗਾ, ਤਾਂ ਮੈਨੂੰ ਦੱਸੋ ਕਿੱਥੋਂ ਸੇਲ ਡਾਊਨ ਆ ਜਾਏਗੀ? ਸਰ ਜੀ ਡੀ ਪੀ ਇਨਕਰੀਜ਼ ਹੋ ਰਹੀ ਹੈ, ਕੁਛ ਸੋਸ਼ਲ ਮੀਡੀਆ ਕਹਿ ਰਿਹਾ, ਕੁਛ ਨਿਊਜ਼ ਕਹਿ ਰਹੀ ਹੈ, ਲੇਕਿਨ ਜੀ ਡੀ ਪੀ ਇਨਕਰੀਜ਼ ਹੈ, ਸਟੇਬਲ ਹੈ, ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਕਿਤੇ ਵੀ। ਤੁਸੀਂ ਇਹ ਦੇਖੋ ਡਾਲਰ ਦਾ ਰੇਟ ਹੈ ਉਹ ਵੀ ਸਟੇਬਲ ਹੈ। ਸਰ ਨਾਪੀ ਆਪਾਂ ਨਹੀਂ ਇਹਨੂੰ ਕੁਛ ਕਰ ਸਕਦੇ, ਇਹ ਗੌਰਮੈਂਟ ਦੇ ਕੁਛ ਰੂਲਸ ਹੁੰਦੇ ਆ, ਉਹ ਕੁਛ ਇਹ ਦੇਖਦੇ ਕਿ ਇਕੋਨਮੀ ਕਿੱਥੇ ਕਰ ਰਹੀ, ਗਰੋ ਕਿੰਨੀ ਕਰ ਰਹੀ ਹੈ। ਕੁਛ ਆਪਾਂ ਇਨਫਲੇਸ਼ਨ ਦੀ ਗੱਲ ਕਰ ਸਕਦੇ ਹਾਂ, ਸੇਲ ਦੀ ਗੱਲ ਕਰ ਸਕਦੇ ਹਾਂ, ਐਕਸਪੋਰਟ ਦੀ ਗੱਲ ਕਰ ਸਕਦੇ ਹਾਂ, ਔਰ ਸਭ ਕੁਛ ਅਪਰੋਕਸੀਮੇਟ ਨੋਰਮਲ ਚੱਲ ਰਿਹਾ ਆ। ਬਾਕੀ ਹੱਲਾ ਤਾਂ ਸਾਰੇ ਦੇਖੋ ਕੰਪਨੀ ਵਾਲਿਆਂ ਨੇ ਮਚਾਉਣਾ ਹੀ ਹੈ। ਅਤੇ ਇੱਕ ਸਾਡੇ ਦਰਸ਼ਕ ਹੋਰ ਤੁਹਾਨੂੰ ਕੁਐਸਚਨ ਕਰਨਾ ਚਾਹੁੰਦੇ ਨੇ। ਸਰ ਮੇਰਾ ਨਾਮ
ਅਗਰ ਤੁਹਾਡਾ ਐਨ ਜੀ ਓ ਰਜਿਸਟਰਡ ਹੈਗਾ ਦੈਨ ਤੁਸੀਂ ਇਹ ਦੇਖੋ 12A ਲਈ ਅਪਲਾਈ ਕੀਤਾ ਹੋਇਆ, ਤੁਹਾਨੂੰ ਗੌਰਮੈਂਟ 10E ਦੀ ਐਗਜ਼ੈਂਪਸ਼ਨ ਦਿੱਤੀ ਹੋਈ ਹੈ। ਉਸ ਤੋਂ ਬਾਅਦ ਕੀ ਤੁਸੀਂ ATG ਲਈ ਅਪਲਾਈ ਕੀਤਾ ਹੋਇਆ? ਜੇ ਤੁਸੀਂ ATG ਲਈ ਅਪਲਾਈ ਕੀਤਾ ਹੋਇਆ ਆ ਔਰ ਤੁਹਾਨੂੰ ATG ਦੀ ਪਰਮਿਸ਼ਨ ਗੌਰਮੈਂਟ ਵੱਲੋਂ ਮਿਲੀ ਹੋਈ ਇਨਕਮ ਟੈਕਸ ਡਿਪਾਰਟਮੈਂਟ ਤੋਂ, ਦੈਨ ਜਿੰਨੀ ਵੀ ਤੁਹਾਨੂੰ ਡੋਨੇਸ਼ਨ ਆਉਂਦੀ ਆ ਉਹ ਪਰਸਨ ਆਪਣੀ ਇਨਕਮ ਟੈਕਸ ਰਿਟਰਨ ਫਾਈਲ ਕਰਨ ਲੱਗੇ ਉਹਦੀ ਜਿਹੜੀ ਰਿਬੇਟ ਆ ਉਹ ਲੈ ਸਕਦਾ ਆ। ਉਹ 50% ਔਰ 100% ਹੁੰਦੀ ਆ, ਡਿਪੈਂਡ ਕਰਦਾ ਕੈਟਾਗਰੀ ਦੇ ਉੱਪਰ। ਸੋ ਇੱਕ ਬੈਟਰ ਆ ਕਿ ਤੁਸੀਂ ATG 'ਚ ਰਜਿਸਟ੍ਰੇਸ਼ਨ ਕਰੋ ਆਪਣੇ NGO ਦੀ। ਅਗਰ ਗੱਲ ਕਰਦੇ ਹਾਂ ਕਿ ਆਡਿਟ ਵਾਲੇ ਜਿਹੜੇ ਕੇਸ ਆ ਉਹਨਾਂ ਦੀ, ਬਹੁਤ ਵਾਰੀ ਆਪਾਂ ਆਸ ਰੱਖਦੇ ਹਾਂ ਕਿ ਜਿਹੜਾ ਡਿਪਾਰਟਮੈਂਟ ਆ ਆਡਿਟ ਦੀ ਡੇਟ ਜਿਹੜੀ ਆ ਉਹ ਵਧਾ ਦੇਗਾ, ਜਿਹੜੀ ਰਿਟਰਨ ਦੀ ਡੇਟ ਆ, ਅਤੇ ਕਿਤੇ ਉਹ ਰਿਟਰਨ ਦੀ ਡੇਟ ਨਾ ਵਧਾਵੇ, ਜਿਹਦੀ ਰਿਟਰਨ ਰਹਿ ਜਾਏਗੀ ਉਹਨੂੰ ਕਿੰਨਾ ਫਾਈਨ ਹੈ ਅਤੇ ਕਿਸ ਤਰੀਕੇ ਨਾਲ ਉਹ ਅੱਗੇ ਭਰ ਸਕਦਾ? ਸਰ ਅੱਜ ਤੱਕ ਤਾਂ ਹੋਇਆ ਨਹੀਂ ਵੈਸੇ ਕਿਸੇ ਦੀ ਰਿਟਰਨ ਜਿਹੜੀ ਉਹ ਲੇਟ ਹੋ ਗਈ ਹੋਵੇ। ਜੇ ਕਿਸੇ ਜੈਨੂਨ ਰੀਜ਼ਨ ਕਰਕੇ ਲੇਟ ਹੁੰਦੀ ਆ ਤਾਂ ਜਿਹੜਾ ਡਿਪਾਰਟਮੈਂਟ ਆ ਜਾਂ AO ਜਿਹੜਾ ਹੈਗਾ ਆ ਉਹਦੀ ਜਿਹੜੀ ਆ ਪੈਨਲਟੀ ਆ ਉਹ ਐਗਜ਼ੈਂਪਟ ਕਰ ਦਿੰਦਾ ਆ, ਉਹਨੂੰ ਵੇਵ ਆਫ ਕਰ ਦਿੰਦਾ ਆ। ਅਗਰ ਫਿਰ ਵੀ ਕਿਸੇ ਕਾਰਨ ਕਿਸੇ ਦੀ ਰਿਟਰਨ ਰਹਿ ਜਾਂਦੀ ਆ ਦੈਨ ਮੈਕਸੀਮਮ ਜਿਹੜੀ ਪੈਨਲਟੀ ਉਹ 1,50,000 ਰੁਪਈਆ ਆ, ਔਰ ਜਿਹੜੀ ਮਿਨੀਮਮ ਪੈਨਲਟੀ ਜਿਹੜੀ ਇਹਦੀ ਹੈਗੀ ਆ ਉਹ 1% ਜਾਂ 2% ਔਨ ਦਾ ਟਰਨ ਓਵਰ ਆ। ਸੋ ਇਸ ਕਰਕੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ, ਆਰਾਮ ਨਾਲ ਰਿਲੈਕਸ ਹੋ ਕੇ ਆਪਣੀ ਰਿਟਰਨਸ ਫਾਈਲ ਕਰੋ, ਰਿਟਰਨ ਸਹੀ ਫਾਈਲ ਕਰੋ, ਲੇਟ ਹੋ ਜਾਵੇ ਕੋਈ ਗੱਲ ਨਹੀਂ, ਰਿਟਰਨ ਸਹੀ ਫਾਈਲ ਕਰੋ। ਸਰ ਅੱਜ ਕੱਲ੍ਹ ਬਿਗ ਬਾਜ਼ਾਰ ਵਰਗੇ ਜਿਹੜੇ ਵੱਡੇ ਵੱਡੇ ਮਾਲਸ ਤੋਂ ਸਾਡੇ ਇੰਪਲਾਇਰ ਮਾਲ ਖਰੀਦਦੇ ਹੈ, ਲੇਕਿਨ ਉਹਨਾਂ ਦਾ ਜਿਹੜਾ ਸਾਨੂੰ ਪਤਾ ਨਹੀਂ ਲੱਗਦਾ ਉਹ ਕਿੰਨਾ ਕੁ ਮਾਲ ਲਿਆ ਹੈ, ਅਤੇ ਉਹ ਜਦੋਂ ਫਿਰ ਆਪਾਂ ਰਿਟਰਨ ਫਾਈਲ ਕਰਦੇ ਅਤੇ GST ਪੋਰਟਲ 'ਤੇ ਉਹਨਾਂ ਦਾ ਆਉਂਦਾ ITC ਆਉਂਦਾ, ਉਹ ਅਸੀਂ ਕਿਸ ਤਰ੍ਹਾਂ ਚਾਰਜ ਕਰੀਏ? ਹਾਂ ਸਰ, ਇਸ ਤਰ੍ਹਾਂ ਪਹਿਲਾਂ ਤਾਂ ਇਹ 'ਚ ਦੋ ਕੁਸ਼ਚਨ ਤੁਹਾਡੇ ਹੈਗੇ ਆ, ਉਹਨਾਂ ਨੇ ਪਰਸਨਲ ਡਰਾਇੰਗਸ ਗੱਲ ਲਈ ਆ, ਪਰਚੇਸ ਕੀਤੀ ਉਹਨਾਂ ਦੀ, ਤੁਸੀਂ ਪਰਸਨਲ ਡਰਾਇੰਗ 'ਚ ਐਂਟਰੀ ਕਰੋ ਅਕਾਊਂਟ ਦੀ। ਔਰ ਜਿਹੜਾ GST ਆ ਉਹ ਆਪਾਂ ਜੇ ਤਾਂ ਉਹ ਆਪਣੇ ਆਫਿਸ ਓਫਿਸ਼ੀਅਲ ਕੰਮ ਲਈ ਯੂਜ਼ ਕੀਤੀ ਗਈ ਆ ਜਾਂ ਆਪਾਂ ਬਿਜ਼ਨਸ ਲਈ ਯੂਜ਼ ਕੀਤਾ ਗਿਆ ਦੈਨ ਕਲੇਮ ਕਰਾਂਗੇ, ਅਦਰਵਾਈਜ਼ ਨਹੀਂ ਤਾਂ ਉਹਦਾ ਜਿਹੜਾ ITC ਹੈਗਾ ਆ ਇੱਕ ਕੋਲਮ ਹੈਗਾ ਆ ਉਹਦੇ ਵਿੱਚ ਅਸੀਂ ਕਰਾਂਗੇ ਅਨਯੂਟੀਲਾਈਜ਼, ਜਿਹਨੂੰ ਅਸੀਂ ਯੂਟੀਲਾਈਜ਼ ਨਹੀਂ ਕਰਨਾ ਚਾਹੁੰਦੇ। ਅਤੇ ਇੱਕ ਕੁਐਸਚਨ ਹੋਰ ਆਇਆ ਸਾਡੇ ਕੋਲ। ਸਰ ਮੇਰਾ ਕੁਐਸਚਨ ਇਹ ਹੈ ਕਿ ਮੇਰੇ ਬੜੇ ਬ੍ਰਦਰ ਹੈ, ਉਹ ਬੈਂਗਲੋਰ ਮੈਂ ITਕੀ ਟ੍ਰੇਨਿੰਗ ਕਰ ਰਹੇ ਹੈ। ਸਰ ਹਮੇ ਕਿਸੇ ਨੇ ਕਿਹਾ ਹੈ ਕਿ ਉਨ੍ਹਾਂ ਕਾ ਜ਼ੀਰੋ ਰਿਟਰਨ ਫਿਲ ਕਰਵਾਏ, ਸਰ ਉਸ ਇਸਕੇ ਬੈਨੀਫਿਟ ਕਿਆ ਹੈ ਔਰ ਇਹ ਕਿਆ ਹੁੰਦਾ ਹੈ? ਐਕਚੁਲੀ ਜੇ ਉਹ ਤੋਂ IT ਦੀ ਟ੍ਰੇਨਿੰਗ ਕਰ ਰਹੇ ਆ ਤਾਂ ਉਹਨਾਂ ਨੂੰ ਉੱਥੇ ਸਟਾਈਫੰਡ ਮਿਲਦਾ ਹੋਏਗਾ, ਜੇ ਉਹਨਾਂ ਨੂੰ ਸਟਾਈਫੰਡ ਮਿਲਦਾ ਆ ਤਾਂ ਆਪਣੀ ਜਿਹੜੀ ਇਨਕਮ ਹੈਗੀ ਆ ਉਹ ਰਿਟਰਨ ਦਿਖਾ ਕੇ ਉਹ ਰਿਟਰਨ ਫਾਈਲ ਕਰ ਸਕਦੇ ਆ। ਜ਼ੀਰੋ ਰਿਟਰਨ ਦਾ ਮਤਲਬ ਇਹ ਹੁੰਦਾ ਕਿ ਨਿਲ ਦੀ ਰਿਟਰਨ ਹੈ, ਜਿਹਦੀ ਇਨਕਮ ਸਾਡੀ 2,50,000 ਤੋਂ ਨੀਚੇ ਆ, ਜੋ ਸਟਾਈਫੰਡ ਮਿਲਦਾ ਉਹਦੇ ਹਿਸਾਬ ਨਾਲ ਤੁਸੀਂ ਆਪਣੀ ਜਿਹੜੀ ਇਨਕਮ ਫਾਈਲ ਕਰ ਦਿਓ। ਅਤੇ ਇੱਕ ਸਾਡੇ ਦਰਸ਼ਕ ਨੇ ਅਤੇ ਉਹਨਾਂ ਦਾ ਕਹਿਣਾ ਸੀ ਕਿ ਵੀ ਉਹ ਟਰੈਵਲ ਏਜੰਸੀ ਖੋਲ੍ਹਣਾ ਚਾਹੁੰਦੇ ਨੇ, ਅਤੇ ਉਹਦੇ ਲਈ ਕਿਹੜੇ ਕਿਹੜੇ ਡਾਕੂਮੈਂਟਸ ਦੀ ਲੋੜ ਪੈਂਦੀ ਆ ਅਤੇ ਕੀ ਚੀਜ਼ਾਂ ਹੋਰ ਉਹਨਾਂ ਦੇ ਧਿਆਨ ਰੱਖਣ ਯੋਗ ਹੁੰਦੇ ਆ? ਹਾਂ ਸਰ, ਜਿਹੜੇ ਟਰੈਵਲ ਏਜੰਸੀ ਦਾ ਕੰਮ ਕਰਦੇ ਆ ਪਹਿਲਾਂ ਇਹ ਦੇਖੋ ਉਹਨਾਂ ਨੇ ਪ੍ਰੋਪਰਾਈਟਰ 'ਚ ਕੰਮ ਕਰਨਾ ਕਿ ਪਾਰਟਨਰਸ਼ਿਪ 'ਚ ਕੰਮ ਕਰਨਾ, ਉਹ ਦੋਨਾਂ ਦੀ ਡਿਫਰੈਂਟ ਕੰਡੀਸ਼ਨਸ ਹੈਗੀਆਂ ਆ। ਪਹਿਲਾਂ ਆਪਾਂ ਗੱਲ ਕਰ ਲੈਂਦੇ ਪ੍ਰੋਪਰਾਈਟਰਸ਼ਿਪ ਦੀ। ਪ੍ਰੋਪਰਾਈਟਰਸ਼ਿਪ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਦੇ ਆਧਾਰ ਕਾਰਡ ਚਾਹੀਦਾ ਆ, ਪਾਸਪੋਰਟ ਦੀ ਕਾਪੀ ਚਾਹੀਦੀ ਆ, ਪੈਨ ਕਾਰਡ ਚਾਹੀਦਾ ਆ। ਉਹਨਾਂ ਨੇ ਜਿਹੜਾ ਫਰਮ ਖੋਲ੍ਹੀ ਆ ਜਿਹਦੇ ਵਿੱਚ ਟਰੈਵਲ ਏਜੰਸੀ ਦਾ ਕੰਮ ਕਰਨਾ ਉਹਦਾ ਬੈਂਕ ਅਕਾਊਂਟ ਹੋਣਾ ਚਾਹੀਦਾ ਆ। ਉਸ ਤੋਂ ਬਾਅਦ ਜਿਹੜੇ ਜਿੱਥੇ ਵੀ ਉਹਨਾਂ ਨੇ ਪ੍ਰਿੰਸਿਸ ਦੇ ਵਿੱਚ ਖੋਲ੍ਹਣਾ ਆ ਉਹਦੀ ਰੈਂਟ ਡੀਡ ਹੋਣੀ ਚਾਹੀਦੀ ਆ, ਰੈਂਟ ਡੀਡ ਰਜਿਸਟਰਡ ਹੋਣੀ ਚਾਹੀਦੀ ਆ ਕੋਰਟ ਦੇ ਵਿੱਚੋਂ, ਤਹਿਸੀਲਦਾਰ ਦੀ ਸਟੈਂਪ ਉਹਦੇ ਉੱਪਰ ਹੋਣੀ ਚਾਹੀਦੀ ਆ। ਉਸ ਤੋਂ ਇਲਾਵਾ ਉਸ ਨੂੰ ਇਹ ਦੇਖਣਾ ਚਾਹੀਦਾ ਕਿ ਉਹਦੇ ਕੋਲ ਰਜਿਸਟ੍ਰੇਸ਼ਨ ਹੈ। ਇੱਕ ਫੋਰਮ ਬੀ ਔਰ ਐਫ ਹੁੰਦਾ ਆ ਜਿਹਨੂੰ ਅਸੀਂ ਲੇਬਰ ਇੰਸਪੈਕਟਰ ਇਸ਼ੂ ਕਰਦਾ ਆ, ਉਹਦੇ ਕੋਲ ਕੰਪਲਸਰੀ ਹੋਣਾ ਚਾਹੀਦਾ। ਇਹ ਸਾਰੇ ਡਾਕੂਮੈਂਟਸ ਲੈ ਕੇ ਪਲੱਸ ਦੋ ਗਰੰਟਰ ਜਿਹਨੇ ਕਿ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਹੋਈ ਆ ਉਹਨਾਂ ਦੀਆਂ ਰੋਡ ਰਿਟਰਨਾਂ ਲੈ ਕੇ ਉਹ ਆਪਣੇ DC ਆਫਿਸ ਜਾਣਾ ਹੈ, ਉੱਥੋਂ ਫਾਈਲ ਸਬਮਿਟ ਕਰ ਸਕਦਾ। ਇਹ ਪ੍ਰੋਪਰਾਈਟਰਸ਼ਿਪ ਲਈ ਆ। ਜੇ ਆਪਾਂ ਗੱਲ ਕਰੀਏ ਪਾਰਟਨਰਸ਼ਿਪ ਫਰਮ ਲਈ, ਉਹਨਾਂ ਦੀ ਜਿਹੜੀ ਪਾਰਟਨਰਸ਼ਿਪ ਫਰਮ ਹੈ ਉਹ ਰਜਿਸਟਰਡ ਹੋਣੀ ਚਾਹੀਦੀ ਆ, ਔਰ ਬਾਕੀ ਡਾਕੂਮੈਂਟਸ ਤੁਹਾਡੇ ਉਹੀ ਰਹਿਣਗੇ ਸਾਰੇ। ਬਿਲਕੁਲ ਸਰ, ਸਾਰਿਆਂ ਦੇ ਪੇਪਰ ਉਹੀ ਲੱਗਣੇ ਆ, ਸੇਮ ਲੱਗਣੇ। ਬਿਲਕੁਲ, ਸਿਰਫ ਇੱਕ ਜਿਹੜਾ ਪਾਰਟਨਰਸ਼ਿਪ 'ਚ ਰਜਿਸਟ੍ਰੇਸ਼ਨ ਸਰਟੀਫਿਕੇਟ ਐਕਸਟਰਾ ਹੋ ਗਿਆ। ਇੱਕ ਸਾਡੇ ਦਰਸ਼ਕ ਹੋਰ ਕੁਐਸਚਨ ਪੁੱਛਣਾ ਚਾਹੁੰਦੇ ਨੇ। ਸਰ ਸੈਕਿੰਡ ਕੁਐਸਚਨ ਮੇਰਾ ਇਹ ਹੈਗਾ ਕਿ ਜਿਸ ਤਰ੍ਹਾਂ ਅਸੀਂ ਪਰਚੇਜ਼ ਪਾਉਂਦੇ ਹਾਂ, ਪਰਚੇਜ਼ ਇਸ ਤਰ੍ਹਾਂ ਕਿ ਉਹਦੇ ਵਿੱਚ 5 ਆਈਟਮ ਹੈਗੀਆਂ ਬਿੱਲ ਦੇ ਵਿੱਚ, ਅਤੇ ਕੁਛ ਆਈਟਮਸ 18% ਹੈ, ਕੁਛ 28% ਹੈ, ਅਤੇ ਅਗਰ ਉਹਨਾਂ ਦਾ HSN ਕੋਡ ਮੰਨ ਲਓ 7807 ਹੈ ਜਾਂ 8708, ਉਹਦੇ ਵਿੱਚ 5 ਆਈਟਮਾਂ ਨੇ, ਉਹਦੀ ਕੁਆਂਟਿਟੀ ਮਤਲਬ 10-10 ਪੀਸ ਦੀ ਹੈਗੀ ਹੈ, ਅਤੇ ਟੋਟਲ ਕੁਆਂਟਿਟੀ 50 ਪੀਸ ਹੋਈ, ਅਸੀਂ ਉਹਨੂੰ ਇੱਕ ਦੇ ਵਿੱਚ ਇੱਕ ਵਾਰ HSN ਕੋਡ ਡਾਲ ਕੇ 50 ਪੀਸਿਸ ਕਰਕੇ ਆਪਸ਼ਨਲ ਅਮਾਊਂਟ ਪਾ ਕੇ ਐਂਟਰੀ ਪਾ ਸਕਦੇ ਹਾਂ, ਜਾਂ ਉਹਨੂੰ ਇਕੱਲੇ ਨੂੰ 5 ਟਾਈਮ ਉਹਦੀ ਐਂਟਰੀ ਕਰਕੇ ਫਿਰ ਅਸੀਂ ਉਹਦੀ ਅਮਾਊਂਟ ਬਣਾਈਏ ਜੀ? ਕੀ ਇਸ ਤਰ੍ਹਾਂ ਸਹੀ ਹੈ ਬਿੱਲ ਦੀ ਐਂਟਰੀ ਜਾਂ ਇਕੱਠੇ ਇੱਕ ਐਂਟਰੀ ਪਾ ਦਈਏ ਜੀ? ਨਹੀਂ ਸਰ, ਦੇਖੋ HSN ਕੋਡ ਤੁਹਾਡੇ ਡਿਫਰੈਂਟ ਡਿਫਰੈਂਟ ਹੈਗੇ ਆ, ਤੁਹਾਨੂੰ ਡਿਫਰੈਂਟ ਡਿਫਰੈਂਟ ਹੀ ਐਂਟਰੀ ਪਾਉਣੀ ਪਏਗੀ। ਅਗਰ ਦੋ
ਉਹ ਫਿਰ ਦੋ ਐਂਟਰੀਆਂ ਪੈਣਗੀਆਂ। ਜੇ ਤੀਸਰਾ ਵੀ ਕੋਈ ਐੱਚ ਐੱਸ ਐੱਨ ਹੈ ਫਿਰ ਤਿੰਨ ਐਂਟਰੀਆਂ ਪੈਣਗੀਆਂ। ਅਗਰ ਇੱਕ ਸੇਮ ਐੱਚ ਐੱਸ ਐੱਨ ਕੋਡ ਹੈ ਉਹਨਾਂ ਨੂੰ ਸੇਮ ਨੂੰ ਇਕੱਠਿਆਂ ਨੂੰ ਅਸੀਂ ਐਂਟਰ ਕਰਕੇ ਆਪਸ਼ਨਲ ਅਮਾਊਂਟ ਉਹਨਾਂ ਦੀ ਬਣਾ ਕੇ ਪਾ ਸਕਦੇ ਐਂਟਰੀ ਕਿ ਨਹੀਂ ਜੀ? ਬਿਲਕੁਲ ਸਰ, ਜੇ ਇੱਕ ਹੀ ਸੇਮ ਐੱਚ ਐੱਸ ਐੱਨ ਕੋਡ ਹੈਗਾ ਹੈ ਦੈਨ ਤੁਸੀਂ ਐਂਟਰੀ ਕਰ ਸਕਦੇ ਹੈ। ਪਰ ਪ੍ਰੋਬਲਮ ਤੁਸੀਂ ਇਹ ਦੇਖੋ ਤੁਸੀਂ ਨਾਲ ਸਟੋਕ ਮੇਨਟੇਨ ਕਰ ਰਹੇ ਕਿ ਨਹੀਂ ਕਰ ਰਹੇ। ਜੇ ਸਟੋਕ ਮੇਨਟੇਨ ਨਹੀਂ ਕਰ ਰਹੇ ਦੈਨ ਕੋਈ ਪ੍ਰੋਬਲਮ ਨਹੀਂ ਹੈ, ਲੇਕਿਨ ਅਗਰ ਸਟੋਕ ਮੇਨਟੇਨ ਹੋ ਰਿਹਾ ਆ ਦੈਨ ਤੁਹਾਨੂੰ ਡਿਫਰੈਂਟ ਡਿਫਰੈਂਟ ਐਂਟਰੀ ਪਾਉਣੀ ਪਏਗੀ, ਕਿਉਂਕਿ ਜਿਵੇਂ ਤਾਂ ਤੁਹਾਡੇ ਜਿਹੜੇ ਪੀਸਸ ਆ ਉਹ ਫਰਕ ਆ ਜਾਏਗਾ ਜਾਂ ਕੇਜਿਸ ਵੀ ਡਿਫਰੈਂਟ ਆ ਜਾਏਗਾ। ਬਸ ਇਹ ਹੋਰ ਕੁਛ ਨਹੀਂ ਹੈਗਾ ਸਰ, ਸਿੰਪਲ ਚੀਜ਼ ਹੈ। ਇੱਕ ਸਾਡੇ ਦਰਸ਼ਕ ਨੇ, ਉਹਨਾਂ ਦਾ ਕੁਐਸਚਨ ਹੈ ਕਿ ਉਹਨਾਂ ਨੇ ਇੱਕ ਫਰਮ ਖਰੀਦੀ ਅਤੇ ਜੀ ਐੱਸ ਟੀ ਜਿਹੜੀ ਆ ਉਹਨਾਂ ਦੀ ਜਿਹੜੀ ਪਹਿਲੀ ਫਰਮ ਆ ਉਹਨਾਂ ਦੀ ਲਾਇਬਿਲਟੀ ਹੈਗੀ ਸੀ, ਉਹਨਾਂ ਨੂੰ ਨਹੀਂ ਸੀ ਪਤਾ। ਉਹਨਾਂ ਨੇ ਫਰਮ ਖਰੀਦ ਲਈ, ਆਪਣਾ ਕੰਮ ਕਰਨਾ ਸ਼ੁਰੂ ਕਰਤਾ, ਬਾਅਦ ਵਿੱਚ ਪਤਾ ਲੱਗਾ ਅਤੇ ਉਹ ਪਰਸਨ ਬਾਹਰ ਜੁਗਾ ਜਾ ਚੁੱਕਾ ਆ ਅਤੇ ਉਸਦੀ ਜੀ ਐੱਸ ਟੀ ਦੀ ਲਾਇਬਿਲਟੀ ਜਿਹੜੀ ਆ ਉਹ ਖੜੀ ਆ। ਬੇਸ਼ੱਕ ਹਜੇ ਕਿਸੇ ਵੀ ਡਿਪਾਰਟਮੈਂਟ ਵੱਲੋਂ ਉਹਨਾਂ ਨੂੰ ਕਿਸੇ ਨੂੰ ਨੋਟਿਸ ਨਹੀਂ ਆਇਆ, ਲੇਕਿਨ ਜਦੋਂ ਉਹਨਾਂ ਨੂੰ ਪਤਾ ਲੱਗਾ ਉਹ ਥੋੜ੍ਹਾ ਡਰ ਗਏ। ਅਤੇ ਉਹਨਾਂ ਦਾ ਹੁਣ ਕਹਿਣਾ ਇਹ ਆ ਕਿ ਕੀ ਜਿਹੜੀ ਆ ਜੀ ਐੱਸ ਟੀ ਡਿਪਾਰਟਮੈਂਟ ਆ ਉਹ ਉਹਨਾਂ ਨੂੰ ਵੀ ਕੁਛ ਕਹਿ ਸਕਦਾ ਹੈ ਜਾਂ ਜੀ ਐੱਸ ਟੀ ਦੀ ਲਾਇਬਿਲਟੀ ਜਿਸ ਤੋਂ ਉਹਨਾਂ ਨੇ ਖਰੀਦੀ ਆ ਫਰਮ ਉਹਦੀ ਹੀ ਹੈ? ਨਹੀਂ ਸਰ, ਇਸ ਤਰ੍ਹਾਂ ਹੁੰਦਾ ਹੈ, ਦੇਖੋ ਤੁਹਾਡੇ ਐਗਰੀਮੈਂਟ ਦੇ ਉੱਪਰ ਹੁੰਦਾ ਆ, ਐਗਰੀਮੈਂਟ ਦੇ ਉੱਪਰ ਕੀ ਹੋਇਆ ਤੁਹਾਡਾ ਜਦੋਂ ਤੁਸੀਂ ਪਰਚੇਸ ਕੀਤੀ ਹੈ ਉਹਦੇ ਵਿੱਚ ਕੀ ਲਿਖਿਆ ਸੀ ਕਿ ਮੇਰੀਆਂ ਜਿਹੜੀਆਂ ਲਾਇਬਿਲਟੀ ਸੀ ਮੈਂ ਪੇ ਕਰੂੰਗਾ ਕਿ ਉਹ ਫਰਮ ਆਪਣੇ ਆਪ ਪੇ ਕਰੇਗੀ? ਜੇ ਤੁਹਾਡੇ ਐਗਰੀਮੈਂਟ 'ਚ ਇਹ ਸੀਗਾ ਕਿ ਜਿੰਨੀਆਂ ਪਿਛਲੀਆਂ ਲਾਇਬਿਲਟੀ ਸੀ ਆ ਉਹ ਪਾਰਟੀ ਪੇ ਕਰੇਗੀ, ਦੈਨ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਤੁਸੀਂ ਜੇ ਤੁਹਾਨੂੰ ਨੋਟਿਸ ਆ ਜਾਂਦਾ ਐਗਰੀਮੈਂਟ ਦੀ ਕਾਪੀ ਜਿਹੜੀ ਆ ਉਹ ਡਿਪਾਰਟਮੈਂਟ ਦਿਖਾ ਸਕਦੇ ਹਾਂ, ਡਿਪਾਰਟਮੈਂਟ ਉਹਨਾਂ ਨੂੰ ਹੀ ਨੋਟਿਸ ਇਸ਼ੂ ਕਰੇਗਾ। ਲੇਕਿਨ ਜੇ ਤੁਹਾਡੇ ਕੋਲ ਐਗਰੀਮੈਂਟ ਨਹੀਂ ਹੈਗਾ ਦੈਨ ਤੁਹਾਡੀ ਹੀ ਲਾਇਬਿਲਟੀ ਔਰ ਤੁਹਾਨੂੰ ਹੀ ਪੇ ਕਰਨੀ ਪਏਗੀ, ਤੁਹਾਨੂੰ ਹੀ ਪੇ ਕਰਨੀ ਪਏਗੀ। ਇਹ ਜ਼ਰੂਰੀ ਹੈ ਕਿ ਜਿਹੜਾ ਐਗਰੀਮੈਂਟ ਆ ਉਹਨੂੰ ਠੀਕ ਸੋਚ ਸਮਝ ਕੇ ਹਰੇਕ ਡੀਲ ਦੇ ਵਿੱਚ ਜਿਹੜਾ ਆ। ਦੇਖੋ ਐਮਓਯੂ ਹੁੰਦਾ, ਐਮਓਯੂ ਤੁਹਾਡੇ ਕੋਲ ਹੋਏਗਾ, ਐਮਓਯੂ ਦੇ ਉੱਪਰ ਹੀ ਸਭ ਕੁਝ ਚੱਲੇਗਾ। ਸਾਡੇ ਇੱਕ ਦਰਸ਼ਕ ਨੇ ਜੀ ਉਹ ਕੁਐਸਚਨ ਪੁੱਛਣਾ ਚਾਹੁੰਦੇ ਨੇ। ਮੇਰਾ ਕੁਐਸਚਨ ਇਹ ਵਾ, ਇਫ ਅਗਰ ਅਸੀਂ ਆਨਲਾਈਨ ਬਿਜ਼ਨਸ ਕਰ ਰਹੇ ਹਾਂ ਉਹਦੇ ਲਈ ਇੰਪੋਰਟ ਔਰ ਐਕਸਪੋਰਟ ਲਾਇਸੈਂਸ ਮੈਂਡੋਟਰੀ ਆ? ਫੋਰ ਇਗਜ਼ਾਮਪਲ ਇੰਡੀਆ ਮਾਰਟ ਹੋ ਗਿਆ ਜਾਂ ਫਿਰ ਟ੍ਰੇਡ ਇੰਡੀਆ ਹੋ ਗਿਆ, ਉਹਦੇ ਵਿੱਚ ਆਪਾਂ ਸੇਲ ਜਾਂ ਪਰਚੇਜ਼ ਸੇਲਿੰਗ ਕਰ ਰਹੇ ਹਾਂ ਕਸਟਮਰਸ ਨੂੰ, ਉਹਦੇ ਲਈ ਸਾਨੂੰ ਲਾਇਸੈਂਸ ਮੈਂਡੋਟਰੀ ਆ? ਮਤਲਬ ਇਹ ਕਹਿ ਰਹੇ ਕਿ ਆਊਟ ਆਫ ਕੰਟਰੀ ਮਾਲ ਜਾ ਰਿਹਾ ਇਹਨਾਂ ਦਾ, ਜਿਹੜੇ ਕਸਟਮਰ ਹੈਗੇ ਆਊਟ ਆਫ ਕੰਟਰੀ ਹੈਗੇ ਨੇ ਥਰੂ ਈ ਪੋਰਟਲ ਕਰਦੇ ਪਏ ਨੇ, ਅਤੇ ਉਹਦੇ ਲਈ ਇਹਨਾਂ ਨੂੰ ਐਕਸਪੋਰਟ ਲਾਇਸੈਂਸ ਲੈਣ ਦੀ ਲੋੜ ਹੈ ਕਿ ਨਹੀਂ ਹੈ? ਨਹੀਂ, ਇਹਨਾਂ ਨੂੰ ਕੋਈ ਐਕਸਪੋਰਟ ਲਾਇਸੈਂਸ ਲੈਣ ਦੀ ਲੋੜ ਨਹੀਂ ਹੈਗੀ, ਕਿਉਂਕਿ ਉਹਨਾਂ ਦੀ ਜਿਹੜੀ ਬੇਸਿਕ ਕੰਪਨੀ ਇੰਡੀਆ ਮਾਰਟ ਆ ਉਹ ਆਪਣੇ ਬੇਸ ਦੇ ਉੱਪਰ ਕਰਦੀ ਪਈ ਹੈ। ਲੇਕਿਨ ਪ੍ਰੈਫਰੇਬਲ ਇਹ ਹੈ ਕਿ ਆਪਣਾ ਇੰਪੋਰਟ ਐਕਸਪੋਰਟ ਨੰਬਰ ਲੈਣ, ਉਹਦੇ ਨਾਲ ਇਹਨਾਂ ਜਿਹੜੀ ਡਿਊਟੀ ਡਰਾਬੈਕ ਹੈ ਉਹ ਵਾਪਸ ਆ ਜਾਏਗਾ, ਇਹਨਾਂ ਦਾ ਬੈਨੀਫਿਟ ਹੋ ਜਾਏਗਾ, ਜਿਹੜਾ ਜੀ ਐੱਸ ਟੀ ਇਹਨਾਂ ਨੇ ਪੇ ਕੀਤਾ ਆ ਉਹ ਵੀ ਇਹਨਾਂ ਨੂੰ ਰਿਫੰਡ ਆ ਜਾਏਗਾ। ਅਤੇ ਸਾਡੇ ਇੱਕ ਹੋਰ ਦਰਸ਼ਕ ਨੇ ਅਤੇ ਉਹ ਆਪਣਾ ਕੁਐਸਚਨ ਤੁਹਾਡੇ ਮੂਹਰੇ ਰੱਖਣਾ ਚਾਹੁੰਦੇ ਨੇ। ਮੇਰਾ ਨਾਮ ਪੰਨਿਆ ਹੈ, ਮੈਂ ਤੁਹਾਡੇ ਕੋਲ ਇੱਕ ਕੁਐਸਚਨ ਪੁੱਟ ਕਰਨਾ ਚਾਹੁੰਦੀ ਹਾਂ। ਲਾਈਕ ਜੇ ਸਾਡੇ ਕੋਲ ਇੱਕ ਐਨ ਜੀ ਓ ਆ ਉਹਨੂੰ ਫੋਰਨ ਕੰਟਰੀ ਡੋਨੇਸ਼ਨ ਪੇ ਕਰ ਰਹੀ ਆ, ਉਹ ਵਿਦਆਊਟ ਗੌਰਮੈਂਟ ਦੀ ਪਰਮਿਸ਼ਨ ਉਹ ਰਿਸੀਵ ਕਰ ਸਕਦਾ ਡੋਨੇਸ਼ਨ ਕਿ ਉਹਨੂੰ ਗੌਰਮੈਂਟ ਦੀ ਪਰਮਿਸ਼ਨ ਲੈਣੀ ਪਏਗੀ? ਦੇਖੋ ਉਹ ਡੋਨੇਸ਼ਨ ਕਰ ਸਕਦਾ, ਤੁਸੀਂ ਡੋਨੇਸ਼ਨ ਰਿਸੀਵ ਨਹੀਂ ਕਰ ਸਕਦੇ, ਸਾਨੂੰ ਮਤਲਬ ਗੌਰਮੈਂਟ ਦੀ ਪਰਮਿਸ਼ਨ ਲੈਣੀ ਪਏਗੀ। ਦੇਖੋ ਪਹਿਲਾਂ ਐਨ ਜੀ ਓ ਤੁਹਾਨੂੰ ਰਜਿਸਟਰ ਕਰਾਉਣਾ ਪਏਗਾ, ਰਜਿਸਟਰ ਕਰਵਾਉਣ ਤੋਂ ਬਾਅਦ ਤੁਹਾਨੂੰ ਨਹੀਂ ਇਨਕਮ ਟੈਕਸ ਤੁਸੀਂ ਰਜਿਸਟਰ ਕਰਾਇਆ 10 EO ਦੀ ਲਈ ਹੋਈ ਹੈ 12A ਕਿ ਨਹੀਂ? ਉਹ ਰਜਿਸਟਰਡ ਹੈਗਾ ਵਾ ਸਰ, ਤਾਂ ਕਹਿੰਦੇ ਮਤਲਬ ਆ ਕਿ ਉਹਨੂੰ ਇਨਕਮ ਟੈਕਸ ਤੋਂ ਪਹਿਲਾਂ ਰਜਿਸਟਰ ਕਰਾਉਣਾ ਪਏਗਾ, ਫਿਰ ਉਸ ਤੋਂ ਬਾਅਦ ਫੋਰਨ ਦੀ ਜੇ ਡੋਨੇਸ਼ਨ ਲੈਣੀ ਹੈ ਉਹ ਲਈ ਵੀ ਰਜਿਸਟਰ ਕਰਾਉਣਾ ਪਏਗਾ, ਦੋਨਾਂ ਦੀ ਅਲੱਗ ਅਲੱਗ ਰਜਿਸਟ੍ਰੇਸ਼ਨ ਹੋਣਗੀਆਂ ਉਹ ਕਰਾਉਣੀਆਂ ਪੈਣਗੀਆਂ, ਫਿਰ ਹੀ ਲੈ ਸਕਦੇ ਫੋਰਨ ਤੋਂ ਡੋਨੇਸ਼ਨ। ਨਹੀਂ, ਇਹਦੇ ਵਿੱਚ ਮੇਰਾ ਇੱਕ ਕੁਐਸਚਨ ਇਹ ਹੈ ਕਿ ਜਦੋਂ ਕੋਈ ਵੀ ਸਾਡੀ ਐਨ ਜੀ ਓ ਹੁੰਦੀ ਆ ਉਹਦੀ ਅਸੀਂ ਬਹੁਤ ਵਾਰੀ ਔਨਲਾਈਨ ਉਹਦੇ ਅਕਾਊਂਟ ਡਿਟੇਲਸ ਪਾਉਂਦੇ ਹਾਂ ਕਿ ਅਗਰ ਕਿਸੇ ਨੇ ਕੋਈ ਡੋਨੇਸ਼ਨ ਦੇਣੀ ਇਸ ਨੰਬਰ 'ਤੇ ਦੇ ਸਕਦਾ, ਅਤੇ ਅਗਰ ਫੋਰਨ ਦੇ ਵਿੱਚੋਂ ਕੋਈ ਉਹਦੇ ਵਿੱਚ ਡੋਨੇਸ਼ਨ ਪਾ ਦਿੰਦਾ ਅਤੇ ਐਨ ਜੀ ਓ ਨੂੰ ਪਤਾ ਵੀ ਨਹੀਂ ਕਿ ਉਹਦੇ ਵਿੱਚ ਡੋਨੇਸ਼ਨ ਜਿਹੜੀ ਆ ਫੋਰਨ ਤੋਂ ਆ ਗਈ ਆ ਅਤੇ ਉਹਦੇ ਵਿੱਚ ਉਹਦਾ ਕਸੂਰ ਵੀ ਕੋਈ ਨਹੀਂ ਅਤੇ ਜਾਣੀ ਵੀ ਉਹ ਸੇਵਾ ਦੇ ਲਈ ਆ, ਅਤੇ ਫਿਰ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਆ ਉਹ ਟੈਕਸ ਦੇ ਲਾਇਬਲ ਬਣ ਗਿਆ? ਸਰ ਇਹ ਤੁਸੀਂ ਜਦੋਂ ਇਨਕਮ ਟੈਕਸ ਦਾ ਕੇਸ ਲੱਗੇਗਾ ਨਾ ਉੱਥੇ ਤੁਹਾਨੂੰ ITO ਜਦੋਂ ਅਸੈਸ ਕਰਾਏਗਾ ਉਹ 100% ਉੱਤੇ ਪੈਨਲਟੀ ਲਗਾਏਗਾ। ਅੱਛਾ, ਉੱਤੇ 100% ਪੈਨਲਟੀ? ਈ ਪੋਰਟਲ 'ਤੇ ਪਾਈ ਕਿਸ ਤਰ੍ਹਾਂ ਜਦ ਤੁਹਾਡੇ ਕੋਲ ਪਰਮਿਸ਼ਨ ਹੀ ਨਹੀਂ ਸੀ RBI ਦੀ? ਅੱਛਾ, ਈ ਪੋਰਟਲ 'ਤੇ ਨਹੀਂ ਪਾ ਸਕਦੇ? ਬਿਲਕੁਲ ਸਰ। ਹਾਂ, ਇਹ ਬੜੀ ਅੱਛੀ ਜਿਹੜੀ ਹੈ ਜਾਣਕਾਰੀ ਹੈ ਕਿ ਕੋਈ ਵੀ ਅਗਰ NGO ਆ ਅਗਰ ਉਹਦੇ ਕੋਲ ਕੋਈ ਪਰਮਿਸ਼ਨ ਨਹੀਂ ਹੈਗੀ ਤਾਂ ਉਹ ਈ ਪੋਰਟਲ ਦੇ ਉੱਤੇ ਕਿਤੇ ਵੀ ਆਪਣੇ ਅਕਾਊਂਟਸ ਦੀ ਡਿਟੇਲ ਪਾ ਕੇ ਫੋਰਨ ਤੋਂ ਜਿਹੜੀ ਆ ਕੋਈ ਵੀ ਡੋਨੇਸ਼ਨ ਆ ਉਹ ਨਹੀਂ ਮੰਗਵਾ ਸਕਦਾ। ਇਹ ਬਹੁਤ ਗੌਰ ਕਰਨ ਵਾਲੀ ਗੱਲ ਆ। ਅਤੇ ਇੱਕ ਕੁਐਸਚਨ ਸਾਡੇ ਕੋਲ ਹੋ ਰਿਹਾ ਹੈ ਅਤੇ ਉਹਦੇ ਮੈਂ ਬਸਰਾ ਸਾਹਿਬ ਨੇ ਗੱਲ ਕੀਤੀ ਆ, ਆਪਣੇ ਆਪ ਪੈਸੇ ਆ ਜਾਂਦੇ ਆ ਔਰ ਉਹਨੂੰ ਪਤਾ ਵੀ ਨਹੀਂ ਲੱਗਦਾ, ਅਤੇ ਫਿਰ ਉਸ ਕੇਸ 'ਚ ਉਹਦੇ 'ਚ
ਤੇ ਇਹ ਸੀ ਜੀ ਅੱਜ ਦਾ ਸਾਡਾ ਪ੍ਰੋਗਰਾਮ ਟਾਕ ਔਨ ਟੈਕਸ, ਜਿੱਥੇ ਕਿ ਅੱਗੇ ਅਸੀਂ ਸਟੂਡੀਓ ਦੇ ਅੰਦਰ ਬੈਠ ਕੇ ਜੋ ਸਾਨੂੰ ਦਰਸ਼ਕ ਸਾਡਾ ਇੱਕ ਵਟਸਐਪ ਨੰਬਰ ਨੀਚੇ ਚੱਲ ਰਿਹਾ ਹੈ, ਅਗਰ ਤੁਹਾਡੇ ਮਨ ਵਿੱਚ ਕੋਈ ਵੀ ਕੁਐਸਚਨ ਹੋਵੇ ਤੁਸੀਂ ਉਹਦੇ ਉੱਤੇ ਸਾਨੂੰ ਆਪਣਾ ਵਟਸਐਪ ਦੇ ਉੱਤੇ ਕੋਈ ਵੀ ਕੁਐਸਚਨ ਕਿਸੇ ਵੀ ਤਰੀਕੇ ਨਾਲ ਲਿਖ ਕੇ ਹੀ ਭੇਜ ਸਕਦੇ ਹੋ, ਤੁਸੀਂ ਆਡੀਓ ਮੈਸੇਜ ਜਾਂ ਵੀਡੀਓ ਮੈਸੇਜ ਜਿਹੜਾ ਭੇਜ ਸਕਦੇ ਹੋ, ਅਸੀਂ ਆਪਣੇ ਅਗਲੇ ਪ੍ਰੋਗਰਾਮ ਦੇ ਵਿੱਚ ਉਸਨੂੰ ਕਿਤੇ ਸ਼ਾਮਿਲ ਕਰਦੇ ਹਾਂ। ਉੱਥੇ ਨਾਲ ਦੀ ਨਾਲ ਇਸ ਵਾਰ ਜਿਹੜੀ ਸਾਡੀ ਦਰਸ਼ਕਾਂ ਦੀ ਡਿਮਾਂਡ ਸੀ ਕਿ ਅਸੀਂ ਲਾਈਵ ਹੋ ਕੇ ਜਿਹੜੇ ਕੁਐਸਚਨ ਪੁੱਛਣਾ ਚਾਹੁੰਦੇ ਹਾਂ ਉਸਨੂੰ ਲੈ ਕੇ ਅਸੀਂ ਇਹ ਪ੍ਰੋਗਰਾਮ ਇੱਥੇ ਉਲੀਕਿਆ ਸੀ, ਅਤੇ ਮੈਨੂੰ ਲੱਗਦਾ ਹੈ ਕਿ ਜਿਹੜੇ ਸਾਡੇ ਇੱਥੇ ਦਰਸ਼ਕ ਆਏ ਨੇ ਉਹਨਾਂ ਨੂੰ ਬਹੁਤ ਅੱਛਾ ਲੱਗਾ ਹੋਵੇਗਾ ਕਿ ਉਹਨਾਂ ਦੇ ਨਾਲ ਦੀ ਨਾਲ ਉਹਨਾਂ ਦੇ ਕੁਐਸਚਨਾਂ ਦੇ ਸਾਰੇ ਆਂਸਰ ਜਿਹੜੇ ਆ ਮੁਕੇਸ਼ ਜੀ ਵੱਲੋਂ ਦਿੱਤੇ ਗਏ। ਬਹੁਤ ਬਹੁਤ ਮੁਕੇਸ਼ ਜੀ ਤੁਹਾਡਾ ਧੰਨਵਾਦ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਦੇ ਇੰਨੇ ਜਿਹੜੇ ਆ ਕੁਐਸਚਨਾਂ ਦੇ ਆਂਸਰ ਦਿੱਤੇ। ਅਤੇ ਐਂਡ ਦੇ ਵਿੱਚ ਤੁਸੀਂ ਕੁਛ ਕਹਿਣਾ ਚਾਹੋਗੇ, ਕਈ ਡੇਟਸ ਆ ਰਹੀਆਂ ਨੇ ਟੈਕਸ ਨਾਲ ਰਿਲੇਟਡ, ਰਿਟਰਨਾਂ ਨਾਲ ਰਿਲੇਟਡ, ਕੀ ਇੱਕ ਸੰਦੇਸ਼ ਸਾਡੇ ਦਰਸ਼ਕਾਂ ਦੇਣਾ ਚਾਹੋ? ਸਾਡਾ ਸੰਦੇਸ਼ ਇਹੀ ਹੈ ਕਿ ਐਡਵਾਂਸ ਟੈਕਸ ਮੰਨ ਲਓ ਹੁਣ 15 ਤਰੀਕ ਆ ਗਈ, 15 ਨੂੰ ਸੰਡੇ ਆ ਗਿਆ, ਠੀਕ ਹੈ, ਬੈਟਰ ਹੈ ਕਿ ਤੁਸੀਂ ਉਸ ਤੋਂ ਪਹਿਲਾਂ ਅਵੋਇਡ ਕਰਵਾਓ। ਔਰ ਜਿਹੜੀ ਆਪਣੀ TDS ਰਿਟਰਨ ਹੈ ਜਾਂ ਇਨਕਮ ਟੈਕਸ ਰਿਟਰਨ, ਉਹ ਟਾਈਮ ਤੋਂ ਪਹਿਲਾਂ ਦਿਓ। CA ਵੀ ਇੱਕ ਤੁਹਾਡੇ ਵਰਗਾ ਹਿਊਮਨ ਬੀਂਗਸ ਆ, ਉਹਨੂੰ ਵੀ ਟਾਈਮ ਚਾਹੀਦਾ ਹਰ ਕੰਮ ਨੂੰ ਸੋਲਵ ਕਰਨ ਲਈ, ਉਨੀ ਕੋਲ ਕੋਈ ਮੈਨ ਪਾਵਰ ਹੈਗੀ ਆ, ਠੀਕ ਹੈ। ਹੁਣ ਆਪਾਂ ਜੇ 10 ਕਲਾਇੰਟ ਕਹੀਏ ਕਿ 30 ਨੂੰ ਜਾ ਕੇ ਕੰਮ ਕਰਾਵਾਂਗੇ, ਉਹ ਨਹੀਂ ਹੋ ਸਕੇਗਾ, ਕੋਈ ਵੀ CA ਨਹੀਂ ਕਰ ਸਕੇਗਾ। ਸੋ ਬੀ ਇਨ ਟਾਈਮ, ਪੰਕਚੁਅਲ ਕਰੋ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।